जाबाज ते दमदार ऑफिसर्स सानल इस टाइम मौजूद ने। नाउ आई एम वेरी मच एक्साइटेड टू कॉल अपॉन स्टेज कंवरदीप कौर एसएसपी चंडीगढ़ जो एसएसपी ट्रैफिक में है। एडीजीपी ट्रैफिक पुलिस पंजाब, प्लीज गिव अ बिग राउंड ऑफ अप्लॉज फॉर अ रिस्पेक्टेड पैनलिस्ट। ओवर टू गौरव। शुक्रिया सरबजोत। एक बार फिर तो सारे मेहमानों का और जिहड़े साडे नाल दर्शक जुड़े हुए ने उन्हां दा बहुत बहुत स्वागत है। सड़क सुरक्षा अभियान 2024 दे विच साडा मकसद और कोशिश यही है कि रोड्स नूं सेफ कीवें बनाया जावे, जागरूक करके लोगों नूं, सख्ती करके उन्हां दे उत्ते, या कोई ऐसा मैकेनिज्म बन जाए कि किसी नूं दसना ना पवे या किसी नूं समझाउणा ना पवे या किसी दे उत्ते कोई सख्ती ना करनी पवे कि इस तरीके दे नाल कोई स्टेप चुके जा रहे ने कि उस वाले पासे असीं वध रहे हां। ਆਪਾਂ ਜਦੋਂ ਵੀ ਦੁਨੀਆ ਦੇ ਵਿੱਚ ਗੱਲ ਕਰਦੇ ਹਾਂ ਤਾਂ ਆਪਾਂ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਦੇ ਨਾਲ ਕੰਪੇਅਰ ਕਰਨ ਦੀ ਖੁਦ ਨੂੰ ਕੋਸ਼ਿਸ਼ ਕਰਦੇ ਹਾਂ। ਇਸ ਤੋਂ ਪਹਿਲਾਂ ਸੈਗਮੈਂਟ ਵਿੱਚ ਆਪਾਂ ਜ਼ਿਕਰ ਕੀਤਾ ਹੈ ਕਿ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਡੈਥ ਹੁੰਦੀਆਂ ਨੇ, ਪਰ ਇੱਕ ਫੈਕਟ ਇਹ ਵੀ ਹੈ ਕਿ ਜਿਹੜੇ ਡੈਥ ਦਾ ਅੰਕੜਾ ਹੈ ਦੇਸ਼ ਦੇ ਵਿੱਚ ਔਨ ਰੋਡਸ ਕ੍ਰੈਸ਼ਿਸ ਦਾ, ਉਹ ਚਾਈਨਾ ਦੇ ਨਾਲੋਂ ਵੀ ਜ਼ਿਆਦਾ ਹੈ। ਕਿ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਅਸੀਂ ਚਾਈਨਾ ਦੇ ਬਰਾਬਰ ਖੜੇ ਹਾਂ ਕਰੀਬ ਕਰੀਬ, ਤਾਂ ਫਿਰ ਸਵਾਲ ਇਹ ਹੈ ਕਿ ਜੇ ਉੱਥੇ ਇੰਨੀ ਪਾਪੂਲੇਸ਼ਨ ਦੇ ਵਿੱਚ ਵਾਲੇ, ਇੰਨੀ ਜਨਸੰਖਿਆ ਦੇ ਵਿੱਚ ਵਾਲੇ ਡੈਥ ਰੇਟ ਘੱਟ ਹੈ ਤਾਂ ਸਾਡੇ ਦੇਸ਼ ਦੇ ਵਿੱਚ ਕਿਉਂ ਨਹੀਂ ਹੋ ਸਕਦਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਰਾਏ ਜੀ ਸਰ ਬਹੁਤ ਬਹੁਤ ਸਵਾਗਤ ਹੈ, ਮੈਮ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਥੈਂਕ ਯੂ ਜੀ। ਮੈਂ ਸ਼ੁਰੂਆਤ ਕਰਦਾ ਹਾਂ, ਮੇਰੇ ਸਹਿਯੋਗੀ ਵਿਜੇਪਾਲ ਬਰਾੜਵੀ ਸਾਡੇ ਨਾਲ ਨੇ। ਮੈਂ ਸਰ ਸ਼ੁਰੂਆਤ ਇੱਥੋਂ ਹੀ ਕਰਦਾ ਜੋ ਸਹੀ ਪ੍ਰੋਗਰਾਮ ਦਾ ਨਾਮ ਰੱਖਿਆ ਹੋਇਆ, ਸੈਗਮੈਂਟ ਦਾ ਨਾਮ ਰੱਖਿਆ ਹੋਇਆ, ਜਾਗਰੂਕ ਬਣੋ ਸੁਰੱਖਿਅਤ ਰਹੋ। ਆਮ ਲੋਕ ਤੁਹਾਨੂੰ ਕਿੰਨੇ ਜਾਗਰੂਕ ਲੱਗਦੇ ਨੇ? ਮੈਂ ਟ੍ਰੈਫਿਕ ਰੂਲਸ ਦਾ ਜੇ ਜ਼ਿਕਰ ਕਰ ਰਿਹਾ, ਔਰ ਪੁਆਇੰਟ ਨੰਬਰ 2, ਉਸਨੂੰ ਜਾਗਰੂਕਤਾ ਟ੍ਰੈਫਿਕ ਰੂਲਸ ਦੀ ਕਹੀ ਜਾਵੇ ਜਾਂ ਜਾਗਰੂਕਤਾ ਟ੍ਰੈਫਿਕ ਰੂਲਸ ਦੀ ਸਖਤੀ ਵਾਲੀ ਕਹੀ ਜਾਵੇ? ਮਤਲਬ ਕਿ ਇੱਕ ਜਾਗਰੂਕਤਾ ਹੁੰਦੀ ਹੈ ਕਿ ਨਹੀਂ ਮੈਂ ਨਹੀਂ ਕਰਨਾ, ਇੱਕ ਜਾਗਰੂਕਤਾ ਹੈਗੀ ਹੈ ਕਿ ਜੇ ਮੈਂ ਇਹ ਕੀਤਾ ਤਾਂ ਇਹ ਹੋ ਜਾਏਗਾ, ਮਤਲਬ ਮੈਂ ਰੈੱਡ ਲਾਈਟ ਜੰਪ ਕੀਤੀ ਤਾਂ ਚਲਾਨ, ਜੇ ਮੈਂ ਹੈਲਮੇਟ ਨਾ ਪਾਇਆ ਤਾਂ ਚਲਾਨ। ਕਿਵੇਂ ਤੁਸੀਂ ਇਸ ਨੂੰ ਜਾਗਰੂਕਤਾ ਨੂੰ ਦੇਖਦੇ ਹੋ? ਬਹੁਤ ਅੱਛਾ ਪ੍ਰਸ਼ਨ, ਔਰ ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਇਸ ਗੱਲ ਲਈ ਕਿ ਲੋਕ ਵੇਦਨਾ ਦਾ ਜਿਹੜਾ ਇੱਕ ਬਹੁਤ ਵੱਡਾ ਕਾਰਨ ਹੈਗਾ ਟ੍ਰੈਫਿਕ ਐਕਸੀਡੈਂਟ 'ਚ ਜਾਨੀ ਨੁਕਸਾਨ ਹੋ ਜਾਣਾ ਜਾਂ ਕਿਸੇ ਦਾ ਟ੍ਰੈਫਿਕ ਐਕਸੀਡੈਂਟ ਫੱਟੜ ਹੋ ਜਾਣਾ, ਇਸ ਲੋਕ ਵੇਦਨਾ ਦੇ ਪ੍ਰਸ਼ਨ ਨੂੰ ਤੁਸੀਂ ਮੀਡੀਆ ਦੇ ਰਾਹੀਂ ਉਜਾਗਰ ਕਰ ਰਹੇ ਹੋ ਔਰ ਲੋਕਾਂ ਦੇ ਵਿਚਾਰ ਚਰਚਾ ਦੇ ਵਿੱਚ ਲੈ ਕੇ ਆ ਰਹੇ ਹੋ, ਇਸ ਲਈ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ। ਮੀਡੀਆ ਦਾ ਇਹ ਫੰਕਸ਼ਨ ਹੁੰਦਾ ਕਿ ਲੋਕ ਵੇਦਨਾ ਦੇ ਜਿਹੜੇ ਵੀ ਟੌਪਿਕ ਹੈਗੇ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਵਿਚਾਰ ਚਰਚਾ ਲਈ ਅੱਗੇ ਲੈ ਕੇ ਆਵੇ। ਔਰ ਅੱਜ ਜਦੋਂ ਕਿ ਉਹ ਦਿਨ ਹੈਗਾ ਜਿਸ ਦਿਨ ਆਪਾਂ ਆਪਣਾ ਵਾਰਸ਼ਿਕ ਰੋਡ ਸੇਫਟੀ ਵੀਕ ਸ਼ੁਰੂ ਕਰਦੇ ਹਾਂ, ਔਰ ਅੱਜ ਦੇ ਦਿਨ ਤੁਸੀਂ ਇਹ ਬਹੁਤ ਅੱਛਾ ਡਿਬੇਟ ਜਿਹੜਾ ਆਰਗੇਨਾਈਜ਼ ਕਰ ਰਹੇ ਹੋ, ਇਹਦੇ ਲਈ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ। ਦੂਜੀ ਗੱਲ ਜਿਹੜੀ ਤੁਸੀਂ ਇਹ ਕਹੀ ਹੈਗੀ ਆ ਕਿ ਆਇਆ ਕਾਨੂੰਨੀ ਸਖਤੀ ਕੀਤੀ ਜਾਵੇ, ਇੰਡੀਵਿਜੁਅਲ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਇਹਦੇ ਬਾਰੇ
ਮੈਂ ਪਿਛਲੇ ਸੈਗਮੈਂਟ 'ਚ ਬੜੇ ਧਿਆਨ ਨਾਲ ਜਿਹੜੇ ਵਿਚਾਰ ਐਕਸਪ੍ਰੈਸ ਕੀਤੇ ਗਏ ਉਹਨਾਂ ਨੂੰ ਸੁਣ ਰਿਹਾ ਸੀ। ਕੰਪੈਰੀਜ਼ਨ ਕੀਤਾ ਜਾਂਦਾ ਆਪਣੇ ਦੇਸ਼ ਦਾ ਬਾਹਰਲੇ ਦੇਸ਼ਾਂ ਨਾਲ, ਜਿਹੜੀ ਇੱਕ ਆਪਣੇ ਦੇਸ਼ ਦੇ ਵਿੱਚ ਵੀ ਹੁਣ ਸ਼ੁਰੂ ਹੋ ਗਿਆ, ਸਾਰੇ ਪਾਸੇ ਸ਼ੁਰੂ ਹੋ ਰਿਹਾ, ਔਰ ਅਸੀਂ ਵੀ ਪੰਜਾਬ ਦੇ ਵਿੱਚ ਇਹ ਸਿਸਟਮ ਸ਼ੁਰੂ ਕਰਦੇ ਹਾਂ, ਇਹ ਸੇਫ ਸਿਸਟਮ ਅਪਰੋਚ ਦੀ ਗੱਲ ਹੁੰਦੀ ਆ। ਲੋਕ ਜਿਸ ਸਮਾਜ ਦੇ ਵਿੱਚ ਵਿਚਰ ਰਹੇ ਹੁੰਦੇ ਨੇ ਉਹ ਪਰਸਨਲ ਕਿਸੇ ਦੀ ਫੋਲਟ ਨੂੰ ਨਾ ਦੇਖਦੇ ਹੋਏ ਉਹਨੂੰ ਇੱਕ ਸਿਸਟਮ ਦਿਓ ਤਾਂ ਕਿ ਉਹ ਉਸ ਸਿਸਟਮ ਦੇ ਵਿੱਚ ਪੋਜ਼ਿਟਿਵਲੀ ਰਿਐਕਟ ਕਰੇ। ਇਹ ਜਿਹੜੀ ਅੱਛੀ ਲੀਡਰਸ਼ਿਪ ਹੁੰਦੀ ਆ, ਅੱਛੀ ਸਰਕਾਰ ਹੁੰਦੀ ਆ, ਇਹਦਾ ਕੰਮ ਇਹ ਹੁੰਦਾ ਕਿ ਉਹ ਇੱਕ ਅੱਛਾ ਸਿਸਟਮ ਦੇਵੇ। ਉਹੀ ਲੋਕ ਜਿਹੜੇ ਇੱਥੇ ਆਪਣੇ ਕਾਨੂੰਨ ਦੀ ਅਵਗਲਾ ਕਰਦੇ ਨੇ ਜਾਂ ਉਹ ਕਰਦੇ ਨੇ, ਉਹੀ ਲੋਕ ਬਾਹਰਲੇ ਮੁਲਕ ਚ ਜਾ ਕੇ ਆਪਣੇ ਹੀ ਬੰਦੇ ਉੱਥੇ ਕਾਨੂੰਨ ਦੀ ਪੂਰੀ ਪਾਲਣਾ ਕਰਦੇ। ਇਹ ਚੰਡੀਗੜ੍ਹ ਨਾਲ ਵੀ ਹੈਗਾ ਜੀ, ਹਾਂਜੀ, ਜਿਹੜੇ ਪੰਜਾਬ ਚ ਨਹੀਂ ਕਰ ਰਹੇ ਚੰਡੀਗੜ੍ਹ ਆ ਕੇ ਜ਼ਰੂਰ ਕਰਦੇ। ਹਾਂਜੀ, ਸੋ ਇਹੀ ਸੇਫ ਸਿਸਟਮ ਅਪਰੋਚ ਨੂੰ ਲੈ ਕੇ ਅਸੀਂ 2022 ਤੋਂ ਸਾਡੇ ਜਿਹੜੇ ਮਾਣਯੋਗ ਮੁੱਖ ਮੰਤਰੀ ਨੇ ਉਹਨਾਂ ਦੀ ਇੱਕ ਮਨਸ਼ਾ ਹੈਗੀ ਆ ਕਿ ਜਿਹੜਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਰੋਡ ਐਕਸੀਡੈਂਟ ਦੇ ਚ ਹੁੰਦਾ, ਔਰ ਉਹਦਾ ਮੁੱਲਕਰਨ ਵੀ ਕੀਤਾ ਗਿਆ, ਕੋਈ 15,000 ਕਰੋੜ ਰੁਪਇਆ ਆਪਾਂ ਪੰਜਾਬ ਦੇ ਵਿੱਚ ਲੂਜ਼ ਕਰਦੇ ਹਾਂ ਐਕਸੀਡੈਂਟਲ ਡੈਥ ਲਈ, ਔਰ ਉਹਨਾਂ ਨੂੰ ਆਪਾਂ ਕਿਵੇਂ ਰਿਡਿਊਸ ਕਰੀਏ ਉਹਦੇ ਲਈ ਅਸੀਂ ਉਪਰਾਲੇ ਕਰਦੇ ਹਾਂ। ਔਰ ਜਿਸ ਤਰ੍ਹਾਂ ਤੁਸੀਂ ਆਪਣੀ ਅੱਜ ਕਨਵਰਸੇਸ਼ਨ ਅੱਗੇ ਵਧਦੇ ਗਈ ਮੈਂ ਉਹਦੇ ਚ ਦੱਸਾਂਗਾ ਕਿ ਅਸੀਂ ਉਪਰਾਲੇ ਕਰਦੇ ਹਾਂ, ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਵੀ ਇਸ ਦੇ ਵਿੱਚ ਇਨਵੋਲਵ ਕੀਤਾ ਜਾਵੇ। ਕਈ ਵਾਰੀ ਇਹ ਹੁੰਦਾ ਕਿ ਸਰਕਾਰਾਂ ਉੱਤੋਂ ਕੰਮ ਕਰਦੀਆਂ ਰਹਿੰਦੀਆਂ ਨੇ ਪਰ ਉਹ ਥੱਲੇ ਜਾ ਕੇ ਇਫੈਕਟ ਉਹਦਾ ਓਨਾ ਨਹੀਂ ਹੁੰਦਾ ਜਿਸ ਮਨਸ਼ਾ ਨਾਲ ਕੰਮ ਕੀਤਾ ਜਾਂਦਾ। ਸੋ ਕਿਉਂਕਿ ਥੱਲੇ ਜਿਹੜਾ ਰੋਡ ਯੂਜ਼ਰ ਹੁੰਦਾ, ਆਪਣੇ ਪੰਜਾਬੀ ਚ ਕਹਾਵਤ ਹੈ ਜਿਹਨੇ ਜੁੱਤੀ ਪਾਈ ਉਹਨੂੰ ਹੀ ਪਤਾ ਕਿ ਕਿੱਥੇ ਚੁਭਦੀ ਆ। ਸੋ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਥੱਲੇ ਦੇ ਲੋਕਾਂ ਨੂੰ ਵੀ ਉਹਦੇ ਵਿੱਚ ਇਨਵੋਲਵ ਕਰੀਏ ਆਪਣੇ ਸਿਸਟਮ ਚ, ਔਰ ਇੱਕ ਸੇਫ ਸਿਸਟਮ ਅਪਰੋਚ ਪੰਜਾਬ ਦੇ ਵਿੱਚ ਆਪਾਂ ਆਜ਼ਾਦ ਕਰੀਏ। ਇਹ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ ਇਹ ਬੰਦੇ ਦੀ ਫੋਲਟ ਆ, ਭਾਗਿਆ ਦੀ ਫੋਲਟ ਆ, ਜਿਹੜੀ ਆਪਣੀ ਪੰਜਾਬ ਦੀ ਕਲਚਰ ਹੈਗੀ ਆ, ਜਿਹੜੇ ਆਪਣੇ ਗੁਰੂ ਪੀਰਾਂ ਨੇ ਦੱਸਿਆ ਹੈਗਾ, ਉਹਨਾਂ ਨੇ ਹਮੇਸ਼ਾ ਪੁਰਸਾਰਥ ਦੀ ਗੱਲ ਕੀਤੀ ਕਿ ਪੁਰਸ਼ ਆਪਣੇ ਭਵਿੱਖ ਦਾ, ਆਪਣੇ ਫਿਊਚਰ ਦਾ ਆਪ ਜ਼ਿੰਮੇਵਾਰ ਹੈਗਾ, ਔਰ ਉਹਨੂੰ ਆਪਣੇ ਹੱਥੀਂ ਕੰਮ ਕਰਨਾ ਪਏਗਾ, ਆਪਣੇ ਹੱਥੀਂ ਕਾਰਿਆ ਕਰਨਾ ਪਏਗਾ, ਤਾਂ ਹੀ ਉਹ ਇੱਕ ਅੱਛਾ ਸਿਸਟਮ ਬਣਾ ਪਾਏਗਾ, ਵੈਲਿਊ ਸਿਸਟਮ ਬਣਾ ਪਾਏਗਾ। ਸੋ ਇਸ ਦੇ ਤਹਿਤ ਅਸੀਂ ਵਾਢੇ ਹਾਂ ਕਿ ਜੀ, ਬਹੁਤ ਬਹੁਤ ਧੰਨਵਾਦ। ਆਪਾਂ ਇਨੀਸ਼ੀਏਟਿਵ ਤੇ ਜਾਵਾਂਗੇ। ਮੈਮ ਬੈਠੇ ਹੈ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਰੂ, ਤੁਹਾਡੇ ਕੋਲ ਟ੍ਰੈਫਿਕ ਦੀ ਵੀ ਜ਼ਿੰਮੇਵਾਰੀ ਹੈ। ਮੈਂ ਇਨ ਜਨਰਲ ਸ਼ੁਰੂ ਕਰਦਾ, ਇਨੀਸ਼ੀਏਟਿਵ ਅੱਗੇ ਅੱਗੇ ਕਿਵੇਂ ਆਪਾਂ ਉਸ ਤੇ ਗੱਲ ਕਰਾਂਗੇ, ਪਰ ਇਨ ਜਨਰਲ ਕਿਤੇ ਨਾ ਕਿਤੇ ਸਾਡੀ ਇਹ ਮਾਨਸਿਕਤਾ ਬਣ ਗਈ ਹੈ, ਸਾਡੀ ਇਹ ਪ੍ਰਵਿਰਤੀ ਬਣ ਗਈ ਹੈ ਕਿ ਅਸੀਂ ਦੂਸਰੀ ਐਨਫੋਰਸਮੈਂਟ ਏਜੰਸੀ ਵੱਲ ਦੇਖਦੇ ਹਾਂ ਕਿ ਪੁਲਿਸ ਹੈ ਤਾਂ ਬਸ ਇਹ ਪੁਲਿਸ ਦੀ ਜ਼ਿੰਮੇਵਾਰੀ ਹੈ, ਪੁਲਿਸ ਨੇ ਕਰਨਾ। ਜੇ ਸਾਰਾ ਟ੍ਰੈਫਿਕ ਹੈ, ਰੂਲਸ ਹੈ, ਉਹਨਾਂ ਨੂੰ ਪੁਲਿਸ ਹੀ ਫਰੇਮ ਕਰੇਗੀ, ਪੁਲਿਸ ਹੀ ਠੀਕ ਕਰੇਗੀ, ਜਦੋਂ ਕਿ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਜ਼ਰੂਰਤ ਸਭ ਤੋਂ ਵੱਧ ਰਹਿ ਜਾਂਦੀ ਹੈ, ਜਿਵੇਂ ਸਰ ਗੱਲ ਕਰ ਰਹੇ ਸੀ। ਜੀ ਬਿਲਕੁਲ ਜੀ, ਜਿਵੇਂ ਤੁਸੀਂ ਕਿਹਾ ਤੇ ਪਿਛਲੇ ਸੈਸ਼ਨ ਵਿੱਚ ਵੀ ਕਾਫੀ ਡਿਟੇਲ ਚ ਇਹਦੀ ਡਿਸਕਸ਼ਨਸ ਹੋਈਆਂ ਕਿ ਰੋਡ ਸੇਫਟੀ ਇੱਕ ਮਲਟੀਫੇਸਿਟਡ ਸਬਜੈਕਟ ਹੈ ਜਿਹਦੇ ਸਟੇਕਹੋਲਡਰਸ ਬਹੁਤ ਜ਼ਿਆਦਾ ਨੇ,
ਤੇ ਸਾਰੇ ਸਟੇਕ ਹੋਲਡਰਸ ਵੱਲੋਂ ਅਫੈਕਟਡ ਪਾਰਟੀਜ਼ ਵੀ ਨੇ ਤੇ ਉਹਨਾਂ ਵੱਲੋਂ ਐਫਰਟਸ ਵੀ ਜ਼ਰੂਰੀ ਹੈ ਸਾਡੀ ਰੋਡਸ ਨੂੰ ਸੇਫ ਬਣਾਉਣ ਲਈ। ਜੀ ਚੰਡੀਗੜ੍ਹ ਜੀ ਦੀ ਗੱਲ ਕਰੀਏ ਅਸੀਂ ਤਾਂ ਚੰਡੀਗੜ੍ਹ ਪੁਲਿਸ ਤਾਂ ਰੋਡ ਸੇਫਟੀ ਆਪਣੀ ਰੋਡਸ ਨੂੰ ਸੇਫ ਬਣਾਉਣ 'ਚ ਬਹੁਤ ਜ਼ਿਆਦਾ ਹਮੇਸ਼ਾ ਤੋਂ ਹੀ ਕੋਸ਼ਿਸ਼ ਕਰਦੀ ਆ ਰਹੀ ਹੈ। ਇਸ ਤੋਂ ਇਲਾਵਾ ਹੋਰ ਜਿਹੜੇ ਐਸਪੈਕਟਸ ਹੈ ਰੋਡ ਸੇਫਟੀ 'ਚ ਜਿਵੇਂ ਐਜੂਕੇਸ਼ਨ ਤੇ ਅਵੇਅਰਨੈਸ, ਉਹਦੇ ਵੱਲ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ। ਇੰਜੀਨੀਅਰਿੰਗ ਚੇਂਜਿਸ ਜਿਹਦੇ ਤੇ ਅਸੀਂ ਬਹੁਤ ਜ਼ਿਆਦਾ ਫੋਕਸ ਦਿੰਦੇ ਹਾਂ। ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਲਾਸਟ ਈਅਰ ਇੱਕ ਚੰਡੀਗੜ੍ਹ ਸੈਂਟਰ ਫਾਰ ਐਕਸਲੈਂਸ ਇਨ ਰੋਡ ਸੇਫਟੀ ਦੀ ਸਥਾਪਨਾ ਕੀਤੀ ਗਈ ਹੈ, ਜੋ ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਉਹਨਾਂ ਦੇ ਸਹਿਯੋਗ ਨਾਲ ਅਸੀਂ ਸਥਾਪਿਤ ਕੀਤਾ। ਉੱਥੇ ਅਸੀਂ ਰੋਡ ਸੇਫਟੀ ਐਕਸਪਰਟਸ ਨੂੰ ਹਾਇਰ ਕੀਤਾ, ਜਿਹੜੇ ਸਾਨੂੰ ਮੌਕੇ ਮੌਕੇ ਸਮੇਂ ਸਮੇਂ ਤੇ ਸਾਡੇ ਜਿੱਥੇ ਵੀ ਬਲੈਕ ਸਪੋਟਸ ਹੈ ਉਹਨਾਂ ਦੀ ਅਸੀਂ ਐਨਾਲਿਸਿਸ ਕਰਦੇ ਹਾਂ। ਰੋਡ ਸੇਫਟੀ ਐਕਸਪਰਟਸ ਤੇ ਹੋਰ ਤਰ੍ਹਾਂ ਦੇ ਐਕਸਪਰਟਸ, ਇੰਜੀਨੀਅਰਿੰਗ ਐਕਸਪਰਟਸ, ਆਰਕੀਟੈਕਚਰਲ ਡਿਪਾਰਟਮੈਂਟ ਤੋਂ ਇਨਪੁਟ ਸਾਨੂੰ ਆਉਂਦੀਆਂ, ਉਹਨਾਂ ਨੂੰ ਅਸੀਂ ਇੰਜੀਨੀਅਰਿੰਗ ਚੇਂਜਿਸ ਨਾਲ ਰੋਡਸ ਨੂੰ ਐਵੇਂ ਅਸੀਂ ਚੇਂਜ ਕਰਦੇ ਹਾਂ, ਕੁਛ ਉਹਦੇ 'ਚ ਕਮੀ ਪੇਸ਼ੀ ਹੋਏ ਉਹਨੂੰ ਦੂਰ ਕਰਦੇ ਹਾਂ ਤਾਂ ਕਿ ਉੱਥੇ ਐਕਸੀਡੈਂਟਸ ਘੱਟ ਹੋਣ। ਇਸ ਤੋਂ ਇਲਾਵਾ ਸਾਡਾ ਰੋਡ ਐਕਸੀਡੈਂਟ ਅਨਾਲਿਸਿਸ ਸੈੱਲ ਚੰਡੀਗੜ੍ਹ ਪੁਲਿਸ ਦਾ ਆਪਣਾ ਬਣਿਆ ਹੋਇਆ ਹੈ। ਹਰ ਐਕਸੀਡੈਂਟ ਸਪੋਟ ਤੇ ਜਿੰਨੇ ਵੀ ਹੁੰਦੇ ਹੈ ਸਾਡੀ ਟੀਮ ਉੱਥੇ ਜਾ ਕੇ ਰਿਸਪੋਂਡ ਕਰਦੀ ਹੈ। ਲੋਕਲ ਪੁਲਿਸ ਸਟੇਸ਼ਨ ਤੋਂ ਜਾ ਕੇ ਸਾਡੀ ਟੀਮ ਡਿਊਟੀ ਆਫਿਸਰ ਰਿਸਪੋਂਡ ਕਰਦੇ ਹੈ। ਮੌਰਥ ਦਾ ਇੱਕ ਨਵਾਂ ਇਨੀਸ਼ੀਏਟਿਵ ਸ਼ੁਰੂ ਹੋਇਆ, ਆਈਰੈਡ, ਇੰਟੀਗ੍ਰੇਟਿਡ ਰੋਡ ਐਕਸੀਡੈਂਟ ਡੇਟਾਬੇਸ। ਉਹਦੇ ਵਿੱਚ ਸਾਡੇ ਸਾਰੇ ਹੀ ਇਨਵੈਸਟੀਗੇਟਿੰਗ ਆਫਿਸਰਸ ਨੂੰ ਜਿਹੜੇ ਰੋਡ ਐਕਸੀਡੈਂਟਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ, ਉਹਨਾਂ ਨੂੰ ਟੈਬਲੇਟਸ ਪ੍ਰੋਵਾਈਡ ਕੀਤੀਆਂ ਗਈਆਂ। ਰੋਡ ਐਕਸੀਡੈਂਟ ਦੇ ਸਪੋਟ ਤੇ ਜਾ ਕੇ ਰੋਡ ਐਕਸੀਡੈਂਟ ਦੀ ਵੀਡੀਓਗ੍ਰਾਫੀ, ਐਕਸੀਡੈਂਟ ਦੇ ਕਾਜ਼ਸ, ਉਹਦੀ ਹੋਰ ਡਿਟੇਲਸ, ਕਿਹੜਾ ਸਪੋਟ ਸੀ, GPS ਟੈਗਿੰਗ ਉਹਨਾਂ ਦੀ ਕੀਤੀ ਜਾਂਦੀ ਹੈ। ਇਹ ਸਾਰੇ ਅਨਾਲਿਸਿਸ ਕਰਕੇ ਜੋ ਚੇਂਜਿਸ ਸੁਜੈਸਟ ਹੁੰਦੇ ਹੈ ਉਹਦੇ ਨਾਲ ਅਸੀਂ ਬਲੈਕ ਸਪੋਟਸ ਨੂੰ ਉਹਨਾਂ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਚੰਡੀਗੜ੍ਹ 'ਚ ਪਿਛਲੇ 2 ਸਾਲਾਂ 'ਚੋਂ 15 ਤੋਂ ਘੱਟ ਕੇ ਬਲੈਕ ਸਪੋਟ ਸਿਰਫ 9 ਰਹਿ ਗਏ ਨੇ, ਜਿਹਦੇ ਨਾਲ ਪਤਾ ਲੱਗਦਾ ਹੈ ਕਿ ਐਕਸੀਡੈਂਟਸ ਦੇ ਜਿੱਥੇ ਜ਼ਿਆਦਾ ਪੁਆਇੰਟਸ ਤੇ ਐਕਸੀਡੈਂਟਸ ਹੋ ਰਹੇ ਸੀ ਉਹਨਾਂ ਨੂੰ ਅਸੀਂ ਇੰਪਰੂਵ ਕਰਨ 'ਚ ਕੋਸ਼ਿਸ਼ ਕੀਤੀ ਹੈ ਤੇ ਉਹ ਸਫਲ ਵੀ ਹੋਈ ਹੈ। ਤਾਂ ਜਿਵੇਂ ਤੁਸੀਂ ਕਿਹਾ ਕਿ ਇੱਕ ਏਜੰਸੀ ਨਹੀਂ, ਸਿਰਫ ਪੁਲਿਸ ਹੀ ਨਹੀਂ ਇਹਨੂੰ ਕਰ ਸਕਦੀ, ਸਾਰੀ ਏਜੰਸੀਜ਼ ਇਹਦੇ ਸਟੇਕ ਹੋਲਡਰਸ ਨੇ, ਸਿਟੀਜ਼ਨਸ, ਸਿਵਲ ਡਿਪਾਰਟਮੈਂਟਸ, ਪੁਲਿਸ ਤੇ ਹੋਰ ਤਰ੍ਹਾਂ ਦੇ ਜਿੰਨੀ ਵੀ ਏਜੰਸੀਜ਼ ਹੈ, ਸਾਰੇ ਰਲ ਕੇ ਹੀ ਅਸੀਂ ਆਪਣੀ ਰੋਡਸ ਨੂੰ ਸੇਫ ਬਣਾ ਸਕਦੇ ਹਾਂ। ਸਰ ਮੈਂ ਪੰਜਾਬ ਦੇ ਉੱਪਰ ਆਉਣਾ, ਇੱਕ ਅੰਕੜਾ 2022 ਦਾ, ਜਿਸਦਾ ਵੀ ਅਸੀਂ ਫਿਗਰਸ ਦਾ ਜ਼ਿਕਰ ਕਰ ਰਹੇ ਹਾਂ, 2022 ਦੀ ਜਿਹੜੀ ਸੈਂਟਰਲ ਗਵਰਨਮੈਂਟ ਦੀ ਫਿਗਰਸ ਆ ਉਸ ਦੇ ਉੱਪਰ ਇੱਕ ਫਿਗਰ ਇਹ ਹੈ ਕਿ ਜਿਹੜੀਆਂ ਡੈਥਸ ਹੋ ਰਹੀਆਂ ਆਲ ਓਵਰ ਇੰਡੀਆ, ਉਹਨਾਂ ਦੇ ਵਿੱਚ ਸਭ ਤੋਂ ਵੱਡਾ ਪਾਰਟ ਹੈ ਅਦਰ ਰੋਡਸ ਦਾ, ਜਿਹੜੀਆਂ ਨੈਸ਼ਨਲ ਹਾਈਵੇਜ਼ ਦੇ ਉੱਤੇ ਹੋ ਰਹੀਆਂ, ਔਰ ਉਸ ਤੋਂ ਬਾਅਦ ਜਿਹੜੀਆਂ ਸਟੇਟ ਹਾਈਵੇਜ਼ ਤੇ ਹੋ ਰਹੀਆਂ, ਤੇ ਜਿਹੜੀਆਂ ਅਦਰ ਰੋਡਸ ਹੈ ਉਸ ਦੇ ਉੱਤੇ ਕਰੀਬ ਕਰੀਬ 39-39% ਜਿਹੜੇ ਲੋਕਾਂ ਦੀ ਡੈਥ ਹੋ ਰਹੀ ਹੈ ਅਦਰ ਰੋਡਸ ਦੇ ਉੱਤੇ ਹੋ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਜਿਹੜੀਆਂ ਆਪਣੀਆਂ ਤੁਸੀਂ ਲਿੰਕ ਰੋਡਸ ਹੋ ਗਈਆਂ, ਪਿੰਡਾਂ ਵਾਲੀਆਂ ਰੋਡਸ ਹੋ ਗਈਆਂ, ਜਾਂ ਜਿਹੜੀਆਂ ਸਟੇਟ ਹਾਈਵੇਜ਼ ਨਹੀਂ ਹੈਗੀਆਂ ਜਾਂ ਸਿੰਗਲ ਰੋਡਸ ਹੈ, ਤੁਸੀਂ ਇਸ ਨੂੰ ਕਿਵੇਂ ਟੈਕਲ ਕਰ ਰਹੇ ਹੋ? ਕਿਸ ਤਰੀਕੇ ਨਾਲ ਤੁਹਾਨੂੰ ਇਹ ਲੱਗ ਰਿਹਾ ਕਿ ਉੱਥੇ ਜਿਹੜੀਆਂ ਇੰਜਰੀਜ਼ ਹੈ ਜਾਂ ਉੱਥੇ ਜਿਹੜੇ ਐਕਸੀਡੈਂਟਸ ਹੈ ਉਹਨਾਂ ਨੂੰ ਰੋਕਿਆ ਜਾ ਸਕੇ ਕਿ ਰੋਡ ਸੇਫ ਹੋ ਸਕਣ? ਬਹੁਤ ਅੱਛਾ ਪ੍ਰਸ਼ਨ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ, ਪੰਜਾਬ ਦੇ ਵਿੱਚ ਅਸੀਂ ਇੱਕ ਸਿਸਟਮ ਅਪਰੋਚ ਫੋਲੋ ਕਰਦੇ ਹਾਂ, ਸਿਸਟਮ ਸੈਟਅਪ ਕਰਦੇ ਹਾਂ, ਔਰ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈਗਾ ਜਿਹਨੇ ਪੰਜਾਬ ਸਟੇਟ ਰੋਡ ਟ੍ਰੈਫਿਕ ਰਿਸਰਚ ਸੈਂਟਰ ਸੈਟਅਪ ਕੀਤਾ। ਕਿਸੇ ਵੀ ਸੂਬੇ 'ਚ ਹੁਣ ਥਾਈ ਰਿਸਰਚ ਸੈਂਟਰ ਨਹੀਂ ਸੈਟਅਪ ਕੀਤਾ ਗਿਆ, ਕਿਉਂਕਿ ਟ੍ਰੈਫਿਕ ਇੱਕ ਟੈਕਨੀਕਲ ਇਸ਼ੂ ਹੈਗਾ। ਆਪਾਂ ਜਦੋਂ ਵੀ ਟ੍ਰੈਫਿਕ ਬਾਰੇ ਗੱਲ ਕਰਦੇ ਹਾਂ, ਜਿਸ ਤਰ੍ਹਾਂ ਵੀ ਕੋਈ ਵੀ ਸੱਜਣ ਹੁੰਦਾ ਉਹ ਜਿਸ ਤਰ੍ਹਾਂ ਮੌਸਮ ਬਾਰੇ ਗੱਲ ਕਰਦਾ ਉਸ ਤਰ੍ਹਾਂ ਟ੍ਰੈਫਿਕ ਬਾਰੇ ਗੱਲ ਕਰਨਾ ਸ਼ੁਰੂ ਹੋ ਜਾਂਦਾ ਵੀ ਆਏ ਨਹੀਂ ਜੀ, ਆਏ ਹੋਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਨੂੰ ਟੈਕਨੀਕਲੀ ਸਟੱਡੀ ਕਰਨ ਦਾ ਇੱਕ ਅਪਰੋਚ ਅਸੀਂ ਪੰਜਾਬ ਦੇ ਵਿੱਚ ਫੋਲੋ ਅਪ ਕੀਤੀ, ਔਰ ਇਹੀ
ਡੇਟਾ ਅਸੀਂ ਕਲੈਕਟ ਕੀਤਾ ਜੋ ਤੁਸੀਂ ਡੇਟਾ ਦੱਸ ਰਹੇ ਹੋ, ਜਿਸ ਤਰ੍ਹਾਂ ਤੁਸੀਂ ਕਿਹਾ 40% ਜਿਹੜੀਆਂ ਡੈਥ ਹੈਗੀਆਂ ਨੇ ਉਹ ਸਾਈਡ ਰੋਡ ਤੇ ਹੁੰਦੀਆਂ ਨੇ, ਜਿਹੜੀਆਂ ਰੋਡਸ ਹੈ ਜਾਂ ਕੋਈ ਹੋਰ ਪਿੰਡਾਂ ਦੀਆਂ ਸੜਕਾਂ ਜਾਂ ਕੋਈ ਹੋਰ ਰੋਡਸ, ਉਹ 60% ਜਿਹੜੀਆਂ ਡੈਥ ਹੁੰਦੀਆਂ ਨੇ ਉਹ ਹੁੰਦੀਆਂ ਨੇ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ। ਇਹ ਫਿਗਰ ਨੂੰ ਅਸੀਂ ਸਟੱਡੀ ਕਰਕੇ ਅਸੀਂ ਦੇਖਿਆ ਵੀ ਜੇ 60% ਅਸੀਂ ਐਕਸੀਡੈਂਟ ਆਪਦੇ ਘੱਟ ਕਰਨੇ ਹੈਗੇ ਨੇ ਤਾਂ ਸਾਨੂੰ ਕੀ ਕਰਨਾ ਪਏਗਾ, ਤੇ ਅਸੀਂ ਇਹ ਰਿਅਲਾਈਜ਼ ਕੀਤਾ ਕਿ ਜਿਹੜੀਆਂ ਆਪਣੀਆਂ ਨੈਸ਼ਨਲ ਹਾਈਵੇ ਨੇ ਜਾਂ ਸਟੇਟ ਹਾਈਵੇ ਨੇ, ਹੁਣ ਥਾਈ ਤੁਸੀਂ ਕਿਸੇ ਵੀ ਪ੍ਰਦੇਸ਼ 'ਚ ਚਲੇ ਜਾਓ ਉਹਦੇ 'ਤੇ ਕੋਈ ਵੀ ਟ੍ਰੈਫਿਕ ਦੀ ਡਿਪਲੋਇਮੈਂਟ ਨਹੀਂ ਹੁੰਦੀ। ਔਰ ਅਸੀਂ ਪਹਿਲਾ ਪੰਜਾਬ ਫਿਰ ਦੇਸ਼ ਦਾ ਪਹਿਲਾ ਸੂਬਾ ਹੈਗਾ ਜਿਹਨੇ 150 ਕਰੋੜ ਦੀ ਕੀਮਤ 'ਤੇ ਨਵੀਂ ਇੱਕ ਫੋਰਸ ਖੜੀ ਕੀਤੀ ਹੈ ਜਿਹਨੂੰ ਆਪਾਂ ਸੜਕ ਸੁਰੱਖਿਆ ਫੋਰਸ ਕਹਿਣ ਜਾ ਰਹੇ ਹਾਂ। ਔਰ ਇਸ ਮਹੀਨੇ ਦੇ ਅਖੀਰ ਥਾਈ ਅਸੀਂ ਉਹ ਸੜਕਾਂ ਤੇ ਉਤਾਰ ਦਵਾਂਗੇ, ਉਹਨਾਂ ਨੂੰ ਅਸੀਂ ਮਾਡਰਨ ਗੱਡੀਆਂ ਦਿੱਤੀਆਂ ਹੈਗੀਆਂ ਨੇ, ਉਹਨਾਂ ਨੂੰ ਅਸੀਂ ਮਾਡਰਨ ਇਕਵਿਪਮੈਂਟ ਦਿੱਤੀ ਹੈ। ਦੋ ਵੱਡੇ ਕਾਰਨ ਜਿਹੜੇ ਐਕਸੀਡੈਂਟ ਦੇ ਹੁੰਦੇ ਨੇ, ਓਵਰ ਸਪੀਡਿੰਗ ਤੇ ਐਲਕੋਹੋਲ ਡਰਾਈਵਿੰਗ, ਜਿਹੜੀ ਡਰੰਕਨ ਡਰਾਈਵਿੰਗ, ਉਹ ਦੋਨਾਂ ਨੂੰ ਚੈੱਕ ਕਰਨ ਲਈ। ਔਰ ਤੁਸੀਂ 2022 ਦੇ ਅੰਕੜਿਆਂ ਦੀ ਗੱਲ ਕੀਤੀ ਹੈ, ਇਹਦੇ ਨਾਲ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ, ਇਹ ਸੈਂਟਰਲ ਗਵਰਨਮੈਂਟ ਦੀ ਉਹ ਰਿਪੋਰਟ ਹੈਗੀ ਆ ਜਿਹਦੇ ਵਿੱਚ ਪੰਜਾਬ ਇੱਕ ਦੇਸ਼ ਦਾ ਪਹਿਲਾ ਸੂਬਾ ਜਿੱਥੇ ਦੇਸ਼ ਦੇ ਵਿੱਚ 10% ਫਰਟੀਲਿਟੀਜ਼ ਵਧੀਆਂ, ਪੰਜਾਬ ਦੇ ਵਿੱਚ 0.9% ਫਰਟੀਲਿਟੀਜ਼ ਥੱਲੇ ਆਈਆਂ। ਮਤਲਬ ਇੱਕ ਤਾਂ ਅਸੀਂ ਜਿਹੜਾ ਉਹ ਵੱਧ ਰਿਹਾ ਸੀ ਉਹਨੂੰ ਹੀ ਨਹੀਂ ਅਸੀਂ ਉਹ ਕੀਤਾ, ਅਸੀਂ ਉਹਨੂੰ ਘਟਾਤਾ। ਮਤਲਬ ਜਿਸ ਨੂੰ ਆਪਾਂ ਕਹੀਏ ਕਿ ਪੰਜਾਬ ਦੇ ਵਿੱਚ ਇੱਕ ਮੋੜਾ ਪੈਣਾ ਸ਼ੁਰੂ ਹੋ ਗਿਆ, ਆਮ ਭਾਸ਼ਾ 'ਚ ਆਪਾਂ ਕਹਿੰਦੇ ਹਾਂ ਵੀ ਮੋੜਾ ਪੈਣਾ ਸ਼ੁਰੂ ਹੋ ਗਿਆ। ਹੁਣ ਜਦੋਂ ਉਹ ਮੋੜਾ ਪੈਣਾ ਸ਼ੁਰੂ ਕਰਤਾ ਅਸੀਂ, ਉਸ ਮੋੜੇ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਵੇਂ ਐਕਸਲਰੇਟ ਕਰਨਾ, ਉਹਦੇ ਲਈ ਅਸੀਂ ਅਲੱਗ ਅਲੱਗ ਚੀਜ਼ਾਂ ਦੀ ਉਹ ਲੈ ਰਹੇ ਹਾਂ, ਹੈਲਪ ਲੈ ਰਹੇ ਹਾਂ, ਤੇ ਉਹ ਮੈਂ ਵਿਸਥਾਰ ਪੂਰਵਕ ਇੱਕ ਜ਼ਿਕਰ ਕੀਤਾ ਸੀ ਜਦੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਤੁਸੀਂ ਕਿਹਾ 15,000 ਕਰੋੜ ਰੁਪਏ ਦਾ ਲੋਸ ਹੁੰਦਾ ਹੈ। ਮਤਲਬ ਕਈ ਵਾਰੀ ਜਦੋਂ ਅਸੀਂ ਰੋਡ ਐਕਸੀਡੈਂਟਸ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਜਿਹੜੇ ਸੁਣ ਵੀ ਰਹੇ ਹੋਣਗੇ ਦਰਸ਼ਕ, ਕਈ ਵਾਰੀ ਓਨੀਆਂ ਬਰੀਕੀਆਂ ਤੱਕ ਨਹੀਂ ਜਾ ਪਾਉਂਦੇ ਕਿਉਂਕਿ ਸਾਡਾ ਫੋਕਸ ਰਹਿ ਜਾਂਦਾ ਕਿ ਰੋਡ ਐਕਸੀਡੈਂਟਸ ਦਾ ਮਤਲਬ ਹੈ ਕਿਸੇ ਦੀ ਜਾਨ ਚਲੀ ਗਈ, ਅਸੀਂ ਜਾਨੀ ਨੁਕਸਾਨ ਦਾ ਤਾਂ ਸੋਚਦੇ ਹਾਂ ਮਾਲੀ ਨੁਕਸਾਨ ਦਾ ਨਹੀਂ ਸੋਚਦੇ। ਜੇ ਥੋੜਾ ਜਿਹਾ ਤੁਸੀਂ ਉਹਨੂੰ ਇਲੈਬੋਰੇਟ ਕਰ ਪਾਓ ਕਿ ਉਹ 15,000 ਕਰੋੜ ਦੀ ਫਿਗਰ ਮਤਲਬ ਕਿਵੇਂ, ਕਿਸ ਤਰੀਕੇ ਦਾ ਮਾਲੀ ਨੁਕਸਾਨ ਹੁੰਦਾ ਤਾਂ ਕਿ ਉਹਦੀ ਆਪਣੀ ਗੱਲ ਪ੍ਰੋਪਰ ਦਰਸ਼ਕਾਂ ਤੱਕ ਪਹੁੰਚੇ। ਜਿਹੜੀ ਇੱਕ ਡੈਥ ਹੁੰਦੀ ਹੈਗੀ ਆ ਜੀ, ਉਹਦਾ ਜਿਹੜਾ ਮੁੱਲਿਆਕਰਨ ਕੀਤਾ ਗਿਆ, ਦੇਖੋ ਇਹੋ ਜਿਹੀਆਂ ਚੀਜ਼ਾਂ ਦਾ ਮੁੱਲਿਆਕਰਨ ਕਰਨਾ ਬਹੁਤ ਮੁਸ਼ਕਲ ਹੈਗਾ, ਔਰ ਆਪਣੇ ਇਹ ਗਵਰਨਮੈਂਟ ਆਫ ਇੰਡੀਆ ਨੇ ਸਟੈਟਿਸਟਿਕਲੀ ਐਗਜ਼ਾਮਿਨ ਕੀਤਾ ਗਾ। ਇੱਕ ਡੈਥ ਦਾ ਜਿਹੜਾ ਮੁੱਲਿਆਕਰਨ ਹੁੰਦਾ ਉਹ ਕੋਈ 4.5 ਕਰੋੜ ਰੁਪਏ ਤੇ ਜਾ ਕੇ ਜਾਂਦਾ ਹੈਗਾ, 4.5 ਕਰੋੜ ਦੇ ਕਰੀਬ ਉਹਨੇ ਆਪਾਂ ਨੂੰ ਇੱਕ ਡੈਥ ਕੋਸਟ ਕਰਦੀ ਆ। ਔਰ ਉਸ ਦੇ ਹਿਸਾਬ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਜਿੰਨੀਆਂ ਡੈਥ ਹੁੰਦੀਆਂ ਨੇ ਉਹਦਾ ਰੇਟ ਬਣਾਇਆ ਕਿ 15,000 ਕਰੋੜ ਰੁਪਏ ਦਾ ਇਹਦੇ 'ਚ ਨੁਕਸਾਨ ਹੁੰਦਾ। ਪੰਜਾਬ ਦੇ ਵਿੱਚ ਆਪਣਾ ਜਨਰਲ ਅਪਰੋਚ ਇਹ ਰਹੀ ਆ ਕਿ ਆਪਾਂ ਗੱਲਾਂ ਕਰਦੇ ਹਾਂ, ਆਪਾਂ ਕਿ ਵੀ ਜਿਹੜੇ ਇਹ ਡੇਟਾ ਹੈਗਾ ਇਹਨੂੰ ਨਹੀਂ ਯੂਜ਼ ਕਰਦੇ। ਡੇਟਾ ਜਦੋਂ ਆਪਾਂ ਯੂਜ਼ ਕਰਨ ਲੱਗਦੇ ਹਾਂ ਤਾਂ ਆਪਾਂ ਨੂੰ ਨਵੀਆਂ ਨਵੀਆਂ ਇਨਸਾਈਟਸ ਮਿਲਦੀਆਂ ਨੇ। ਜਿਸ ਤਰ੍ਹਾਂ ਮੈਂ ਤੁਹਾਨੂੰ 15,000 ਕਰੋੜ ਰੁਪਏ ਦਾ ਨੁਕਸਾਨ ਦੇ ਬਾਰੇ ਦੱਸਿਆ, ਉਸ ਤੇ ਹੀ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ
ਕਿ ਇਹ ਵੀ ਮੁਲਿਆਂਕਰਨ ਕੀਤਾ ਗਿਆ, ਇਹ ਵੀ ਇੱਕ ਕੰਕਲੂਜਨ ਕੱਢਿਆ ਗਿਆ ਕਿ ਜਦੋਂ ਤੁਸੀਂ ਰੋਡ ਸੇਫਟੀ ਦੇ ਵਿੱਚ 1% ਇਨਵੈਸਟ ਕਰਦੇ ਹੋ ਰਿਸਰਚ ਜਾਂ ਉਹਦੇ ਚ ਆਪਣਾ ਕੋਈ ਰੋਡ ਫਰਨੀਚਰ ਕ੍ਰੀਏਟ ਕਰਨ ਚ 1% ਇਨਵੈਸਟ ਕਰਦੇ ਹੋ ਤਾਂ ਉਹਦਾ ਤੁਹਾਨੂੰ 20% ਮੁਨਾਫਾ ਹੁੰਦਾ। 20% ਮੁਨਾਫਾ ਇਨ ਦਾ ਸੈਂਸ ਕਿ 20% ਤੁਹਾਡਾ ਐਕਸੀਡੈਂਟ ਰੇਟ ਥੱਲੇ ਆ। ਸੋ ਜਿਸ ਤਰ੍ਹਾਂ ਅਸੀਂ ਇਹਦੇ ਚ ਦੇਖਣ ਨੂੰ ਬਹੁਤ ਲੱਗਦਾ ਵੀ 150 ਕਰੋੜ ਰੁਪਏ ਇਹਦੇ ਚ ਸੜਕ ਸੁਰੱਖਿਆ ਚ ਅਸੀਂ ਇਨਵੈਸਟ ਕਰ ਦਿੱਤੇ ਹੈਗੇ ਨੇ ਔਰ ਇੱਕ ਨਵੀਂ ਫੋਰਸ ਰੇਜ਼ ਕੀਤੀ ਆ, ਪਰ ਇਹਦਾ ਜਿਹੜਾ ਰਿਜ਼ਲਟ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ 150 ਕਰੋੜ ਤੋਂ ਬਹੁਤ ਅੱਗੇ ਜਾਏਗਾ। ਹਾਂ, ਸੋ ਆਪਣੀ ਇਹ ਜ਼ਿੰਮੇਵਾਰੀ ਹੁੰਦੀ ਆ, ਹਰ ਇੱਕ ਦੀ ਇਹ ਜ਼ਿੰਮੇਵਾਰੀ ਹੁੰਦੀ ਆ, ਜਦੋਂ ਰੱਬ ਤੁਹਾਨੂੰ ਕੋਈ ਮੌਕਾ ਦੇਵੇ ਤੁਸੀਂ ਕੋਈ ਇਹੋ ਜਿਹੀ ਚੀਜ਼ ਕਰੋ ਜਿਸ ਦਾ ਕਿ ਫਲ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਰਹੇ। ਸੋ ਜੀ ਬਿਲਕੁਲ, ਮੈਂ ਤੁਹਾਡੇ ਕੋਲ ਵਾਪਸ ਆਊਂਗਾ। ਮੈਂ ਇਸ ਪੁਆਇੰਟ ਦੇ ਉੱਤੇ ਬੇਸਿਕਲੀ ਜਿਹੜੀਆਂ ਡੈਥਸ ਰੇਟ ਹੈ ਆਪਾਂ ਉਸਨੂੰ ਹੀ ਘਟਾਉਣ ਬਾਰੇ ਸੋਚ ਰਹੇ ਹਾਂ, ਪਿਛਲੇ ਸੈਗਮੈਂਟ 'ਚ ਵੀ ਗੱਲ ਹੋਈ, ਪਰ ਉਹ ਰੈਵਨਿਊ ਤੇ ਕਿਸ ਤਰੀਕੇ ਨਾਲ ਡੈਂਟ ਕਰ ਰਿਹਾ ਆਪਾਂ ਨੂੰ ਲੱਗਦਾ ਕਿ ਉਹਦੇ ਉੱਪਰ ਵੀ ਗੱਲ ਹੋਣੀ ਚਾਹੀਦੀ ਹੈ। ਮੈਂ ਇੱਕ ਤੁਹਾਡੇ ਤੋਂ ਸਵਾਲ ਲੈਣਾ ਚਾਹੂੰਗਾ, ਮੈਂ ਬਾਕੀ ਚੀਜ਼ਾਂ ਵਾਲੇ ਪਾਸੇ ਵਧਾਂ ਕਿ ਅਸੀਂ ਇਮੈਜਿਨ ਕਰੀਏ, ਕਿਉਂਕਿ ਤੁਸੀਂ ਚੰਡੀਗੜ੍ਹ ਦੇ SSP ਹੋ, ਟ੍ਰੈਫਿਕ ਦਾ ਪੂਰਾ ਚਾਰਜ ਵੀ ਤੁਹਾਡੇ ਕੋਲ ਹੈ, ਤੁਸੀਂ ਖੁਦ ਇਮੈਜਿਨ ਕਰੋ ਜਾਂ ਬਾਕੀ ਲੋਕ ਇਮੈਜਿਨ ਕਰਨ, ਕਿਉਂਕਿ ਕੈਮਰੇ ਚੰਡੀਗੜ੍ਹ ਦੇ ਵਿੱਚ ਬਹੁਤ ਹੈ, ਪੁਲਿਸ ਦੀ ਸਖਤੀ ਬਹੁਤ ਹੈ, ਕਿ ਇੱਕ ਦਿਨ ਦੇ ਲਈ ਸਾਰੇ ਕੈਮਰੇ ਆਪਾਂ ਬੰਦ ਕਰ ਦਈਏ ਔਰ ਟ੍ਰੈਫਿਕ ਜਿਹੜੇ ਪੁਲਿਸ ਵਾਲੇ ਹੈਗੇ ਆ ਉਹ ਚੌਂਕਸ ਦੇ ਉੱਤੇ ਨਾ ਹੋਣ, ਤਾਂ ਫਿਰ ਕੀ ਹੋਊਗਾ ਚੰਡੀਗੜ੍ਹ 'ਚ? ਬੜਾ ਅੱਛਾ ਹਾਈਪੋਥੈਟੀਕਲ ਕੁਐਸਚਨ ਹੈ ਇਹ। ਜਿਹੜਾ ਸਾਡਾ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਚੰਡੀਗੜ੍ਹ 'ਚ ਸਥਾਪਿਤ ਕੀਤਾ ਗਿਆ ਸੀ 2022 ਦੇ ਮਿਡ 'ਚ ਸਥਾਪਿਤ ਕੀਤਾ ਗਿਆ ਸੀ, ਉਸ ਤੋਂ ਪਹਿਲੇ ਜਿੰਨੀ ਵੀ ਟ੍ਰੈਫਿਕ ਦੀ ਐਨਫੋਰਸਮੈਂਟ ਕੰਮ ਸੀ ਉਹ ਟ੍ਰੈਫਿਕ ਪੁਲਿਸ ਤੇ ਲੋਕਲ ਪੁਲਿਸ ਹੀ ਕਰ ਰਹੀ ਸੀ ਜੀ। ਜਦੋਂ ਤੋਂ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਬਣਿਆ ਹੈ ਉਦੋਂ ਤੋਂ ਸਾਡੀ ਪੁਲਿਸ ਟ੍ਰੈਫਿਕ ਪੁਲਿਸ ਦੀ ਰੋਡਸ ਤੇ ਐਨਫੋਰਸਮੈਂਟ ਐਕਟੀਵਿਟੀ ਅਸੀਂ ਘਟਾਈ ਹੈ, ਕਿਉਂਕਿ ਜਿਹੜਾ ਐਨਫੋਰਸਮੈਂਟ ਹੈ ਉਹ ਸਾਡੇ ਕੈਮਰਾਜ਼ ਹੀ ਬਹੁਤ ਜ਼ਿਆਦਾ ਕਰ ਦਿੰਦੇ ਹੈ। ਸਾਡੀ ਹੁਣ ਟ੍ਰੈਫਿਕ ਪੁਲਿਸ ਜ਼ਿਆਦਾਤਰ ਟ੍ਰੈਫਿਕ ਰੈਗੂਲੇਸ਼ਨ ਦੀ ਮਦਦ ਕਰਦੀ ਹੈ, ਜਿੱਥੇ ਟ੍ਰੈਫਿਕ ਜੈਮ ਹੈ, ਜਿੱਥੇ ਸਿਗਨਲਸ ਨੂੰ ਮੈਨੂਅਲ ਕਰਨਾ ਪੈਂਦਾ ਹੈ ਜਾਂ ਜ਼ਿਆਦਾ ਜਾਮ ਹੋਣ ਕਰਕੇ ਨਾਰਮਲ ਰੂਟੀਨ 'ਚ ਟ੍ਰੈਫਿਕ ਨਹੀਂ ਲੰਘ ਪਾ ਰਹੀ, ਉੱਥੇ ਫਿਰ ਸਾਨੂੰ ਇੰਟਰਵੈਂਸ਼ਨ ਮੈਨੂਅਲ ਇੰਟਰਵੈਂਸ਼ਨ ਕਰਕੇ ਉਹਨੂੰ ਠੀਕ ਕਰਨਾ ਪੈਂਦਾ। ਜੇ ਆਪਾਂ ਸੋਚੀਏ ਕਿ ਇੱਕ ਦਿਨ ਵਾਸਤੇ ਸਾਰਾ ਕੁਝ ਬੰਦ ਕਰਨਾ ਪਏ, ਉਹ ਅਸੀਂ ਪਹਿਲੇ ਹੀ ਪਹਿਲੇ ਗੱਲ ਕਰ ਰਹੇ ਸੀ ਕਿ ਜਿਹੜੀ ਫੀਅਰ ਆਫ ਬੀਂਗ ਕੌਟ ਐਂਡ ਫੀਅਰ ਆਫ ਬੀਂਗ ਪਨਿਸ਼ਡ ਹੈ ਉਹ ਬਿਲਕੁਲ ਖਤਮ ਹੋ ਜਾਏਗਾ, ਤੇ ਆਪਾਂ ਸੋਚ ਵੀ ਨਹੀਂ ਸਕਦੇ ਕਿ ਕਿੰਨਾ ਹੈਲਟਰ ਸਕੈਲਟਰ। ਇਹ ਵੀ ਅਸੀਂ ਹਾਈਪੋਥੈਟੀਕਲ ਕੁਐਸਚਨ ਇਹ ਵੀ ਆਉਂਦਾ ਹੁੰਦਾ ਜੇ ਇੱਕ ਦਿਨ ਵਾਸਤੇ ਪੁਲਿਸ ਆਪਣਾ ਸਾਰਾ ਕੰਮ ਕਰਨਾ ਛੱਡ ਦੇਵੇ ਤੇ ਦੁਨੀਆਂ 'ਚ ਕੀ ਹੋਏਗਾ, ਤਾਂ ਉਹ ਐਵੇਂ ਦੀ ਸਿਚੁਏਸ਼ਨ ਹੈ ਜਿਹਨੂੰ ਅਸੀਂ ਨਾ ਐਵੇਂ ਦੀ ਆਵੇ ਮੌਕਾ ਆਵੇ ਤਾਂ ਉਹੀ ਚੰਗਾ। ਮੈਂ ਇਸ ਕਰਕੇ ਵੀ ਸਵਾਲ ਪੁੱਛਿਆ, ਇੱਕ ਹਿਊਮਨ ਸਾਈਕੋਲੋਜੀ ਦੇ ਲਈ ਕਿਹਾ ਜਾਂਦਾ ਕਿ ਇੱਕ ਬੰਦਾ ਕੋਈ ਇੱਕ ਕੰਮ ਨੂੰ 21 ਦਿਨ ਲਗਾਤਾਰ ਕਰਦਾ ਰਹੇ ਤਾਂ 22ਵੇਂ ਦਿਨ ਤੋਂ ਉਸਦੀ ਹੈਬਿਟ ਬਣ ਜਾਂਦੀ ਹੈ, ਤਾਂ ਟ੍ਰੈਫਿਕ ਵਾਲੀ ਕਿਉਂ ਨਹੀਂ ਬਣਦੀ? ਜੀ, ਤੇ ਇਹ ਮੈਂ ਕਹਾਂਗੀ ਕਿ ਜਦੋਂ ਅਸੀਂ ਸੋਸਾਇਟੀ 'ਚ ਵਿਚਰਦੇ ਹਾਂ, ਜਿਵੇਂ ਆਪਾਂ ਪਹਿਲੀ ਗੱਲ ਕਰ ਚੁੱਕੇ ਕਿ ਕ੍ਰਿਮੀਨਲ ਟੈਂਡੈਂਸੀ ਥੋੜੀ ਜੀ ਹੁੰਦੀ ਹੈ, ਥੋੜੀ ਜਿਹੀ ਡੈਲਿੰਕੁਐਂਸੀ ਹਰ ਸੋਸਾਇਟੀ 'ਚ ਹੁੰਦੀ ਹੈ ਜੀ। ਜਦੋਂ ਆਪਾਂ 1-2 ਬੰਦੇ ਹੋਣ, ਜੇ ਆਪਾਂ ਵੱਡੀ ਸੋਸਾਇਟੀਜ਼ ਦੀ ਗੱਲ ਕਰਨ ਲੱਗੀਏ ਤਾਂ ਨੈਚੁਰਲੀ ਫਿਰ ਸਾਨੂੰ ਪੁਲਿਸ ਦੀ ਤੇ ਐਨਫੋਰਸਮੈਂਟ ਐਕਟੀਵਿਟੀਜ਼ ਦੀ ਲੋੜ ਪੈ ਜਾਂਦੀ ਹੈ, ਤਾਂ ਹਿਊਮਨ ਟੈਂਡੈਂਸੀ ਹੈ ਜੋ ਮੈਨੂੰ ਲੱਗਦਾ ਕਿ ਆਪਾਂ ਜੇ ਕਹੀਏ ਬਹੁਤ ਜ਼ਿਆਦਾ ਹੈਬਿਟ ਫਾਰਮਿੰਗ ਨਹੀਂ, ਇਹ ਰੈਗੂਲਰ ਚੱਲਦੀ ਰਹਿੰਦੀ ਹੈ, ਕ੍ਰਾਈਮ ਹੁੰਦਾ ਰਹੇਗਾ, ਵਾਇਲੇਸ਼ਨ ਹੁੰਦੀਆਂ ਰਹਿਣਗੀਆਂ, ਪੁਲਿਸ ਉਹਨੂੰ ਕਰੈਕਟ ਕਰਦੀ ਰਹੀ ਐਂਡ ਇਟ ਇਜ਼ ਐਨ ਆਨਗੋਇੰਗ ਪ੍ਰੋਸੈਸ, ਇਹ ਹਮੇਸ਼ਾ ਚੱਲਦਾ ਰਹਿੰਦਾ। ਫਿਗਰਸ ਵੀ ਦੱਸਦੀਆਂ ਚੰਡੀਗੜ੍ਹ ਦੇ ਵਿੱਚ ਜਿਹੜੀ ਸਖਤੀ ਐਜ਼ ਕੰਪੇਅਰ ਟੂ ਪੰਜਾਬ, ADG ਸਾਹਿਬ ਬੈਠੇ ਆ,
ਐਸ ਕੰਪੇਅਰ ਟੂ ਪੰਜਾਬ, ਚੰਡੀਗੜ੍ਹ ਦੇ ਵਿੱਚ ਸਖਤੀ ਬਹੁਤ ਹੈ ਔਰ ਰੈਵਨਿਊ ਜੋ ਲਾਸਟ ਈਅਰ ਦਾ ਉਹ ਦੱਸਦਾ ਜਦੋਂ ਤੋਂ ਕੈਮਰੇ ਇੰਸਟਾਲ ਹੋਏ ਆ ਕਿ ਕਿੰਨੇ। ਉਹਦੇ ਬਾਰੇ ਮੇਰੇ ਦੋ ਤਿੰਨ ਇਨਸਾਈਟਸ ਹੈ, ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਾਂਗੀ। ਮੈਂ ਹੈਵ ਸਰਵਡ ਇਨ ਪੰਜਾਬ ਆਲਸੋ ਤੇ ਹੁਣ ਇਸ ਤੋਂ ਪਹਿਲੇ ਮੈਂ ਪੰਜਾਬ ਚ ਪੋਸਟਡ ਸੀ ਤੇ ਚੰਡੀਗੜ੍ਹ ਚ ਸਭ ਤੋਂ ਪਹਿਲੀ ਗੱਲ ਤਾਂ ਟ੍ਰੈਫਿਕ ਪੁਲਿਸ ਸਾਡੀ 600 ਦੀ ਸਾਡੀ ਫੋਰਸ ਹੈ ਜਿਹੜੀ ਚੰਡੀਗੜ੍ਹ ਇੱਕ ਡਿਸਟ੍ਰਿਕਟ ਦੇ ਰੂਪ ਵਿੱਚ ਅਸੀਂ ਲਵਾਂਗੇ ਜਿੱਥੇ ਤੈਨਾਤ ਹੈ। ਪੰਜਾਬ ਵਿੱਚ ਕਿਸੇ ਡਿਸਟ੍ਰਿਕਟ ਵਿੱਚ 600 ਤੋਂ ਉੱਪਰ ਫੋਰਸ ਟ੍ਰੈਫਿਕ ਪੁਲਿਸ ਦੀ ਨਹੀਂ ਹੁੰਦੀ ਤਾਂ ਰਿਸੋਰਸਿਸ ਦੀ ਬਹੁਤ ਕਮੀ ਹੈ। ਤੇ ਜੇ ਅਸੀਂ ਕੰਪੇਅਰ ਕਰੀਏ ਮੋਹਾਲੀ ਨੂੰ ਜਾਂ ਕਿਸੇ ਵੀ ਪੰਜਾਬ ਦੇ ਸ਼ਹਿਰ ਨੂੰ ਚੰਡੀਗੜ੍ਹ ਨਾਲ ਡਾਇਰੈਕਟਲੀ ਤਾਂ ਉਹ ਇੱਕ ਤਾਂ ਫੇਅਰ ਹੀ ਨਹੀਂ ਹੋਏਗਾ ਕਿਉਂਕਿ ਰਿਸੋਰਸਿਸ ਦੀ ਬਹੁਤ ਜ਼ਿਆਦਾ ਡਿਫਰੈਂਸ ਹੈ, ਫਰਕ ਹੈ। ਦੂਸਰਾ ਚੰਡੀਗੜ੍ਹ ਚ ਕਿਉਂਕਿ ਇੱਕ ਸਮਾਲ ਯੂਨਿਟ ਹੋਣ ਕਰਕੇ ਜਦੋਂ ਵੀ ਕੋਈ ਇਨਫਰਾਸਟ੍ਰਕਚਰ ਚੇਂਜਸ ਦੀ ਅਸੀਂ ਗੱਲ ਕਰਦੇ ਹਾਂ, ਕੋਈ ਵੀ ਡਿਪਾਰਟਮੈਂਟ ਦੀ ਇੰਟਰਵੈਂਸ਼ਨ ਦੀ ਗੱਲ ਕਰਦੇ ਹਾਂ, ਥੋੜਾ ਸੌਖਾ ਹੋ ਜਾਂਦਾ ਹੈ ਕਿਉਂਕਿ ਛੋਟਾ ਲਿਮਿਟਿਡ ਏਰੀਆ ਹੈ ਤੇ ਉੱਥੇ ਕੰਮ ਕਰਨਾ ਜ਼ਿਆਦਾ ਈਜ਼ੀ ਹੁੰਦਾ ਹੈ। ਇਨਵੈਸਟਮੈਂਟ ਉਸ ਲੈਵਲ ਦੀ ਨਹੀਂ ਸੋਚ ਐਸ ਕੰਪੇਅਰ ਟੂ ਅ ਬਿਗ ਸਟੇਟ ਲਾਈਕ ਪੰਜਾਬ। ਤਾਂ ਉੱਥੇ ਜਦੋਂ ਫਰਕ ਆਂਦਾ ਹੈ ਤਾਂ ਸਿਰਫ ਉਹਨਾਂ ਕੀ ਫਰਕ ਹੈ ਕਿ ਆਪਾਂ ਸੋਚਦੇ ਹਾਂ ਕਿ ਇਨਫੋਰਸਮੈਂਟ ਇੱਥੇ ਜ਼ਿਆਦਾ ਹੈ। ਦੂਸਰੀ ਗੱਲ ਜਿਹੜੀ ਚਲਾਨ ਦੀ ਗੱਲ, ਅਸੀਂ ਮੈਨੂੰ ਯਾਦ ਹੈ ਜਦੋਂ ਨਵਾਂ ਸਾਲ ਹੋਇਆ ਤੇ ਸਾਡੇ ਤੋਂ ਡੇਟਾ ਲਿਆ ਤਾਂ ਬੜਾ ਉਹਨੂੰ ਚੰਡੀਗੜ੍ਹ ਨੂੰ ਚਲਾਨਗੜ੍ਹ ਦੇ ਨਾਮ ਤੇ ਕਰਕੇ ਬੜੇ ਆਪਣਾ ਉਹ ਵੀ ਚੱਲਿਆ। ਉਹਦੇ ਚ ਮੈਂ ਦੱਸਣਾ ਚਾਹਾਂਗੀ ਕਿ ਜਿਵੇਂ ਕਿ ਮੈਂ 2022 ਚ ਸਾਡਾ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਚੱਲਿਆ ਤੇ ਉਹਦੇ ਚ ਜਿਵੇਂ ਕਿ ਇਨਫੋਰਸਮੈਂਟ ਐਕਟੀਵਿਟੀ ਹੁਣ ਸਾਰੀ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਹੈ। ਬਿਲਕੁਲ ਠੀਕ। ਹੁਣ ਕੋਈ ਐਵੇਂ ਦੋਸ਼ ਨਹੀਂ ਲਾ ਸਕਦਾ ਕਿ ਚੰਡੀਗੜ੍ਹ ਬਾਹਰ ਦੀਆਂ ਗੱਡੀਆਂ ਜ਼ਿਆਦਾ ਰੋਕੀ ਜਾਂਦੀਆਂ ਤੇ ਚੰਡੀਗੜ੍ਹ ਦੀ ਘੱਟ ਰੋਕਦੇ, ਕਿਉਂਕਿ ਉਹ ਸਾਰਾ ਕੰਪਿਊਟਰ ਕਰ ਰਿਹਾ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਹੈ ਤਾਂ ਜਿਹੜਾ ਵੀ ਵਾਇਲੇਸ਼ਨ ਕਰੇਗਾ ਹੀ ਵਿਲ ਬੀ ਪਨਿਸ਼ਡ, ਹੀ ਔਰ ਸ਼ੀ ਵਿਲ ਬੀ ਪਨਿਸ਼ਡ। ਬਟ ਉਹਦਾ ਜਿਹੜਾ ਫਲਸਰੂਪ ਜੋ ਰਿਜ਼ਲਟ ਦੇਖਣ ਨੂੰ ਮਿਲਿਆ 2021 ਚ ਕੁੱਲ ਮੌਤਾਂ ਚੰਡੀਗੜ੍ਹ ਚ 97 ਡੈਥਸ ਹੋਈਆਂ ਸੀ, ਜੋ 2023 ਚ ਦੋ ਸਾਲ ਬਾਅਦ 67 ਡੈਥਸ ਹੋਈਆਂ, ਤਾਂ ਇਹ ਜਿਹੜੀ 30 ਮੌਤਾਂ ਘਟੀਆਂ, ਮੈਨੂੰ ਲੱਗਦਾ ਜਦੋਂ ਅਸੀਂ ਮੋਨੀਟਰੀ ਬਰਡਨ ਦੀ ਗੱਲ ਕਰਦੇ ਹਾਂ, ਫਾਈਨੈਂਸ਼ੀਅਲ ਬਰਡਨ ਦੀ ਅਸੀਂ ਹੁਣੇ ਗੱਲ ਕੀਤੀ, ਤਾਂ 10 ਕਰੋੜ ਤੋਂ ਉੱਪਰ ਜੁਰਮਾਨਾ ਜ਼ਰੂਰ ਹੋਇਆ ਜੋ ਅਸੀਂ ਐਜ਼ ਅ ਸੋਸਾਇਟੀ ਕਲੈਕਟਿਵਲੀ ਅਸੀਂ ਪੇ ਕੀਤਾ ਸਰਕਾਰ ਨੂੰ। ਬਟ ਉਹ 10 ਕਰੋੜ ਦਾ ਜੇ ਫਲ 30 ਮੌਤਾਂ ਦਾ ਬਚਾਅ ਹੈ ਤਾਂ ਮੈਨੂੰ ਲੱਗਦਾ ਇਟ ਇਜ਼ ਅ ਵੈਰੀ ਸਮਾਲ ਪ੍ਰਾਈਸ ਟੂ ਪੇ। ਤਾਂ ਉਹਦਾ ਬਹੁਤ ਅੱਛਾ ਬੈਨੀਫਿਟ ਵੀ ਹੋਇਆ ਹੈ ਤੇ ਜਿਹੜੀ 30 ਜਾਨਾਂ ਬਚੀਆਂ ਹੈ ਤਾਂ ਉਹਦੇ ਨਾਲ ਸਰਟਨ ਲੈਵਲ ਆਫ ਸੈਟੀਸਫੈਕਸ਼ਨ ਤੇ ਸਾਡੀ ਟ੍ਰੈਫਿਕ ਪੁਲਿਸ ਇਜ਼ ਵੈਰੀ ਮੋਟੀਵੇਟਿਡ ਤੇ ਪੂਰਾ ਡਿਪਾਰਟਮੈਂਟ ਹੀ ਇਨਫੈਕਟ ਕਿ ਅੱਗੇ ਹੋਰ ਜ਼ਿਆਦਾ ਅਸੀਂ ਕੰਮ ਕਰੀਏ। ਸਰ ਇਹੀ ਚੀਜ਼ ਆਪਾਂ ਪੰਜਾਬ ਦੇ ਵਿੱਚ ਜਿਵੇਂ ਮੈਮ ਕਹਿ ਰਹੇ ਨੇ ਕਿ ਫਰਕ ਹੈ ਕਿਉਂਕਿ ਵੱਡੀ ਸਟੇਟ ਹੈ, ਓਬਵੀਅਸਲੀ ਜੇ ਤੁਸੀਂ ਕੁਝ ਪਲਾਨ ਕਰੋਗੇ ਤਾਂ ਪੂਰੀ ਸਟੇਟ ਲਈ ਕਰਨਾ ਪਏਗਾ, ਜਾਂ 600 ਜਿਵੇਂ ਚੰਡੀਗੜ੍ਹ ਚ ਨੇ ਉਹ ਹਰ ਡਿਸਟ੍ਰਿਕਟ ਚ ਪੰਜਾਬ ਦੇ ਨਹੀਂ ਹੋ ਸਕਦੇ, ਪਰ ਆਪਾਂ ਇੱਕ ਮਾਡਲ ਦੇ ਤੌਰ ਤੇ ਕਿਸੇ ਕਿਸੇ ਜਗ੍ਹਾ ਨੂੰ ਸਿਲੈਕਟ ਕਰ ਸਕਦੇ ਹਾਂ ਜਾਂ ਕਰ ਰਹੇ ਹਾਂ। ਬਿਲਕੁਲ ਤੁਹਾਡੀ ਗੱਲ ਠੀਕ ਹੈ ਤੇ ਜਿਹੜਾ ਪ੍ਰਸ਼ਨ ਤੁਹਾਡੇ ਬੰਨਿਓ ਕਿ ਇੱਕ ਸੱਭਿਆ ਸਮਾਜ ਦੇ ਵਿੱਚ ਕੀ ਡਰ ਜਾਂ ਪਨਿਸ਼ਮੈਂਟ ਐਜ਼ ਅ ਟੂਲ ਹੋਣਾ ਚਾਹੀਦਾ, ਜਾਂ ਸੱਭਿਆ ਸਮਾਜ ਦੇ ਵਿੱਚ ਜਿਹੜਾ ਆਪਣਾ ਭਾਰਤ ਦਾ ਕਨਸੈਪਟ ਹੈਗਾ ਉਹ ਇਹ ਹੈਗਾ ਨਰ ਨਰਾਇਣ ਦਾ ਕਨਸੈਪਟ ਹੈਗਾ। ਆਪਾਂ ਇਸ ਦੇਸ਼ ਦੇ ਵਿੱਚ ਇੱਕ ਸੱਭਿਆ ਲੋਕ ਪੈਦਾ ਕਰੀਏ, ਉਹ ਵੀ ਸਰਕਾਰ ਦਾ ਇੱਕ ਮੋਟਿਵ। ਤੁਸੀਂ ਬਾਹਰ ਵਾਲਾ ਜ਼ਿਕਰ ਕੀਤਾ ਸੀ ਕਿ ਬਾਹਰ ਲੋਕ ਰੂਲ ਫਾਲੋ ਕਰਦੇ ਆ ਤੇ ਇੱਥੇ ਆ ਕੇ ਨਹੀਂ ਕਰਦੇ, ਉਵੇਂ ਚੰਡੀਗੜ੍ਹ ਚੋਂ ਨਿਕਲਦੇ ਆ ਤਾਂ ਮੁਹਾਲੀ ਚ ਜਾ ਕੇ ਡਰ ਘੱਟ ਜਾਂਦਾ। ਹਾਂ, ਉਹ ਡਰ ਨਹੀਂ ਹੋਣਾ ਚਾਹੀਦਾ। ਉਹ ਜਿਸ ਤਰ੍ਹਾਂ ਤੁਹਾਨੂੰ ਇਹਦੇ ਚ ਟੈਗ ਲਾਈਨ ਦਿੱਤੀ ਹੈ ਸੰਵੇਦਨਾ, ਦੂਜੇ ਦੇ ਨਾਲ ਇੱਕ ਅਟੈਚਮੈਂਟ, ਉਹਦੀ ਦੁੱਖ ਦਾ ਉਹ ਸਮਝਣਾ। ਸੋ ਭਾਰਤ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਜਿੱਥੇ ਕਿ ਆਪਾਂ ਬਾਹਰਲੇ ਦੇਸ਼ਾਂ ਨਾਲੋਂ ਅੱਗੇ ਆ, ਉਹ ਆਪਣੇ ਇਹ ਦੇਸ਼ ਦੇ ਵਿੱਚ ਇੱਕ ਨਰ ਨਰਾਇਣ ਦਾ ਕਨਸੈਪਟ ਹੈਗਾ ਕਿ ਹਰ ਇੱਕ ਇਨਸਾਨ ਉਹਨੂੰ ਸਿਰਫ ਡਰ
ਔਰ ਪਨਿਸ਼ਮੈਂਟ ਦੇ ਨਾਲ ਹੀ ਨਹੀਂ ਕੰਟਰੋਲ ਕਰਨਾ, ਉਹਨੂੰ ਡਿਵੈਲਪ ਵੀ ਕਰਨਾ, ਉਹਨੂੰ ਇੱਕ ਅੱਛਾ ਇਨਸਾਨ ਵੀ ਬਣਾਉਣਾ, ਤਾਂ ਕਿ ਉਹਦੀ ਅਛਾਈ ਉਹਦੇ ਅੰਦਰੋਂ ਉਤਪੰਨ ਹੋਵੇ। ਇਹ ਨਹੀਂ ਕਿ ਕਿਸੇ ਡੰਡੇ ਕਰਕੇ ਉਹਦੇ ਤੇ, ਇਹ ਤਾਂ ਇੱਕ ਕਲੋਨੀਅਲ ਐਟੀਟਿਊਡ ਹੈਗਾ। ਜਿਸ ਤਰ੍ਹਾਂ ਅੰਗਰੇਜ਼ਾਂ ਨੇ ਆਪਣੇ ਤੇ ਰਾਜ ਕੀਤਾ ਤੇ ਉਹਨਾਂ ਨੇ ਡੰਡੇ ਦੇ ਸਿਰ ਤੇ ਆਪਾਂ ਨੂੰ ਉਹ ਕੀਤਾ। ਮੈਂ ਉਸੇ ਦੇ ਵਿੱਚ ਐਡ ਸਰ ਕਰਨਾ ਚਾਹੂੰਗਾ, ਮਾਫੀ ਚਾਹ ਰਿਹਾ ਤੁਹਾਨੂੰ ਵਿਚਾਰ ਰੁਕਿਆ। ਬੇਸਿਕਲੀ ਇੱਕ ਇਸ ਤੋਂ ਪਹਿਲਾਂ ਵੀ ਆਪਾਂ ਜ਼ਿਕਰ ਕਰ ਰਹੇ ਸੀ ਕਿ ਜਿਹੜੀ 18 ਸਾਲ ਦੀ ਉਮਰ ਹੈ ਉਸ ਤੋਂ ਬਾਅਦ ਲਾਇਸੈਂਸ ਬਣਦਾ, ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਇੱਕ ਡਰਾਈਵ ਕਰਨ ਵਾਲੇ ਨੂੰ, ਚਾਹੇ ਟੂ ਵੀਲਰ ਜਾਂ ਫੋਰ ਵੀਲਰ ਕਰ ਰਿਹਾ, ਉਸ ਨੂੰ ਪਤਾ ਲੱਗਦੀਆਂ। ਪਰ ਇਸ ਦੇ ਸਭ ਦੇ ਪਿੱਛੇ ਇੱਕ ਬਿਜ਼ਨਸ ਕ੍ਰੀਏਟ ਹੋ ਗਿਆ, ਬਿਜ਼ਨਸ ਜੋ ਲਾਇਸੈਂਸ ਬਣਵਾ ਕੇ ਦਿੰਦਾ। ਤੁਸੀਂ ਆਰਟੀਓ ਦੇ ਦਫ਼ਤਰ ਦੇ ਬਾਹਰ, ਮੈਂ ਬਹੁਤ ਪ੍ਰੈਕਟੀਕਲ ਗੱਲ ਕਰ ਰਿਹਾ ਕਿ ਆਰਟੀਓ ਦੇ ਦਫ਼ਤਰ ਦੇ ਬਾਹਰ ਜਾਓ ਕਿ ਮੈਂ ਆਪਣਾ ਲਾਇਸੈਂਸ ਬਣਵਾਉਣਾ, ਲੰਬੀ ਲਾਈਨ ਤੁਸੀਂ ਦੇਖੋਗੇ, ਘੜੀ ਦੇਖੋਗੇ ਕਿ 2-3 ਘੰਟੇ ਲੱਗ ਜਾਣੇ ਆ, ਫਿਰ ਤੁਸੀਂ ਕੋਈ ਬੰਦਾ ਲੱਭੋਗੇ, ਫਿਰ ਤੁਹਾਨੂੰ ਬਾਹਰ ਇੱਕ ਬੰਦਾ ਮਿਲ ਜਾਏਗਾ ਜਿਹੜਾ ਕਹੇਗਾ ਕਿ ਫੀਸ ਹੈ 2000, ਸਪੋਜ਼ ਮੈਨੂੰ ਨਹੀਂ ਪਤਾ ਐਗਜ਼ੈਕਟਲੀ ਫੀਸ ਕਿੰਨੀ ਹੈ, 2000, ਉਹਦੇ ਉੱਪਰ 1500 ਰੁਪਏ ਹੋਰ ਲਏਗਾ, ਉਹ ਕਹੇਗਾ ਤੁਸੀਂ ਘਰ ਜਾਓ, ਤੁਹਾਡੇ ਕੋਲ ਪਹੁੰਚ ਜਾਏਗਾ ਲਾਇਸੈਂਸ। ਕੀ ਇਹ ਘੱਟ ਹੋਇਆ ਜਾਂ ਇਸ ਬਾਰੇ ਵੀ ਤੁਸੀਂ ਗੌਰ ਕਰ ਰਹੇ ਹੋ? ਕਿਉਂਕਿ ਜਦੋਂ ਆਪਾਂ ਸੰਵੇਦਨਾ ਦਾ ਜ਼ਿਕਰ ਕਰਦੇ ਹਾਂ, ਹੁਣ ਜਿਹਨੇ ਬਿਨਾਂ ਟ੍ਰੇਨਿੰਗ ਤੋਂ ਲਾਇਸੈਂਸ ਹਾਸਲ ਕਰ ਲਿਆ, ਹੁਣ ਉਸਨੂੰ ਅਸੀਂ ਸੋਚੀਏ ਕਿ ਜਾ ਕੇ ਟ੍ਰੈਫਿਕ ਰੂਲ ਵੀ ਬਹੁਤ ਤਰੀਕੇ ਨਾਲ ਫੋਲੋ ਕਰ ਰਿਹਾ ਹੋਏਗਾ, ਪੰਜੇ ਉਂਗਲਾਂ ਬਰਾਬਰ ਨਹੀਂ, ਬਹੁਤ ਸਾਰੇ ਲੋਕ ਕਰਦੇ ਵੀ ਹੋਣੇ, ਪਰ ਚਾਂਸਿਸ ਘੱਟ ਜਾਂਦੇ ਆ। ਇਹਦੇ ਲਈ ਜਿਹੜਾ ਇੱਕ ਟੂਲ ਹੈਗਾ ਉਹ ਅੱਜ ਜਿਹੜਾ ਆਪਾਂ ਨੂੰ ਅਵੇਲੇਬਲ ਹੈਗਾ ਉਹ ਟੈਕਨੋਲੋਜੀ ਹੈਗਾ ਜੀ। ਟੈਕਨੋਲੋਜੀ ਇੱਕ ਇਹੋ ਜਿਹਾ ਟੂਲ ਹੈਗਾ ਜਿਹੜਾ ਹਰ ਇੱਕ ਚੀਜ਼ ਨੂੰ ਟ੍ਰਾਂਸਪੇਰੈਂਟ ਕਰਦਾ ਤੇ ਫੇਅਰ ਕਰਦਾ। ਔਰ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਲਾਇਸੈਂਸ ਦੀਆਂ ਮੌਲ ਪ੍ਰੈਕਟਿਸਿਸ ਦੀ ਗੱਲ ਕੀਤੀ ਆ, ਉਹਦੇ ਲਈ ਵੀ ਇਹ ਮੇਰਾ ਆਪਣਾ ਕਾਰਜ ਖੇਤਰ ਨਹੀਂ, ਇਹ ਟਰਾਂਸਪੋਰਟ ਡਿਪਾਰਟਮੈਂਟ ਦਾ ਕਾਰਜ ਖੇਤਰ ਆ, ਪਰ ਕਿਉਂਕਿ ਸਾਡੇ ਨਾਲ ਉਹ ਰਿਲੇਟਡ ਹੈਗਾ ਤੇ ਇਸ ਕਰਕੇ ਇਹਦੇ ਬਾਰੇ ਵੀ ਮੈਂ ਪੰਜਾਬ ਦੇ ਵਿੱਚ ਜੋ ਹੋ ਰਿਹਾ ਆਉਣ ਵਾਲੇ ਸਮੇਂ ਚ ਹੋਣ ਵਾਲਾ ਹੈਗਾ ਉਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਚਾਨਣਾ ਪਾਉਣਾ ਚਾਹਾਂਗਾ। ਉਹ ਇਹ ਹੈਗਾ ਕਿ ਜਿੰਨੀਆਂ ਵੀ ਪ੍ਰੋਗਰੈਸਿਵ ਸਟੇਟਸ ਹੈਗੀਆਂ ਨੇ ਜੀ, ਉਹ ਜਾਂ ਨੇਸ਼ਨ ਹੈਗੇ ਨੇ, ਉਹ ਹੌਲੀ ਹੌਲੀ ਹਿਊਮਨ ਬੇਸਡ ਅਪਰੋਚ ਤੋਂ ਉਹ ਸਿਸਟਮ ਬੇਸਡ ਅਪਰੋਚ ਅੱਗੇ ਵੱਧਦੇ ਨੇ। ਔਰ ਆਪਣੇ ਦੇਸ਼ ਦੇ ਵਿੱਚ ਉੱਤਰਾਖੰਡ ਇੱਕ ਇਹੋ ਜਿਹੀ ਸਟੇਟ ਹੈਗੀ ਜਿੱਥੇ ਉਹਨਾਂ ਨੇ ਮਾਈਕਰੋਸੋਫਟ ਦੀ ਹੈਲਪ ਦੇ ਨਾਲ ਉੱਥੇ ਦੇਹਰਾਦੂਨ ਦੇ ਵਿੱਚ ਇੱਕ ਨੋਨ ਹਿਊਮਨ ਇੰਟਰਫੇਸ ਸੈਟਅਪ ਕੀਤਾ ਜਿਹਦੇ ਨਾਲ ਕਿ ਤੁਹਾਡਾ ਲਾਇਸੈਂਸ ਦੀ ਜਿਹੜੀ ਪ੍ਰੋਸੈਸ ਆ ਉਹ ਟੋਟਲੀ ਆਟੋਮੇਟਿਡ ਹੋ ਗਈ ਆ। ਤੇ ਆਪਣੇ ਜਿਹੜੇ ਮਾਣਯੋਗ ਟਰਾਂਸਪੋਰਟ ਮੰਤਰੀ ਨੇ ਸਰਦਾਰ ਲਾਲ ਜੀ ਭੁੱਲ, ਉਹ ਉਸ ਜਗ੍ਹਾ ਨੂੰ ਵਿਜ਼ਿਟ ਕਰਕੇ ਆਏ ਨੇ, ਉਹਨਾਂ ਦੇ ਨਾਲ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਨੇ ਉਹ ਵੀ ਵਿਜ਼ਿਟ ਕਰਕੇ ਆਏ ਨੇ, ਦੇਖ ਕੇ ਆਏ ਨੇ। ਉਸ ਤਰ੍ਹਾਂ ਦਾ ਸਿਸਟਮ ਆਪਾਂ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਇੱਕ ਜਿਹੜਾ ਫੇਅਰ ਸਿਸਟਮ ਹੋਵੇ ਤੇ ਸੇਫ ਸਿਸਟਮ ਹੋਵੇ। ਔਰ ਉਸ ਸੇਫ ਸਿਸਟਮ ਦੇ ਵਿੱਚ ਜਦੋਂ ਆਪਾਂ ਨੂੰ ਬਾਹਰੋਂ ਕੋਈ ਇਸ ਤਰ੍ਹਾਂ ਦੀ ਉਹ ਹੁੰਦੀ ਹੈ ਕਿ ਆਪਾਂ ਨੂੰ ਇਹ ਹੁੰਦਾ ਕਿ ਜਦੋਂ ਆਪਾਂ ਕੁਛ ਅੱਛਾ ਕਰਾਂਗੇ ਤੇ ਬਾਹਰੋਂ ਵੀ ਆਪਾਂ ਨੂੰ ਅੱਛਾ ਮਿਲੇਗਾ, ਮਤਲਬ ਉਦੋਂ ਫਿਰ ਬੰਦੇ ਦੇ ਅੰਦਰ ਅਛਾਈ ਆਪਣੇ ਆਪ ਉਤਪੰਨ ਹੁੰਦੀ ਹੈ। ਜਦੋਂ ਉਹਨੂੰ ਪਤਾ ਹੋਊਗਾ ਕਿ ਮੈਂ ਜੇ ਪ੍ਰੋਪਰਲੀ ਉਹ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਹੈ ਤਾਂ ਲੋੜ ਨਹੀਂ ਪੈਣੀ ਕਿਸੇ ਨੂੰ ਅਪਰੋਚ ਕਰਨ ਦੀ। ਹਾਂ, ਕਿਉਂਕਿ ਬੇਸਿਕਲੀ ਤਾਂ ਸਰ ਰਿਕੁਆਇਰਮੈਂਟਸ ਤੇ ਡਿਪੈਂਡ ਕਰਦਾ ਨਾ, ਸਿੱਧਾ ਤਾਂ ਆ ਕੇ ਤੁਹਾਨੂੰ ਕੋਈ ਆਫਰ ਨਹੀਂ ਕਰਦਾ ਕਿ ਮੈਂ ਤੁਹਾਡਾ ਲਾਇਸੈਂਸ ਬਣਵਾ ਦੇਣਾ। ਜੇ ਸਾਡੀ ਰਿਕੁਆਇਰਮੈਂਟ ਹੈ, ਜੇ ਅਸੀਂ ਬੰਦਾ ਲੱਭਦੇ ਹਾਂ ਕਿ ਯਾਰ ਕੋਈ ਮਿਲ ਜੇ ਸਾਡਾ ਸਰ, ਜੇ ਤਾਂ ਦੋਨੇ ਪਾਸਿਓਂ ਹੀ ਮਤਲਬ ਜੁੜੀ ਹੋਈ ਹੈ ਇਹ ਚੀਜ਼। ਬਿਲਕੁਲ, ਔਰ ਇਹਦੇ ਚ ਲੋਕਾਂ ਦੀ ਇਨਵੋਲਵਮੈਂਟ ਨਾਲ ਰੱਖਣੀ, ਲੋਕਾਂ ਨੂੰ ਨਾਲ ਰੱਖਣਾ। ਇਹਦੇ ਲਈ ਮੈਂ ਤੁਹਾਡੇ ਜਿਹੜਾ ਪੰਜਾਬ ਦੇ ਵਿੱਚ ਇੱਕ ਅਸੀਂ ਹੋਰ
ਨਵਾਂ ਇਨੀਸ਼ੀਏਟਿਵ ਲਿਆ ਹੈਗਾ, ਉਹ ਅਸੀਂ ਮੈਪ ਮਾਈ ਇੰਡੀਆ ਨਾਲ ਇੱਕ ਕੋਲੈਬੋਰੇਸ਼ਨ ਕੀਤੀ ਹੈ। ਮੈਪ ਮਾਈ ਇੰਡੀਆ ਇੱਕ ਨੈਵੀਗੇਸ਼ਨ ਸਿਸਟਮ ਪ੍ਰੋਵਾਈਡ ਕਰਦਾ ਔਰ ਜਿੰਨੇ ਵੀ ਸਾਡੇ ਬਲੈਕ ਸਪੋਟ ਨੇ ਅਸੀਂ ਮੈਪ ਮਾਈ ਇੰਡੀਆ ਦੇ ਉੱਤੇ ਪਲੋਟ ਕਰ ਦਿੱਤੇ ਹੈਗੇ ਨੇ। ਜਦੋਂ ਵੀ ਉਹ ਬੰਦਾ ਸਿਸਟਮ ਨੂੰ ਯੂਜ਼ ਕਰ ਰਿਹਾ ਉਹਨੂੰ ਪਹਿਲਾਂ ਹੀ ਇੱਕ ਵਾਰਨਿੰਗ ਉਹਦੀ ਕਾਰ ਤੇ ਆਉਣ ਲੱਗ ਜਾਏਗੀ, ਉਹਦੇ ਨੈਵੀਗੇਸ਼ਨ ਤੇ ਆਉਣ ਲੱਗ ਜਾਏਗੀ ਕਿ ਤੁਸੀਂ ਐਕਸੀਡੈਂਟ ਪ੍ਰੋਨ ਏਰੀਆ ਦੇ ਵਿੱਚ ਜਾ ਰਹੇ ਹੋ, ਠੀਕ ਹੈ, ਕੇਅਰਫੁਲ ਹੋ ਜਾਓ, ਐਕਸੀਡੈਂਟ ਪ੍ਰੋਨ ਏਰੀਆ ਅੱਗੇ ਹੈਗਾ, ਤੁਸੀਂ ਕੇਅਰਫੁਲ 400 ਮੀਟਰ ਤੋਂ ਪਹਿਲਾਂ ਉਹਨੂੰ ਇੱਕ ਤਰ੍ਹਾਂ ਦੀ ਵਾਰਨਿੰਗ। ਇਹ ਲਿੰਕ ਰੋਡ ਤੇ ਵੀ ਹੋਏਗਾ ਸਰ? ਹਾਂਜੀ, ਇਹ ਲਿੰਕ ਰੋਡ ਦੇ ਉੱਪਰ ਵੀ ਹੋਏਗਾ, ਸਾਰੀਆਂ ਰੋਡਸ ਦੇ ਉੱਤੇ, ਚਾਹੇ ਉਹ ਸਟੇਟ ਹਾਈਵੇ, ਨੈਸ਼ਨਲ ਹਾਈਵੇ ਜਾਂ ਲਿੰਕ ਰੋਡ ਹੈ, ਜਿਹੜੀ ਇਹ ਨੈਵੀਗੇਸ਼ਨ ਸਿਸਟਮ ਆ ਉਹ ਸਾਰਿਆਂ ਦੇ ਉੱਤੇ ਆ ਔਰ ਇਹ ਕਰਾਊਡ ਸੋਰਸਡ ਆ। ਕਰਾਊਡ ਸੋਰਸ ਹੈ, ਜਦੋਂ ਬੰਦਾ ਕਿਤੇ ਕੋਈ ਪ੍ਰੋਬਲਮ ਫੇਸ ਕਰਦਾ ਉਹਦੀ ਸਿਸਟਮ ਚ ਆ ਜਾਂਦਾ, ਉਹ ਬੈਕ ਐਂਡ ਤੇ ਜਾਂਦਾ ਤੇ ਉਹ ਇਮੀਡੀਏਟਲੀ ਉਹਦਾ ਅਸੀਂ ਇੰਪਰੂਵਮੈਂਟ ਕਰ ਸਕਦੇ ਹਾਂ ਵੀ ਇੱਥੇ ਇੱਥੇ ਪ੍ਰੋਬਲਮ ਆ ਰਹੀ ਆ। ਔਰ ਤਾਂ ਹੀ ਅਸੀਂ ਇਸ ਮੈਪ ਮਾਈ ਇੰਡੀਆ ਨੂੰ ਚੁਣਿਆ ਕਿਉਂਕਿ ਇਹ ਇੰਡੀਆ ਬੇਸਡ ਕੰਪਨੀ ਆ, ਇੱਥੇ ਇਹਨਾਂ ਦੇ ਸਾਰੇ ਸਰਵਰ ਅਵੇਲੇਬਲ ਨੇ, ਇਹਨਾਂ ਨਾਲ ਸਾਡੀ ਕਮਿਊਨੀਕੇਸ਼ਨ ਗੂਗਲ ਨਾਲ ਸਾਡੀ ਓਨੀ ਕਮਿਊਨੀਕੇਸ਼ਨ ਨਹੀਂ ਹੋ ਪਾਦੀ ਕਿਉਂਕਿ ਉਹ ਇੱਕ ਬਾਹਰਲੀ ਅਮਰੀਕਨ। ਇੰਪਲੀਮੈਂਟ ਹੋ ਗਿਆ ਸਰ? ਇਹ ਬਿਲਕੁਲ ਇੰਪਲੀਮੈਂਟ ਹੋ ਗਿਆ, ਇਹ ਪ੍ਰੈਕਟੀਕਲੀ ਤੁਸੀਂ ਜਦੋਂ ਮੈਪ ਮਾਈ ਇੰਡੀਆ ਦੀ ਐਪ ਯੂਜ਼ ਕਰੋਗੇ ਉਹ ਉਹਦੇ ਤੇ ਅਵੇਲੇਬਲ ਹੋਏਗਾ। ਮੈਂ ਥੋੜਾ ਮੈਂ ਆਪਣੇ ਦਰਸ਼ਕਾਂ ਤੱਕ ਵੀ ਇਹ ਗੱਲ ਪਹੁੰਚਾਵਾਂ ਕਿ ਤੁਸੀਂ ਆਪਣੇ ਫੋਨ ਦੇ ਉੱਤੇ ਮੈਪ ਮਾਈ ਇੰਡੀਆ ਦੀ ਕੋਈ ਐਪ ਡਾਊਨਲੋਡ ਕਰ ਸਕਦੇ ਹੋ ਜਿਸਦਾ ਪੰਜਾਬ ਪੁਲਿਸ ਦੇ ਨਾਲ ਕੋਲੈਬੋਰੇਸ਼ਨ ਆਪਣਾ ਹੈਗਾ, ਟਾਈ ਅਪ ਹੈ, ਤੇ ਤੁਸੀਂ ਰੋਡ ਦੇ ਉੱਪਰ ਜਾ ਰਹੇ ਹੋ, ਕੋਈ ਬਲਾਈਂਡ ਕੱਟ ਹੈ, ਬਲਾਈਂਡ ਮੋਡ ਹੈ ਜਾਂ ਡਾਰਕ ਸਪੋਟ ਹੈ ਤਾਂ ਉਹ ਤੁਹਾਡੇ ਪਹਿਲਾਂ ਹੀ ਸ਼ੋਅ ਹੋ ਜਾਏਗਾ, ਵਾਰਨਿੰਗ ਸ਼ੋਅ ਹੋ ਜਾਏਗੀ 400-500 ਮੀਟਰ ਮਤਲਬ ਅੱਧਾ ਕਿਲੋਮੀਟਰ ਪਹਿਲਾਂ ਹੀ, ਤਾਂ ਕਿ ਤੁਸੀਂ ਆਪਣੀ ਗੱਡੀ ਦੀ ਸਲੋ ਜਾਂ ਟੂ ਵੀਲਰ ਦੀ ਜਿਹੜੀ ਸਪੀਡ ਹੈ ਉਸਨੂੰ ਸਲੋ ਕਰ ਸਕੋ, ਇਹੀ ਹੋਏਗਾ, ਬਿਲਕੁਲ ਕੇਅਰਫੁਲ ਹੋ ਜਾਓਗੇ। ਹਾਂ, ਕੇਅਰਫੁਲ ਹੋ ਜਾਓਗੇ। ਇੱਕ ਹੋਰ ਟੈਕਨੋਲੋਜੀ ਜਿਹੜੀ ਅਸੀਂ ਆਪਣੀਆਂ, ਕਿਉਂਕਿ ਪੁਲਿਸ ਇੱਕ ਟ੍ਰੈਂਡ ਸੈਟਰ ਹੁੰਦੀ ਹੈ, ਪੁਲਿਸ ਅਗਰ ਗੱਡੀਆਂ ਸੇਫ ਚਲਾਏਗੀ, ਪ੍ਰੋਪਰ ਚਲਾਏਗੀ ਤਾਂ ਉਹਦੇ ਨਾਲ ਲੋਕਾਂ ਨੂੰ ਵੀ ਮੈਸੇਜ ਜਾਏਗਾ। ਅਸੀਂ ਜਿਹੜੀਆਂ ਹੁਣ ਸੜਕ ਸੁਰੱਖਿਆ ਫੋਰਸ ਲਈ ਮੋਸਟ ਮਾਡਰਨ ਗੱਡੀਆਂ ਖਰੀਦੀਆਂ ਨੇ ਟੋਯੋਟਾ ਹਾਈਲੈਕਸ ਦੀਆਂ, ਉਹਨਾਂ ਵਿੱਚ ਅਸੀਂ ਇੱਕ ਡਰਾਈਵਰ ਆਏ ਨਾਂ ਦੀ ਐਪ ਲਾਂਚ ਕਰਦੇ ਹਾਂ ਜਿਹੜੀ ਕਿ ਡਰਾਈਵਰ ਨੂੰ ਵਾਰਨ ਕਰਦੀ ਰਹੇਗੀ, ਉਹ ਡਰਾਈਵਰ ਦੇ ਪੈਰਾਮੀਟਰਸ ਰੀਡ ਕਰਦੀ ਰਹਿੰਦੀ ਹੈ ਕਿ ਇਹ ਝਪਕੀਆਂ ਤਾਂ ਨਹੀਂ ਲੈ ਰਿਹਾ, ਇਹ ਜ਼ਿਆਦਾ ਉਹ ਤਾਂ ਨਹੀਂ ਹੋ ਰਿਹਾ, ਰੈਸ਼ ਨਹੀਂ ਕਰ ਰਿਹਾ ਡਰਾਈਵਿੰਗ, ਅਗਰੈਸਿਵਲੀ ਨਹੀਂ ਚਲਾ ਰਿਹਾ, ਔਰ ਉਹਨੂੰ ਵਾਰਨ ਕਰਨਾ ਸ਼ੁਰੂ ਕਰ ਦੇਗੀ ਨਾਲ ਦੀ ਨਾਲ ਤਾਂ ਕਿ ਉਹ ਕੇਅਰਫੁਲ ਹੋ ਜੇ। ਕਈ ਵਾਰੀ ਇਹ ਐਕਸੀਡੈਂਟ ਆਪਣੇ ਜ਼ਿਆਦਾ ਇਸ ਕਰਕੇ ਵੀ ਹੋ ਜਾਂਦੇ ਨੇ ਕਿ ਕਈ ਵਾਰੀ ਡਰਾਈਵਰ ਦੀ ਝਪਕੀ ਲੱਗ ਜਾਂਦੀ ਹੈ ਬੈਠੇ ਬੈਠੇ, ਉਹ ਪਤਾ ਨਹੀਂ ਲੱਗਦਾ ਔਰ ਗੱਡੀ ਜਾ ਕੇ ਐਕਸੀਡੈਂਟ ਹੋ ਜੀ। ਜੀ ਜੀ ਸਰ, ਪਲੀਜ਼। ਮੈਮ ਮੇਰਾ ਇੱਕ ਸਵਾਲ ਤੁਹਾਡੇ ਤੋਂ ਹੈ, ਚੰਡੀਗੜ੍ਹ ਦੇ ਵਿੱਚ ਦਿਨੋ ਦਿਨ ਵੱਧ ਰਹੇ ਟ੍ਰੈਫਿਕ ਨੂੰ ਲੈ ਕੇ, ਕਿਉਂਕਿ ਜਿਸ ਵੇਲੇ ਚੰਡੀਗੜ੍ਹ ਪਲਾਨ ਹੋਇਆ ਸੀ ਉਸ ਵੇਲੇ ਆਬਾਦੀ ਬਹੁਤ ਘੱਟ ਸੀ ਔਰ ਅੱਜ ਹਰ ਸਟੇਟ ਤੋਂ ਆ ਕੇ ਲੋਕ ਇੱਥੇ ਵਸੇ ਨੇ, ਤਾਂ ਅੱਜ ਦਾ ਜਿਹੜਾ ਚੰਡੀਗੜ੍ਹ ਦੀ ਰੂਪ ਰੇਖਾ ਹੈ ਉਹ ਬਦਲ ਚੁੱਕੀ ਹੈ ਨਾ, ਬਹੁਤ ਟ੍ਰੈਫਿਕ ਲਾਈਟਸ ਤੇ ਤੁਹਾਨੂੰ ਦੋ ਦੋ ਤਿੰਨ ਤਿੰਨ ਚਾਰ ਚਾਰ ਵਾਰ ਤੱਕ ਵੇਟ ਕਰਨੀ ਪੈਂਦੀ ਹੈ। ਸੋ ਐਸੇ ਚ ਤੁਸੀਂ ਕਿਸ ਤਰੀਕੇ ਦੇ ਚੈਲੰਜਸ ਫੇਸ ਕਰ ਪਾ ਰਹੇ ਹੋ ਕਿ ਉਸ ਸਮੂਥ ਉਹ ਚੱਲਦੀ ਰਹੇ ਤੁਹਾਡੀ ਟ੍ਰੈਫਿਕ? ਦੇਖੋ ਇਹ ਵੀ ਸਾਡੇ ਜਿਹੜੀ ਅਸੀਂ ਪਹਿਲੇ ਡਿਸਕਸ਼ਨਸ ਕੀਤੀਆਂ ਉਹਦੇ ਨਾਲ ਹੀ ਲਿੰਕਡ ਹੈ। 2023 ਵਿੱਚ ਚੰਡੀਗੜ੍ਹ ਚ 46,000 ਨਵਾਂ ਵਹੀਕਲ ਰਜਿਸਟਰ ਹੋਇਆ, ਤਾਂ ਅਸੀਂ ਦੇਖ ਰਹੇ ਹਾਂ ਕਿ ਹਰ ਸਾਲ 50,000 ਨਵੇਂ ਵਹੀਕਲਸ ਆ ਰਹੇ ਹੈ, ਬਟ ਸਾਡੀ ਰੋਡਸ ਦੀ ਕਪੈਸਿਟੀ ਓਨੀ ਕੀ ਹੈ? ਜੀ ਜੀ। ਸੈਕਿੰਡਲੀ ਸਾਡੇ ਟ੍ਰੈਫਿਕ ਪੁਲਿਸ ਵੀ ਓਨੀ ਹੈ, ਬਹੁਤ ਸਾਲਾਂ ਤੋਂ 500-600 ਲੋਕ ਹੀ ਹੈ ਤੇ ਹੁਣ ਤੱਕ ਵੀ ਓਨੀ ਸਾਡੀ ਫੋਰਸ ਚੱਲੀ ਆ ਰਹੀ ਹੈ, ਤਾਂ ਇਸ ਤੋਂ ਇਹ ਅਸੀਂ ਜਿਹੜਾ ਇਹਦਾ ਕੱਢਿਆ ਨਿਸ਼ਕਰਸ਼ ਇਹ ਕੱਢਿਆ ਹੈ ਕਿ ਜਿੰਨਾ ਟ੍ਰੈਫਿਕ ਆਫਿਸਰ ਜਿਹੜਾ ਰੋਡ ਤੇ ਖੜਾ ਹੈ, ਹੀ ਕੈਨ ਓਨਲੀ ਕੰਟਰੀਬਿਊਟ ਸੋ ਮਚ ਟੂ ਟ੍ਰੈਫਿਕ ਰੈਗੂਲੇਸ਼ਨ, ਉਹ ਜਿੰਨਾ ਕੰਮ ਕਰ ਸਕਦਾ ਹੈ ਜੇ
ਪਿੱਛੋਂ ਬਹੁਤ ਜ਼ਿਆਦਾ ਇਨਫਲੋ ਆਫ ਟ੍ਰੈਫਿਕ ਆ ਜਾਏ ਤਾਂ ਇੱਕ ਟ੍ਰੈਫਿਕ ਆਫਿਸਰ ਵੀ ਖੜਾ ਕੁਝ ਜ਼ਿਆਦਾ ਡਿਫਰੈਂਸ ਨਹੀਂ ਪਾ ਸਕਦਾ ਉਹਦੇ 'ਚ। ਉਹਦੇ ਲਈ ਸਾਨੂੰ ਰੋਡਸ 'ਚ ਇੰਜੀਨੀਅਰਿੰਗ ਚੇਂਜਸ ਲਿਆਣੇ ਪੈਣਗੇ, ਸਾਡੀ ਸਿਟੀ ਜਿਵੇਂ ਪਲਾਨ ਹੋਈ ਆ ਉਹਦੇ 'ਚ ਸਾਨੂੰ ਚੇਂਜਸ ਲਿਆਣੇ ਪੈਣਗੇ, ਲੋਕਾਂ ਦੀ ਮੋਬਿਲਿਟੀ ਪਲਾਨਸ ਨਵੇਂ ਕਰਨੇ ਪੈਣਗੇ। ਤਾਂ ਉਹ ਕਿਉਂਕਿ ਇੰਨਾ ਵੱਡਾ ਇਸ਼ੂ ਇਹ ਬਣਦਾ ਜਾ ਰਿਹਾ ਤੇ ਦਿਨ ਪਰ ਦਿਨ ਨਵੇਂ ਵਹੀਕਲ ਰਜਿਸਟਰ ਹੁੰਦੇ ਜਾ ਰਹੇ ਹੈ, ਉਸਦੇ ਤਹਿਤ ਇੱਕ ਤਾਂ ਕਾਫੀ ਜਗ੍ਹਾ ਸਾਡੇ ਅੰਡਰ ਪਾਸਿਸ ਹੁਣ ਬਣਨ ਦੇ ਪ੍ਰਪੋਜ਼ਲਸ ਨੇ, ਜਿੱਥੇ ਜ਼ਿਆਦਾ ਟ੍ਰੈਫਿਕ ਕ੍ਰੋਸਿੰਗਸ ਹੈ ਉੱਥੇ ਅੰਡਰ ਪਾਸਿਸ ਦਾ ਪ੍ਰਪੋਜ਼ਲ ਹੈ। ਚੰਡੀਗੜ੍ਹ ਮਾਸਟਰ ਪਲਾਨ 'ਚ ਬਹੁਤ ਜਗ੍ਹਾ ਅਸੀਂ ਹਾਈ ਰਾਈਜ਼ ਬਿਲਡਿੰਗਸ ਨਹੀਂ ਬਣਾ ਸਕਦੇ, ਉਸ ਕਰਕੇ ਜਿਹੜਾ ਮੈਟਰੋ ਨਵਾਂ ਪ੍ਰਪੋਜ਼ ਹੋਇਆ ਉਹ ਅੰਡਰਗਰਾਊਂਡ ਮੈਟਰੋ ਦੇ ਪ੍ਰਪੋਜ਼ਲ ਚੱਲ ਰਿਹਾ ਜਿਹੜਾ ਕਿ ਹੁਣ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਕੋਲ ਸਾਰਾ ਪਲਾਨ ਫਾਈਨਲਾਈਜ਼ ਹੋ ਕੇ ਜਾਣ ਲੱਗਿਆ ਤੇ ਉਹਦੇ ਤੇ ਕਾਫੀ ਸਪੀਡ ਵਰਕ ਪਿਛਲੇ ਇੱਕ ਸਾਲ 'ਚ ਹੋਇਆ ਆਨਰੇਬਲ ਗਵਰਨਰ ਸਾਹਿਬ ਦੇ ਰਹਿਨੁਮਾਈ 'ਚ। ਤੇ ਪਿਛਲੀ ਮੀਟਿੰਗ ਵਿੱਚ ਆਨਰੇਬਲ ਗਵਰਨਰ ਤੇ ਦੋਨੋਂ ਸਟੇਟਸ ਤੋਂ ਚੀਫ ਸੈਕਟਰੀਜ਼ ਨੇ ਆ ਕੇ ਆਪਣੀ ਕੰਸੈਂਟ ਦੇ ਕੇ ਟ੍ਰਾਈ ਸਿਟੀ ਨੂੰ ਮੈਟਰੋ ਨਾਲ ਲਿੰਕ ਕਰਨ ਦਾ ਪਲਾਨ ਤਿਆਰ ਕਰ ਲਿਆ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਲੋਕਾਂ ਦੀ ਮੋਬਿਲਿਟੀ ਉਹਦੇ ਨਾਲ ਈਜ਼ੀ ਹੋਏਗੀ, ਜਿਹਦੇ ਨਾਲ ਸੜਕਾਂ ਤੇ ਵਹੀਕਲ ਟ੍ਰੈਫਿਕ ਦਾ ਕਾਫੀ ਰਿਸਪਾਈਟ ਮਿਲੇਗਾ ਤੇ ਉਸੇ ਨਾਲ ਸਾਡੀ ਜਿਹੜੀ ਟ੍ਰੈਫਿਕ ਸਮੱਸਿਆ ਹੱਲ ਹੋ ਸਕਦੀ ਹੈ। ਮੈਮ ਮੈਂ ਇੱਕ ਚੀਜ਼ ਜਾਣਨੀ ਚਾਹ ਰਿਹਾ, ਤੁਸੀਂ ਅੰਡਰ ਪਾਸ ਦਾ ਜ਼ਿਕਰ ਕੀਤਾ, ਇਹ ਪ੍ਰਪੋਜ਼ਡ ਹੈ ਜਾਂ ਫਾਈਨਲ ਹੋ ਚੁੱਕੇ? ਪ੍ਰਪੋਜ਼ਲਸ ਅਸੀਂ ਕਾਫੀ ਸਾਡੇ ਵੱਲੋਂ ਗਏ ਹੋਏ ਆ। ਕੋਈ ਦੱਸ ਸਕਦੇ ਹੋ ਕਿ ਕਿਹੜੇ ਚੌਂਕ ਜਾਂ ਕਿਹੜੇ ਇਲਾਕੇ ਦੇ ਵਿੱਚ ਮਤਲਬ ਉਹ ਵੀ ਖਬਰ ਹੋਏਗੀ ਚੰਡੀਗੜ੍ਹ? ਮਲਟੀਪਲ ਹੈ ਜੀ, ਜਿਸ ਤਰ੍ਹਾਂ ਸਾਡੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਾਨੂੰ ਆ ਰਹੀ ਹੈ ਟ੍ਰਿਬਿਊਨ ਚੌਂਕ ਤੋਂ ਲੈ ਕੇ ਜ਼ੀਰਕਪੁਰ ਵੱਲ ਰੋਡ ਦੀ ਆ ਰਹੀ ਹੈ, ਜਿਹਦੇ ਪਿਛਲੇ ਕਾਫੀ ਦਿਨਾਂ ਤੋਂ ਇੱਕ ਸਾਲ ਤੋਂ ਹੀ ਉੱਥੇ ਮਾਰਨਿੰਗ ਤੇ ਇਵਨਿੰਗ ਟਾਈਮ 'ਚ ਕਾਫੀ ਟ੍ਰੈਫਿਕ ਹੁੰਦੀ ਹੈ। ਉੱਥੇ ਇੱਕ ਵੱਡੇ ਅੰਡਰ ਪਾਸ ਦਾ ਪ੍ਰਪੋਜ਼ਲ ਹੈ ਅਲੋਂਗ ਵਿਦ ਵਾਈਡਨਿੰਗ ਆਫ ਰੋਡਸ ਤੇ ਸਰਵਿਸ ਲੇਨਸ ਦਾ। ਤਾਂ ਇਸ ਤਰ੍ਹਾਂ ਦੇ ਹੋਰ ਬਹੁਤ ਜਗ੍ਹਾ ਇਨਫਰਾਸਟ੍ਰਕਚਰ ਚੇਂਜਸ ਜਿੱਥੇ ਜ਼ਿਆਦਾ ਲੋਕਾਂ ਦੀ ਮੂਵਮੈਂਟ ਰਹਿੰਦੀ ਹੈ ਤੇ ਇਨ ਗੋਇੰਗ ਤੇ ਆਊਟ ਗੋਇੰਗ ਤੇ ਇਨਕਮਿੰਗ ਟ੍ਰੈਫਿਕ ਜਿਹੜੀ ਸਿਟੀ ਤੋਂ ਬਾਹਰ ਜਾ ਰਹੀ ਹੈ ਤੇ ਅੰਦਰ ਆ ਰਹੀ ਹੈ ਉੱਥੇ ਰਹਿੰਦੀ ਹੈ, ਉੱਥੇ ਸਾਡੇ ਪ੍ਰਪੋਜ਼ਲ ਹੈ ਸਟਾਰਟਿੰਗ ਵਿਦ ਟ੍ਰਿਬਿਊਨ ਚੌਂਕ। ਇੱਕ ਪਿਛਲੇ ਦਿਨਾਂ ਦੇ ਵਿੱਚ ਤੁਹਾਡਾ ਇੱਕ ਡਿਸੀਜਨ ਸੀ ਕਿ ਉਹਨੂੰ ਲਿਮਿਟ ਕਰਨ ਦਾ ਕਿ ਜਿੰਨੀ ਜਿਹੜੀਆਂ ਗੱਡੀਆਂ ਨੇ ਉਹ ਤੁਸੀਂ ਇਸ ਲਿਮਿਟ ਤੱਕ ਖਰੀਦ ਸਕਦੇ, ਉਸ ਤੋਂ ਬਾਅਦ ਫਿਰ ਕਿਉਂਕਿ ਤੁਹਾਡੀ ਆਰਸੀ ਨਹੀਂ ਬਣਨੀ ਤਾਂ ਉਸ ਚੀਜ਼ ਦਾ ਹਾਲਾਂਕਿ ਵਿਰੋਧ ਵੀ ਬੜਾ ਹੋਇਆ, ਸੋ ਉਸ ਨੂੰ ਲੈ ਕੇ ਕੋਈ ਉਸਦੇ ਵਿੱਚ ਫੇਰ ਬਦਲ ਦਾ ਸੋਚਿਆ ਜਾਂ ਉਹ ਸਟ੍ਰਿਕਟ ਡਿਸੀਜਨ ਹੈ ਕਿ ਬਸ ਜੀ ਇਸ ਤੋਂ ਬਾਅਦ ਗੱਡੀਆਂ ਨਹੀਂ ਆ ਸਕਦੀਆਂ? ਆਈ ਥਿੰਕ ਜਦੋਂ ਅਸੀਂ ਸਸਟੇਨੇਬਲ ਸਿਟੀਜ਼ ਦੀ ਗੱਲ ਕਰਦੇ ਹਾਂ ਸਾਨੂੰ ਕਿਤੇ ਨਾ ਕਿਤੇ ਆ ਕੇ ਟਫ ਡਿਸੀਜਨਸ ਲੈਣੇ ਪੈਂਦੇ ਆ ਜੀ। ਦੁਨੀਆ ਦੇ ਬਹੁਤ ਸਾਰੇ ਵਿਕਸਿਤ ਦੇਸ਼ ਜਿਵੇਂ ਸਿੰਗਾਪੁਰ ਜਿਹੜਾ ਸਿਟੀ ਸਟੇਟ ਹੈ ਜਿਹਦੀ ਆਪਾਂ ਕੰਪੈਰੀਜ਼ਨ ਚੰਡੀਗੜ੍ਹ ਨਾਲ ਕਰ ਸਕਦੇ ਹਾਂ ਜੀ, ਕਿ ਉੱਥੇ ਵੀ ਜਿਹੜੇ ਰਜਿਸਟ੍ਰੇਸ਼ਨ ਫੀਸ ਬਹੁਤ ਜ਼ਿਆਦਾ ਹੈ ਜਿਹੜੀ ਲੋਕਾਂ ਨੂੰ ਨਵੇਂ ਵਹੀਕਲਸ ਲੈਣ ਤੋਂ ਡੈਟਰ ਕਰਦੀ ਹੈ। ਲੋਕ ਤਿੰਨ ਵਾਰ ਸੋਚਦੇ ਨੇ ਨਵੀਂ ਗੱਡੀ ਲੈਣ ਤੋਂ ਪਹਿਲੇ। ਉਹਦੇ ਨਾਲ ਕੀ ਹੁੰਦਾ ਕਿ ਸਾਈਕਲ ਮੋਬਿਲਿਟੀ ਵਧਦੀ ਹੈ ਵਾਕ ਕਰਕੇ ਤੇ ਪਬਲਿਕ ਟਰਾਂਸਪੋਰਟ ਲੋਕ ਜ਼ਿਆਦਾ ਯੂਜ਼ ਕਰਦੇ ਹੈ ਤੇ ਵਾਕਿੰਗ ਦੀ ਆਦਤ ਜਿਵੇਂ ਕਿ ਪਹਿਲੇ ਡਿਸਕਸ ਹੋਇਆ ਸਿੱਧੂ ਸਾਹਿਬ ਨੇ ਦੱਸਿਆ ਕਿ ਚੰਡੀਗੜ੍ਹ ਵਾਸ ਮੇਡ ਜਿਹੜਾ ਜਦੋਂ ਡਿਵੈਲਪ ਹੋਈ ਤਾਂ ਉਹ ਪੈਡੈਸਟ੍ਰੀਅਨ ਫਰੈਂਡਲੀ ਸਿਟੀ ਦੇ ਤੌਰ ਤੇ ਡਿਵੈਲਪ ਹੋਈ। ਤਾਂ ਜਦੋਂ ਅਸੀਂ ਇਸ ਤਰ੍ਹਾਂ ਦੇ ਟਫ ਮੈਜਰਸ ਲਵਾਂਗੇ ਤਾਂ ਹੀ ਲੋਕ ਥੋੜਾ ਜਿਹਾ ਨਜ ਹੋ ਕੇ ਮੈਨੂੰ ਲੱਗਦਾ ਹੈ ਕਿ ਸਸਟੇਨੇਬਲ ਪ੍ਰੈਕਟਿਸਿਸ ਵੱਲ ਜਾਣਗੇ, ਜਿਵੇਂ ਸਾਈਕਲਿੰਗ ਵੱਲ, ਵਾਕਿੰਗ ਵੱਲ, ਪੈਡੈਸਟ੍ਰੀਅਨ ਫਰੈਂਡਲੀ ਇੱਕ ਸਿਟੀ ਬਣਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਮੈਂ ਇੱਕ ਜੀ ਜੀ ਤੁਸੀਂ ਐਡ ਕਰ ਰਹੇ ਹੋ ਸੀ ਇਹਦੇ ਤੇ, ਮੈਂ ਥੋੜਾ ਆਪਦਾ ਜੋ ਪੰਜਾਬ ਦੇ ਵਿੱਚ ਅਸੀਂ ਕੀਤਾ ਹੈਗਾ ਉਹਦੇ ਬਾਰੇ ਦੱਸਣਾ ਚਾਹਾਂਗਾ। ਇਹ ਜਿਹੜਾ ਤੁਸੀਂ ਇਹ ਗੱਲ ਕੀਤੀ ਹੈਗੀ ਆ ਕਿ ਡੇ ਬਾਏ ਡੇ ਆਪਣਾ ਟ੍ਰੈਫਿਕ ਵੱਧ ਰਿਹਾ ਹੈਗਾ, ਬਿਲਕੁਲ, ਔਰ ਪੰਜਾਬ ਦੇ ਜਿਹੜੇ ਅੰਕੜੇ ਹੈਗੇ ਨੇ ਉਹ ਸਾਨੂੰ ਦੱਸਦੇ ਨੇ ਪੰਜਾਬ ਦੇ ਵਿੱਚ ਰੋਜ਼ 2100 ਨਵੀਆਂ ਗੱਡੀਆਂ ਰਜਿਸਟਰ ਹੁੰਦੀਆਂ ਨੇ, ਰੋਜ਼ ਆ ਜਾਂਦੀਆਂ ਨੇ, ਔਰ ਪੰਜਾਬ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਇਹ ਪ੍ਰਵਿਰਤੀ ਵੀ ਹੈਗੀ ਹੈ ਕਿ ਉਹ ਪੁਰਾਣੀ ਗੱਡੀ ਨੂੰ ਵੇਚਦੇ ਨਹੀਂ ਹੈਗੇ, ਉਹ ਪੁਰਾਣੀ ਗੱਡੀ ਵੀ ਘਰੇ ਰਹਿੰਦੀ ਹੈ ਤੇ ਇੱਕ ਨਵੀਂ ਗੱਡੀ ਵੀ ਨਵੇਂ ਆ ਜਾਂਦੀ ਹੈ। ਤੇ ਸੋ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ
ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕੋਲ ਇੰਨੀਆਂ ਜ਼ਿਆਦਾ ਗੱਡੀਆਂ ਹੋ ਜਾਣਗੀਆਂ ਕਿ ਆਪਣੇ ਕੋਲ ਇੱਕ ਟਾਈਮ ਤੇ ਉਹ ਗੱਡੀਆਂ ਦੀ ਕੰਟੀਨਿਊਸ ਮੂਵਮੈਂਟ ਪੋਸੀਬਲ ਨਹੀਂ ਹੋ ਪਾਏਗੀ। ਸੋ ਇਹਦੇ ਲਈ ਅਸੀਂ ਪਿਛਲੇ ਸਾਲ ਉਪਰਾਲਾ ਕੀਤਾ ਸੀ ਔਰ ਇਸ ਸਾਲ ਵੀ ਉਹੀ ਸੇਮ ਉਪਰਾਲਾ ਕੀਤਾ ਜਾਏਗਾ। ਮਾਨਯੋਗ CM ਸਾਹਿਬ ਨੇ ਇਸ ਵੇਲੇ ਤਾਂ ਉਹਨੂੰ ਪਹਿਲਾਂ ਹੀ ਅਨਾਊਂਸ ਕਰ ਦਿੱਤਾ ਵੀ 1 ਅਪ੍ਰੈਲ ਤੋਂ ਹੀ ਉਹ ਲਾਗੂ ਹੋ ਜਾਏਗਾ। ਉਹ ਹੈਗਾ ਕਿ ਆਪਾਂ ਜਿਹੜੇ ਲੋਕਾਂ ਦੀ ਮੂਵਮੈਂਟ ਹੈਗੀ ਆ ਉਹਨੂੰ ਆਪਾਂ ਸਟ੍ਰੈਟੇਜਾਈਜ਼ ਕਰ ਲਈਏ ਤਾਂ ਕਿ ਇੱਕ ਸਮੇਂ ਤੇ ਸੜਕਾਂ ਦੇ ਉੱਤੇ ਲਿਮਿਟਿਡ ਨੰਬਰ ਆਫ ਗੱਡੀਆਂ ਹੋਣ। ਆਫਿਸ ਟਾਈਮਿੰਗ, ਸਕੂਲ ਟਾਈਮਿੰਗ ਜਦੋਂ ਆਪਾਂ ਚੇਂਜ ਕਰ ਦਿੰਦੇ ਹਾਂ ਤੇ ਉਹਨਾਂ ਨੂੰ ਸਟੈਗਰ ਕਰ ਦਿੰਦੇ ਹਾਂ ਤੇ ਉਹ ਜਿਹੜੀ ਟ੍ਰੈਫਿਕ ਇੱਕਦਮ ਰਸ਼ ਪੈਂਦਾ ਹੈਗਾ, ਮਤਲਬ 9 ਵਜੇ ਇਕੱਠੀਆਂ ਗੱਡੀਆਂ ਆ ਜਾਂਦੀਆਂ ਨੇ, ਉਹੀ ਜਦੋਂ ਆਪਾਂ ਉਹਨੂੰ 7 ਵਜੇ ਕਰਤਾ ਤੇ ਉਹ 7 ਵਜੇ ਜਦੋਂ ਆਫਿਸ ਵਾਲੀ ਟ੍ਰੈਫਿਕ ਨਿਕਲ ਗਈ, ਸਕੂਲ ਵਾਲੀ ਟ੍ਰੈਫਿਕ ਨਿਕਲ ਗਈ, ਉਹ ਸਾਰੀਆਂ ਇੰਸਟੀਟਿਊਸ਼ਨਲ ਜਿਹੜੀ ਟ੍ਰੈਫਿਕ ਆ ਨਿਕਲ ਜਾਂਦੀ ਹੈ, ਤਾਂ ਫਿਰ ਜਿਹੜੀ ਆਪਣੀ ਏਅਰਪੋਰਟ ਰੋਡ ਸੀ ਉਹਦੇ ਤੇ ਅਸੀਂ ਇਹ ਸਟੱਡੀ ਕੀਤਾ ਸੀਗਾ ਤੇ ਉਹਦੇ ਤੇ ਛੋਟਾ ਅਸੀਂ ਇੱਕ ਐਕਸਪੈਰੀਮੈਂਟ ਕੀਤਾ ਤੇ ਉਸ ਤੋਂ ਬਾਅਦ ਫਿਰ ਮਾਨਯੋਗ CM ਸਾਹਿਬ ਨੇ ਕਿਹਾ ਵੀ ਇਹਨੂੰ ਅਗਲੇ ਸਾਲ ਤੋਂ ਅਸੀਂ ਟਾਈਮਿੰਗ 1 ਅਪ੍ਰੈਲ ਤੋਂ ਹੀ ਸ਼ੁਰੂ ਕਰ ਦਾਂਗੇ ਜਦੋਂ ਆਪਾਂ। ਸੋ ਮੇਰਾ ਇਹ ਮੰਨਣਾ ਹੈਗਾ ਕਿ ਹਰ ਇੱਕ ਚੀਜ਼ ਦਾ ਇੱਕ ਲੋਕਲ ਸੋਲੂਸ਼ਨ ਕੱਢਣਾ ਆਪਣੇ ਲਈ ਬਹੁਤ ਜ਼ਰੂਰੀ ਹੈ। ਗੱਲ ਪੈਦਲ ਚੱਲਣ ਦੀ ਹੋਈ ਤਾਂ ਆਪਣੇ ਗੁਰੂ ਨਾਨਕ ਨੇ ਸਾਰੀ ਆਪਣੀ ਜਿੰਨੀਆਂ ਵੀ ਉਦਾਸੀਆਂ ਕੀਤੀਆਂ ਪੈਦਲ ਚੱਲ ਕੇ, ਅਸੀਂ ਉਹਨਾਂ ਨੂੰ ਆਪਦਾ ਇੱਕ ਰੋਲ ਮਾਡਲ ਸਮਝ ਕੇ ਲਾਸਟ ਈਅਰ ਇਹਦੇ ਉੱਤੇ ਵੀ ਥੋੜਾ ਉਪਰਾਲਾ ਸ਼ੁਰੂ ਕੀਤਾ। ਤੁਸੀਂ ਪਿਛਲੇ ਸਾਲ ਦੇਖਿਆ ਹੋਣਾ ਕਈ ਆਫੀਸਰਸ ਨੇ ਪੈਦਲ ਆਪਣਾ ਆਫਿਸ DC ਪਟਿਆਲਾ ਦੇ ਪੈਦਲ ਦਫ਼ਤਰ ਜਾਣਾ ਸ਼ੁਰੂ ਕੀਤਾ। ਸੋ ਕਈ ਸਾਈਕਲ ਤੇ ਗਏ ਆਫੀਸਰ, ਉਹ ਵੀ ਬਹੁਤ ਫੋਟੋਗ੍ਰਾਫਸ ਆਏ। ਉਹੋ ਜੇ ਇਨੀਸ਼ੀਏਟਿਵ ਆਪਾਂ ਨੂੰ ਨਾਲ ਦੀ ਨਾਲ ਲੈਂਦੇ ਰਹਿਣਾ ਪਏਗਾ ਕਿਉਂਕਿ ਇਹ ਆਪਾਂ ਕੋਈ ਇਸ ਤਰ੍ਹਾਂ ਦਾ, ਕਿਉਂਕਿ ਡੈਮੋਕ੍ਰੇਸੀ ਆ ਉਹਦੇ ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਗੱਡੀ ਨਾ ਖਰੀਦੋ। ਉਹ ਸਾਰੀਆਂ ਚੀਜ਼ਾਂ ਇੰਟਰਲਿੰਕਡ ਨੇ, ਉਹ ਆਪਣੀ ਕਾਮਰਸ ਨਾਲ ਵੀ ਲਿੰਕ ਆ। ਗੱਡੀਆਂ ਵਿਕਣਗੀਆਂ ਤਾਂ ਆਪਣਾ ਕਾਮਰਸ ਅੱਗੇ ਹੋਊ। ਇਹਦੇ ਚ ਸਰ ਤੁਸੀਂ ਪਿੰਡਾਂ ਤੇ ਸ਼ਹਿਰਾਂ ਨੂੰ ਕਿਵੇਂ ਰੇਟ ਕਰਦੇ ਹੋ ਕਿ ਕਿੰਨਾ ਕੁ ਫਰਕ ਹੈ? ਜੇ ਐਕਸੀਡੈਂਟਸ ਦਾ ਜ਼ਿਕਰ ਕਰੀਏ, ਰੋਡ ਸੇਫਟੀ ਦਾ, ਪਿੰਡਾਂ ਤੇ ਸ਼ਹਿਰਾਂ ਚ ਕਿੰਨਾ ਕੁ ਫਰਕ ਹੈ? ਕੋਈ ਵੱਖੋ ਵੱਖਰਾ ਸਟੱਡੀ ਕੀਤਾ? ਨਹੀਂ, ਇਹ ਦੇਖੋ ਜਿਹੜੀ ਆਪਣਾ ਇਸ ਤੋਂ ਪਹਿਲਾਂ ਵੀ ਜਿਹੜਾ ਗੱਲਬਾਤ ਹੋ ਰਹੀ ਸੀ ਉਹਦੇ ਚ ਇਹ ਗੱਲ ਸਾਹਮਣੇ ਆਈ ਸੀਗੀ ਕਿ ਇਹਦੇ ਚ ਪਹਿਲਾਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਜਦੋਂ ਕੋਈ ਵੀ ਵਹੀਕਲ ਪਾਪੂਲੇਸ਼ਨ ਇਨਕਰੀਜ਼ ਹੁੰਦੀ ਆ ਤੇ ਉਹਦੇ ਨਾਲ ਐਕਸੀਡੈਂਟ ਰੇਟ ਵੀ ਇਨਕਰੀਜ਼ ਹੁੰਦਾ। ਤੋਂ ਹਜੇ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਹੈਗੇ ਉਹ ਇੰਨੀਆਂ ਮੈਕਨਾਈਜ਼ਡ ਮੂਵਮੈਂਟ ਨਹੀਂ ਹੈਗੀ, ਪਰ ਹੌਲੀ ਹੌਲੀ ਆਪਣੇ ਪਿੰਡਾਂ ਚ ਵੀ ਹੋਏਗੀ। ਸੋ ਆਪਣੀ ਇੰਟੈਲੀਜੈਂਸ ਇਹਦੇ ਚ ਹੀ ਆ ਕਿ ਆਪਾਂ ਹੁਣੇ ਤੋਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਰੱਖੀਏ ਕਿ ਜੇ ਉੱਥੇ ਵੀ ਟ੍ਰੈਫਿਕ ਇਨਕਰੀਜ਼ ਹੁੰਦੀ ਆ ਉਹਦੇ ਲਈ ਕੀ ਆਪਾਂ ਨੂੰ ਪ੍ਰੀਕੋਸ਼ਨਸ ਜਿਹੜੇ ਨੇ ਉਹ ਇਨਬਿਲਟ ਹੋ ਜਾਣ। ਕੋਈ ਕੋਈ ਵਹੀਕਲਸ ਦੀ ਜਿਹੜੀ ਜਿੱਦਾਂ ਉਹਦਾ ਟਾਈਮ ਪੀਰੀਅਡ ਹੈ ਉਸ ਨੂੰ ਲੈ ਕੇ ਵੀ ਕੋਈ ਪਲਾਨ ਹੈ? ਜਿਵੇਂ ਦਿੱਲੀ ਦੇ ਵਿੱਚ ਕਿ ਵਹੀਕਲ ਪੁਰਾਣੇ 10 ਸਾਲ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਯੂਜ਼ ਕਰਨੀ, ਤਾਂ ਉਹ ਗੱਡੀਆਂ ਸਾਰੀਆਂ ਇੱਧਰ ਖਪਤ ਹੋ ਰਹੀਆਂ। ਚੰਡੀਗੜ੍ਹ ਦੇ ਨਾਲ ਵੀ ਰਿਲੇਟਡ ਹੈ ਇਹ ਸਵਾਲ? ਹਾਂ, ਇਹ ਹੋ ਸਕਦਾ ਹੈਗਾ, ਪਰ ਆਪਾਂ ਨੂੰ ਹਰ ਇੱਕ ਚੀਜ਼ ਨੂੰ ਇਮੀਡੀਏਟਲੀ ਕਰਨ ਦੀ, ਜੋ ਮੇਰੀ ਆਪਣੀ ਪਰਸਨਲ ਸੋਚ ਆ ਵੀ ਹਰ ਇੱਕ ਚੀਜ਼ ਨੂੰ ਪ੍ਰੋਪਰ ਰਿਸਰਚ ਬੈਕ
ਡੇਟਾ ਬੈਕਡ ਹੋਣੀ ਚਾਹੀਦੀ ਹੈ। ਕਈ ਵਾਰੀ ਹੁਣ ਮੈਂ ਇਹਦੇ ਤੇ ਜ਼ਿਆਦਾ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਸਰਕਾਰ ਦੀ ਪਾਲਿਸੀ ਹੈ, ਪਰ ਕਈ ਵਾਰੀ ਇਹ ਵੀ ਦੇਖਿਆ ਕਿ ਆਪਣੇ ਵਰਗੇ ਦੇਸ਼ ਦੇ ਵਿੱਚ ਜਿੱਥੇ ਕਿ ਗੱਡੀ ਲੈਣਾ ਵੀ ਇੱਕ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਔਰ ਇੰਨੀ ਜਲਦੀ ਗੱਡੀ ਦੀ ਲਾਈਫ ਖਤਮ ਵੀ ਨਹੀਂ ਹੁੰਦੀ 10 ਸਾਲ ਚ, ਜਿਹੜੀਆਂ ਅੱਛੀਆਂ ਗੱਡੀਆਂ ਨੇ ਔਰ ਬੰਦੇ ਜੇ ਉਹਨੂੰ ਸੰਭਾਲ ਕੇ ਚਲਾਉਣ ਤਾਂ ਉਹ ਜ਼ਿਆਦਾ ਵੀ ਚੱਲ ਸਕਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਤੇ ਮੈਂ ਤਾਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਹਰ ਇੱਕ ਚੀਜ਼ ਨੂੰ ਪਹਿਲਾਂ ਆਪਾਂ ਸਟੱਡੀ ਕਰੀਏ, ਸਟੱਡੀ ਕਰਨ ਤੋਂ ਬਾਅਦ ਉਹਦੇ ਤੇ ਪਾਲਿਸੀ। ਮਤਲਬ ਬਹੁਤ ਸਾਰੀਆਂ ਚੀਜ਼ਾਂ ਪੈਰਲਰ, ਇਕਨੋਮੀ ਜੁੜੀ ਹੋਈ ਹੈ, ਉਸ ਤੋਂ ਬਾਅਦ ਪੋਲਿਊਸ਼ਨ ਜੁੜਿਆ ਹੋਇਆ, ਟ੍ਰੈਫਿਕ ਦੇ ਨਾਲ ਹੀ ਸਾਰੀਆਂ ਜੁੜੀਆਂ ਹੋਈਆਂ ਕਿ ਹੁਣ ਜੇ ਕਾਰਾਂ ਨਹੀਂ ਵਿਕਣਗੀਆਂ ਤਾਂ ਆਟੋਮੋਬਾਈਲ ਸੈਕਟਰ ਦਾ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਡਾ, ਜਿੱਥੋਂ ਸਭ ਤੋਂ ਜ਼ਿਆਦਾ ਦੇਸ਼ ਇਸ ਸਮੇਂ ਰੈਵਨਿਊ ਹਾਸਲ ਕਰ ਰਿਹਾ ਹੈ, ਕਿ ਆਟੋਮੋਬਾਈਲ ਸੈਕਟਰ ਜੇ ਇੰਪੈਕਟ ਹੋ ਗਿਆ ਤਾਂ ਫਿਰ ਕੀ ਹੋਏਗਾ। ਮੈਂ ਇੱਕ ਅੰਕੜੇ ਦਾ ਜ਼ਿਕਰ ਕਰਦਾ, ਮੈਂ ਉਸ ਤੋਂ ਬਾਅਦ ਸਵਾਲ ਲਊਂਗਾ। 2022 ਦੇ ਅੰਕੜੇ ਦੇ ਮੁਤਾਬਿਕ ਕਰੀਬ ਕਰੀਬ 1,70,000 ਡੈਥ ਹੋਈ ਹੈ ਪੂਰੇ ਦੇਸ਼ ਦੇ ਵਿੱਚ, ਉਹਨਾਂ ਦੇ ਵਿੱਚੋਂ 45% ਟੂ ਵੀਲਰਸ ਵਾਲਿਆਂ ਦੀ ਡੈਥ ਹੋਈ, ਉਹਨਾਂ ਦੇ ਵਿੱਚ 19.5% ਜਿਹੜੇ ਪੈਡੈਸਟ੍ਰੀਅਨਸ ਹੁੰਦੇ ਨੇ, ਪੈਦਲ ਚੱਲਣ ਵਾਲੇ ਲੋਕ, ਉਹਨਾਂ ਦੀ ਡੈਥ ਹੋਈ। ਮਤਲਬ ਟੋਟਲ ਜੇ 100 ਮੌਤਾਂ ਹੋਈਆਂ ਤਾਂ ਉਹਨਾਂ ਦੇ ਵਿੱਚ 64 ਉਹ ਲੋਕ ਸੀ ਜਾਂ ਟੂ ਵੀਲਰ ਤੇ ਸੀ ਜਾਂ ਪੈਦਲ ਸੀ। ਮੈਮ ਇਹ ਚੰਡੀਗੜ੍ਹ ਦੇ ਵਿੱਚ ਆਪਾਂ ਨੇਚਰ ਦਾ ਜ਼ਿਕਰ ਕਰ ਰਹੇ ਹਾਂ ਕਿ ਉਸ ਤਰੀਕੇ ਨਾਲ ਪੂਰਾ ਪ੍ਰੋਜੈਕਟ ਕੀਤਾ ਗਿਆ, ਸ਼ਹਿਰ ਨੂੰ ਬਣਾਇਆ ਗਿਆ, ਤਾਂ ਇੱਥੇ ਵੀ ਇੱਕ ਪ੍ਰੋਬਲਮ ਹੈ, ਹੋ ਸਕਦਾ ਕਿ ਉਹ ਘੱਟ ਹੋਵੇ। ਪਰ ਮੈਂ ਦੋਵੇਂ ਚੀਜ਼ਾਂ ਨਾਲ ਜੁੜਿਆ ਸਵਾਲ ਪੁੱਛੂਗਾ, ਇੱਕ ਤਾਂ ਪੈਡੈਸਟ੍ਰੀਅਨ ਨੂੰ ਲੈ ਕੇ ਤੁਹਾਡੇ ਕੋਲ ਕੀ ਸਟ੍ਰੈਟਜੀ ਹੁੰਦੀ ਹੈ, ਲਾਈਟਸ ਲੱਗ ਚੁੱਕੀਆਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਲੋਕ ਨਹੀਂ ਉਸ ਨੂੰ ਫਾਲੋ ਕਰਦੇ, ਸਾਈਕਲ ਟਰੈਕਸ ਬਣੇ ਹੋਏ ਆ। ਦੂਜਾ ਜਿਹੜੇ ਡਿਵਾਈਡਰਸ ਹੈ, ਬਹੁਤ ਸਾਰੀਆਂ ਥਾਵਾਂ ਤੇ ਡਿਵਾਈਡਰਸ ਤੇ ਗ੍ਰਿਲਸ ਹੈਗੀਆਂ, ਪਰ ਬਹੁਤ ਸਾਰੇ ਡਿਵਾਈਡਰਸ ਬਿਲਕੁਲ ਓਪਨ ਹੈ ਤੇ ਲੋਕ ਉੱਥੋਂ ਵੀ ਕ੍ਰੋਸ ਕਰਦੇ, ਹੁਣ ਉਹਨਾਂ ਦੀ ਵੀ ਗਲਤੀ ਆਪਾਂ ਕਹਿ ਸਕਦੇ ਹਾਂ, ਬਟ ਸਟਿਲ ਬਹੁਤ ਸਾਰੇ ਲੋਕਾਂ ਦੀ ਉਹਦੇ ਉੱਪਰ ਜਾਨ ਤੇ ਬਣਦੀ ਹੈ। ਪੈਡੈਸਟ੍ਰੀਅਨਸ ਤੇ ਸਾਈਕਲਿਸਟ ਦੀ ਅਸੀਂ ਗੱਲ ਕਰ ਰਹੇ ਹਾਂ ਜੀ, ਸਭ ਤੋਂ ਪਹਿਲੇ ਤਾਂ ਮੈਂ ਗ੍ਰਿਲਸ ਵਾਲੇ ਮੈਟਰ ਤੋਂ ਸ਼ੁਰੂ ਕਰਾਂਗੀ। ਸਾਡੇ ਡਿਸਟ੍ਰਿਕਟ ਰੋਡ ਸੇਫਟੀ ਕਾਉਂਸਲ ਤੇ ਸਟੇਟ ਰੋਡ ਸੇਫਟੀ ਕਾਉਂਸਲ, ਡਿਸਟ੍ਰਿਕਟ ਦੀ ਹਰ ਮਹੀਨੇ ਮੀਟਿੰਗ ਹੁੰਦੀ ਹੈ, ਰੋਡ ਸੇਫਟੀ ਕਾਉਂਸਲ ਦੀ ਬਾਈ ਐਨੂਅਲ ਮੀਟਿੰਗ 6 ਮਹੀਨਿਆਂ ਬਾਅਦ ਮੀਟਿੰਗ ਹੁੰਦੀ ਹੈ। ਉਹਦੇ ਚ ਲਾਸਟ ਇਸ਼ੂ, ਲਾਸਟ ਮੀਟਿੰਗ ਚ ਬਹੁਤ ਵੱਡਾ ਇਸ਼ੂ ਡਿਸਕਸ ਹੋਇਆ ਸੀ ਜਿਹੜਾ ਗ੍ਰਿਲਸ ਦਾ ਸੀ ਜੀ। ਮੋਸਟਲੀ ਸਾਰੀ ਰੋਡਸ ਤੇ ਗ੍ਰਿਲਸ ਲੱਗੀਆਂ ਤੇ ਕਾਫੀ ਜਗ੍ਹਾ ਜਿਹੜੇ ਆਪਣਾ ਪਲਾਂਟਸ ਉੱਥੇ ਲੱਗੇ ਹੋਣੇ, ਇੰਨੀ ਡੈਂਸ ਫੋਲੀਆਜ ਹੈ ਕਿ ਅਕ੍ਰੋਸ ਦਾ ਰੋਡ ਕਈ ਵਾਰ ਦਿਖਦਾ ਵੀ ਨਹੀਂ। ਕਈ ਵਾਰ ਸਾਡੇ ਚੌਂਕ ਤੇ ਬਿਲਕੁਲ ਕੋਲ ਤੱਕ ਉਹਦੀ ਫੋਲੀਆਜ ਹੁੰਦੀ ਹੈ, ਜਦੋਂ ਅਸੀਂ ਚੌਂਕ ਨੂੰ ਇੱਕ ਰਾਊਂਡ ਅਬਾਊਟ ਨੂੰ ਨੈਗੋਸ਼ੀਏਟ ਕਰਨ ਅੱਗੇ ਚੌਂਕ ਵੱਲ ਜਾਂਦੇ ਹਾਂ, ਸਾਨੂੰ ਇਨਕਮਿੰਗ ਟ੍ਰੈਫਿਕ ਵੀ ਨਹੀਂ ਦਿਖਦੀ, ਤਾਂ ਉਹਦੇ ਅਸੀਂ ਬੜੇ ਕਰੈਕਟਿਵ ਮੈਜਰਸ ਚੰਡੀਗੜ੍ਹ 'ਚ ਆਲਰੇਡੀ ਲੈ ਲਏ ਨੇ। ਚੌਂਕ ਦੇ ਕੋਲ ਜਾ ਕੇ ਜਿੱਥੇ ਵੀ ਗ੍ਰਿਲਸ ਹੈ ਉਹਨਾਂ ਨੂੰ ਅਸੀਂ ਹਟਵਾਤਾ ਹੈ, ਜਾਂ ਫਿਰ ਉੱਥੇ ਆਪਾਂ ਜਿਹੜੀ ਪਲਾਂਟਸ ਹੈ ਉਹਨਾਂ ਨੂੰ ਉੱਥੋਂ ਹਟਵਾਤਾ। ਦੂਜੀ ਗੱਲ, ਪੈਡੈਸਟ੍ਰੀਅਨਸ ਜਦੋਂ ਵੀ ਰੋਡ ਕ੍ਰੋਸ ਕਰਨਗੇ ਤਾਂ ਉਹ ਇੰਟਰਸੈਕਸ਼ਨਸ ਤੋਂ ਹੀ ਕ੍ਰੋਸ ਕਰਨ, ਇਹਨੂੰ ਵੀ ਅਸੀਂ ਮੋਟੀਵੇਟ ਕਰਨ ਲਈ ਅਸੀਂ ਗ੍ਰਿਲਸ ਜਿਹੜੀ ਰੋਡਸ ਦੇ ਵਿੱਚ ਗ੍ਰਿਲ ਵਾਈ ਹੈ, ਬਟ ਜਿੱਥੇ ਵੀ ਟ੍ਰੈਫਿਕ ਲਾਈਟ ਹੈ, ਜਿੱਥੇ ਵੀ ਰਾਊਂਡ ਅਬਾਊਟ ਹੈ, ਉੱਥੇ ਅਸੀਂ ਉਹਨਾਂ ਨੂੰ ਪ੍ਰੋਪਰ ਇੱਕ ਰਾਈਟ ਆਫ ਵੇ ਦਿੱਤਾ ਪੈਡੈਸਟ੍ਰੀਅਨਸ ਨੂੰ ਜੀ। ਜਦੋਂ ਵੀ ਰੈੱਡ ਲਾਈਟ ਹੁੰਦੀ ਹੈ ਤਾਂ ਉੱਥੇ ਤੁਸੀਂ ਦੇਖਿਆ ਹੋਣਾ ਸਾਰੀ ਜਗ੍ਹਾ ਲਾਈਟ ਸਿਗਨਲਸ ਪੈਡੈਸਟ੍ਰੀਅਨਸ ਲਈ ਅਲੱਗ ਲੱਗੇ ਹੋਏ ਨੇ। 3-4 ਜਗ੍ਹਾ ਐਕਸਪੈਰੀਮੈਂਟ ਕਰਕੇ ਆਪਾਂ ਬਟਨ ਸਿਸਟਮ ਵੀ ਸ਼ੁਰੂ ਕੀਤਾ, ਜਿੱਥੇ ਆਪਾਂ ਅਲਰਟ ਸਿਸਟਮ, ਪੈਡੈਸਟ੍ਰੀਅਨ ਆ ਕੇ ਉੱਥੇ ਰੋਜ਼ ਗਾਰਡਨ ਦੇ ਅੱਗੇ ਤੁਸੀਂ ਦੇਖਿਆ ਹੋਣਾ, ਉੱਥੇ ਪ੍ਰੈਸ ਕਰ ਸਕਦੇ ਹੋ, ਜਦੋਂ ਵੀ ਪੈਡੈਸਟ੍ਰੀਅਨ ਹੈ ਉਦੋਂ ਹੀ ਉਹ ਗ੍ਰੀਨ ਹੋਏਗੀ, ਅਦਰਵਾਈਜ਼ ਉਹ ਰੈੱਡ ਰਹੇਗੀ ਲਾਈਟ। ਤਾਂ ਕਾਫੀ ਸਮਾਰਟ ਇੰਟੈਲੀਜੈਂਟ ਸਿਸਟਮਸ ਆਲਰੇਡੀ ਡਿਪਲੋਇਡ ਹੈ, ਤੇ ਜਿਹੜਾ ਇਹ ਪੈਡੈਸਟ੍ਰੀਅਨਸ ਵਾਲਾ ਹੈ ਸਾਰੀ ਜਗ੍ਹਾ ਹੁਣ ਜਿੱਥੇ ਵੀ ਕ੍ਰੋਸਿੰਗਸ ਹੈ ਉੱਥੇ ਡਿਪਲੋਏ ਕਰਨ ਦਾ ਪ੍ਰਪੋਜ਼ਲ ਹੁਣ ਬਣ ਚੁੱਕਿਆ ਹੈ। ਦੂਸਰਾ, ਕਿਉਂਕਿ ਪੈਡੈਸਟ੍ਰੀਅਨ ਤੇ ਸਾਈਕਲਿਸਟ ਤੇ ਸਾਡਾ ਕਾਫੀ ਜ਼ੋਰ ਹੈ, ਤਾਂ ਸ਼ਹਿਰ ਚ ਕਾਫੀ ਜਗ੍ਹਾ ਸਾਈਕਲ ਟਰੈਕਸ ਬਣ ਚੁੱਕੇ ਨੇ। ਜਿੱਥੇ ਨਹੀਂ ਹੈ, ਤਕਰੀਬਨ 8 ਰੋਡਸ ਤੇ ਨਵੇਂ ਸਾਈਕਲ ਟਰੈਕਸ ਬਣਨ ਦਾ ਪ੍ਰਪੋਜ਼ਲ ਆਲਰੇਡੀ ਜਾ ਚੁੱਕਿਆ, ਤੇ ਉੱਥੇ ਵੀ ਕੰਮ ਜਲਦੀ ਸ਼ੁਰੂ ਹੋ ਜਾਏਗਾ। ਇੱਕ ਬਹੁਤ ਹੀ ਦੁਖਦਾਈ ਘੰਟਾ ਰੀਸੈਂਟਲੀ, ਇੱਕ ਡਾਕਟਰ ਸਾਹਿਬ ਸਾਈਕਲਿਸਟ ਜਿਨ੍ਹਾਂ ਦੀ ਪਿੱਛੋਂ ਵੀਡੀਓ ਸਭ ਨੇ ਦੇਖੀ ਹੈ, ਤਾਂ ਉਸ ਤੋਂ ਬਾਅਦ ਵੀ ਕਾਫੀ ਇਨਹਾਂਸਡ ਫੋਕਸ ਇਹਦੇ ਤੇ ਆਇਆ ਕਿ ਸਾਈਕਲ ਟਰੈਕ ਸਾਰੀ ਜਗ੍ਹਾ ਹੋਣ। ਸਪੈਸ਼ਲੀ ਧੁੰਦ ਵਾਲੇ ਮੌਸਮ ਚ ਅਸੀਂ ਹੁਣ ਅਵੇਅਰਨੈਸ ਕੈਂਪੇਨ ਸਾਡੇ ਕਾਫੀ ਜਾ ਰਹੀ ਹੈ ਕਿ ਜਿੰਨੇ ਵੀ ਸਾਈਕਲਿਸਟ ਸ਼ੌਕੀਨ ਨੇ
ਅਸੀਂ ਦੇਖਿਆ ਅੱਜ ਕੱਲ ਸਾਈਕਲਿਸਟ ਦਾ ਬਹੁਤ ਜ਼ਿਆਦਾ ਸਾਈਕਲਿਸਟ, ਜੇ ਤੁਸੀਂ ਅਰਲੀ ਮਾਰਨਿੰਗ ਨਿਕਲੋਗੇ, ਮੈਂ ਆਪ ਸਾਈਕਲ ਕਰਨ ਜਾਂਦੀ ਹਾਂ ਤੇ ਕਾਫੀ ਜ਼ਿਆਦਾ ਭੀੜ ਹੁੰਦੀ ਹੈ, ਤਾਂ ਉਹ ਰਿਫਲੈਕਟਰ ਜੈਕਟਸ ਉਹਨਾਂ ਦੇ ਕੱਪੜੇ ਐਵੇਂ ਦੇ ਹੋਣ ਜਿਹੜੇ ਦੂਰ ਤੋਂ ਵਿਜ਼ੀਬਲ ਹੋਣ, ਸਾਈਕਲ ਤੇ ਰਿਫਲੈਕਟਰਸ ਲੱਗੇ ਹੋਣ, ਹੈਲਮੇਟਸ ਤੇ ਅੱਜ ਕੱਲ ਸਪੈਸ਼ਲ ਬੀਕਨ ਲਾਈਟਸ ਆਣ ਲੱਗ ਗਈਆਂ, ਉਹ ਲੱਗੀਆਂ ਹੋਣ ਤਾਂ ਕਿ ਦੂਰ ਤੋਂ ਵਿਜ਼ੀਬਿਲਿਟੀ ਹੋਵੇ, ਤਾਂ ਬੋਥ ਵੇਜ਼ ਅਵੇਅਰਨੈਸ ਫਰੋਮ ਦਾ ਯੂਜ਼ਰ ਪੁਆਇੰਟ ਆਫ ਵਿਊ ਤੇ ਇਨਫਰਾਸਟ੍ਰਕਚਰ ਚੇਂਜਸ ਫਰੋਮ ਦੀ ਐਡਮਿਨਿਸਟ੍ਰੇਸ਼ਨ ਪੁਆਇੰਟ ਆਫ ਵਿਊ, ਦੋਨਾਂ ਤੇ ਅਸੀਂ ਫੋਕਸ ਕਰ ਰਹੇ ਹਾਂ। ਅਵੇਅਰਨੈਸ ਜ਼ਿਆਦਾ ਕੰਮ ਕਰਦੀ ਹੈ ਸਖਤੀ? ਪਾਰਡਨ, ਅਵੇਅਰਨੈਸ ਜ਼ਿਆਦਾ ਕੰਮ ਕਰਦੀ ਹੈ ਸਖਤੀ? ਦੋਨੋ ਜੀ, ਦੋਨੋ। ਜਿਵੇਂ ਆਪਾਂ ਕਹਿੰਦੇ ਰੋਡ ਸੇਫਟੀ ਦੇ 4 ਈਜ਼ ਐਸੀ ਜਿਹਦੇ ਪ੍ਰਿੰਸੀਪਲ ਤੇ ਚੱਲਦੇ, ਸਭ ਤੋਂ ਪਹਿਲੇ ਆ ਗਈ ਐਜੂਕੇਸ਼ਨ, ਜਿਹੜੀ ਅਵੇਅਰਨੈਸ ਦਾ ਕੰਮ ਆ ਗਿਆ, ਦੂਸਰਾ ਆ ਗਿਆ ਇਨਫੋਰਸਮੈਂਟ ਜੋ ਸਾਡਾ ਪੁਲਿਸ ਦਾ ਰੈਗੂਲਰ ਕੰਮ ਰਹਿੰਦਾ ਹੈ, ਤੀਸਰਾ ਆ ਗਿਆ ਇੰਜੀਨੀਅਰਿੰਗ ਚੇਂਜਸ, ਜਿਵੇਂ ਕਿ ਮੈਂ ਦੱਸਿਆ ਕਿ ਕੱਲੀ ਪੁਲਿਸ ਫੋਰਸ ਕੁਝ ਨਹੀਂ ਕਰ ਸਕਦੀ, ਸਾਡੇ ਸਪੇਸਿਸ ਵੀ ਐਵੇਂ ਡਿਜ਼ਾਈਨ ਹੋਣੀਆਂ ਚਾਹੀਦੀਆਂ ਅਸੀਂ ਸੇਫਲੀ ਨੈਵੀਗੇਟ ਕਰ ਸਕੀਏ। ਫੋਰਥ ਹੋ ਗਈ ਐਮਰਜੈਂਸੀ ਕੇਅਰ, ਜਦੋਂ ਜੇ ਇਹ ਸਾਰੀ ਚੀਜ਼ਾਂ ਤੋਂ ਬਾਅਦ ਵੀ ਜੇ ਕੋਈ ਐਕਸੀਡੈਂਟ ਹੋ ਜਾਵੇ ਤਾਂ ਇਮੀਡੀਏਟਲੀ ਉਹਦੀ ਐਮਰਜੈਂਸੀ ਕੇਅਰ ਹੋਵੇ। ਚੰਡੀਗੜ੍ਹ ਚ ਜਿਹੜਾ ਸਾਡੀ ਐਮਰਜੈਂਸੀ ਹੈਲਪਲਾਈਨ 112 ਚੱਲ ਰਹੀ ਹੈ, ਉਹਦੇ ਸਾਡਾ ਰਿਸਪੋਂਸ ਟਾਈਮ 4 ਮਿੰਟ ਤੋਂ ਵੀ ਘੱਟ ਹੈ, ਜਿੱਥੇ ਕੋਈ ਵੀ ਐਂਬੂਲੈਂਸ ਜਾਂ ਸਾਡੀ PCR 4 ਮਿੰਟ ਦੇ ਅੰਦਰ ਅੰਦਰ ਪਹੁੰਚ ਜਾਂਦੀ ਹੈ, ਜੋ ਕਿ ਪੂਰੇ ਦੇਸ਼ ਚੋਂ ਸਭ ਤੋਂ ਘੱਟ ਹੈ। ਤਾਂ ਐਮਰਜੈਂਸੀ ਕੇਅਰ ਚ ਜਿਵੇਂ ਕਿ ਗੁੱਡ ਸਮੈਰਟਨ ਦੀ ਗੱਲ ਹੋ ਰਹੀ ਸੀ, ਮੈਨੂੰ ਲੱਗ ਰਿਹਾ ਚੰਡੀਗੜ੍ਹ ਚ ਇੰਨਾ ਜ਼ਿਆਦਾ ਉਹ ਹਲੇ ਨਹੀਂ ਕੈਚਅਪ ਕਰ ਪਾ ਰਿਹਾ, ਕਿਉਂਕਿ PCR ਇਜ਼ ਵੈਰੀ ਨੀਅਰ ਬਾਏ ਤੇ ਉਹ ਇਮੀਡੀਏਟਲੀ ਪਹੁੰਚ ਜਾਂਦੇ ਹੈ, ਤਾਂ ਕਿਸੇ ਹੋਰ ਨੂੰ ਲਿਜਾਣ ਦੀ ਲੋੜ ਨਹੀਂ ਪੈਂਦੀ। ਅਸੀਂ ਵੀ 5,000 ਰੁਪਏ ਦਾ ਇਨਾਮ ਗੁੱਡ ਸਮੈਰਟਨ ਲਈ ਨੋਟੀਫਾਈ ਕੀਤਾ, ਬਟ ਪਿਛਲੇ 2-4 ਸਾਲ ਚ ਮੈਨੂੰ ਨਹੀਂ ਲੱਗਦਾ ਹਲੇ ਤੱਕ ਕਿਸੇ ਨੇ ਵੀ ਉਹ ਕਲੇਮ ਕੀਤਾ, ਕਿਉਂਕਿ PCR ਇਜ਼ ਵੈਰੀ ਨੀਅਰ ਬਾਏ ਤੇ ਉਹ ਫੈਸਿਲਿਟੀ, ਜਿਵੇਂ ਮੈਂ ਕਿਹਾ ਪਲਾਂਟ ਸਿਟੀ ਹੈ ਤੇ ਸਭ ਨੂੰ ਪਹੁੰਚਣ ਚ ਬਹੁਤ ਮੋਬਿਲਿਟੀ ਬਹੁਤ ਈਜ਼ੀ ਹੈ, ਜੋ ਕਿ ਵੱਡੇ ਰੂਰਲ ਡਿਸਟ੍ਰਿਕਟ ਚ ਦੂਰ ਦੁਰਾਡੇ ਇਲਾਕਿਆਂ ਚ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ, ਉਰੇ ਪਲਾਂਟ ਸਿਟੀ ਹੋਣ ਕਰਕੇ ਕਾਫੀ ਫਾਇਦਾ ਹੈ ਇਸ ਚੀਜ਼ ਦਾ। ਸਰ, ਇਸ ਚੀਜ਼ ਨੂੰ ਪੰਜਾਬ ਚ ਸੇਮ ਗੱਲ ਜਿਹੜੀ ਮੈਡਮ ਨੇ ਕੀਤੀ ਹੈ ਗੁੱਡਸ ਬਿਲਕੁਲ ਬਹੁਤ ਅੱਛਾ ਪ੍ਰਸ਼ਨ, ਔਰ ਮੈਂ ਪਿਛਲੇ ਵਕਤਾ ਭਾਈ ਕਨੇਰੀਆ ਦੀ ਗੱਲ ਹੋਈ ਸੀਗੀ, ਜਿਹੜੇ ਦੁਸ਼ਮਣਾਂ ਨੂੰ ਵੀ ਦਵਾਈ ਤੇ ਦਾਰੂ ਦਿੰਦੇ ਸੀ, ਉਹ ਪੰਜਾਬ ਦੇ ਵਿੱਚ ਇਹ ਪਹਿਲਾਂ ਤੋਂ ਹੀ ਸਾਡਾ ਭਾਈ ਕਨੇਰੀਆ ਸਕੀਮ ਲਾਗੂ ਹੈਗੀ ਆ, ਠੀਕ ਹੈ, ਜਿਹਦੇ ਵਿੱਚ ਹੁਣ ਇਹ ਗਵਰਨਮੈਂਟ ਆਫ ਇੰਡੀਆ ਵੱਲੋਂ ਗੁੱਡ ਸਮੈਰੀਟਨ ਸਕੀਮ ਅਸੀਂ ਨਾਲ ਐਡ ਕਰਤੀ ਹੈ, ਔਰ ਇਹ ਇਹਨਾਂ ਦਾ ਜਿੰਨੇ ਵੀ ਸਾਡੇ ਜਹਿਨ ਚ ਆਉਂਦੇ ਨੇ, ਜਿੱਥੇ ਵੀ ਐਕਸੀਡੈਂਟ ਹੋਇਆ ਕਿਸੇ ਨੇ ਮਦਦ ਕੀਤੀ ਉਹਨੂੰ ਇਨਕਰੇਜ ਕਰਨ ਲਈ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਪਿਛਲੇ ਸਾਲ ਤੋਂ 2022 ਤੋਂ, ਵੀ ਇਹੋ ਜਿਹੇ ਸੱਜਣਾਂ ਨੂੰ ਅੱਗੇ ਲਿਆ ਕੇ ਸਮਾਜ ਦੇ ਵਿੱਚ ਇੱਕ ਰੈਕੋਗਨੀਸ਼ਨ ਦਵਾਈ ਜਾਵੇ। ਮੈਂ ਖੁਦ ਆਪਣੇ ਹੱਥਿਓਂ ਕੋਈ ਪਿਛਲੇ ਸਾਲਾਂ ਦੇ ਵਿੱਚ CC1 ਸਰਟੀਫਿਕੇਟ ਮੈਂ ਆਪਣੇ ਵੱਲੋਂ ਇਸ਼ੂ ਕਰ ਰਿਹਾ, ਔਰ ਪਲੱਸ ਅਸੀਂ ਡਿਸਟ੍ਰਿਕਟ ਦੇ ਡਿਪਟੀ ਕਮਿਸ਼ਨਰ ਨਾਲ ਟੇਕ ਅਪ ਕਰਕੇ 26 ਜਨਵਰੀ ਜਾਂ 15 ਅਗਸਤ ਦੇ ਉੱਤੇ ਇਹਨਾਂ ਬੰਦਿਆਂ ਨੂੰ ਰੈਕੋਗਨਾਈਜ਼ ਕਰਾਉਂਦੇ ਹਾਂ ਕਿ ਇਹ ਬੰਦਿਆਂ ਨੇ ਮਦਦ ਕੀਤੀ ਕਿਸੇ ਦੀ ਜਾਨ ਬਚਾਉਣ ਚ, ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਕੋਈ ਪੋਜ਼ਿਟਿਵ ਰਿਸਪੋਂਸ ਦੇਵਾਂਗੇ ਔਰ ਇਹ ਬੰਦੇ ਜਾ ਕੇ ਅੱਗੇ ਗੱਲ ਕਰਨਗੇ, ਫਿਰ ਉਹ ਜਿਹੜਾ ਡਰ ਭਾਉ ਵਾਲੀ ਗੱਲ ਆ ਉਹ ਡਰ ਭਾਉ ਵਾਲੀ ਗੱਲ ਖਤਮ ਹੋ ਕੇ ਇਹ ਇੱਕ ਪੋਜ਼ਿਟਿਵ ਮੂਵਮੈਂਟ ਬਣ ਜਾਏਗੀ, ਉਹ ਲੋਕ ਖੁਦ ਹੀ ਆਪਣਾ ਆਪਦੀ ਰੈਕੋਗਨੀਸ਼ਨ ਲਈ ਆਪਦੇ ਉਹਦੇ ਲਈ ਇਸ ਪਾਸੇ ਨੂੰ ਲੱਗ ਜਾਣਗੇ। ਮੈਂ ਸਰ ਪੂਰਾ ਇੱਕ ਟੀਚਿੰਗ ਪ੍ਰੋਸੈਸ ਦਾ ਜ਼ਿਕਰ ਕਰ ਰਿਹਾ ਸੀਗਾ ਕਿ ਜਿਹੜੇ ਸਿਲੇਬਸ ਹੈ ਉਹਨਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਇਹਨਾਂ ਦਾ ਜ਼ਿਕਰ ਨਹੀਂ ਹੈ, ਕਿ ਤੁਸੀਂ ਲੋਕਾਂ ਨੂੰ ਪੁੱਛੋ, ਖਾਸ ਤੌਰ ਤੇ ਜਿਹੜੇ ਡਰਾਈਵ ਕਰ ਰਹੇ ਹੋ ਉਹਨਾਂ ਨੂੰ ਵੀ, ਉਹਨਾਂ ਨੂੰ ਬਹੁਤ ਸਾਰੇ ਸਾਇੰਸ ਨਹੀਂ ਪਤਾ ਹੋਣਗੇ ਕਿ ਜਿਹੜੇ ਟ੍ਰੈਫਿਕ ਦੇ ਸਾਇੰਸ ਹੁੰਦੇ ਆ ਉਹ ਨਹੀਂ ਪਤਾ ਹੁੰਦੇ ਹੈਗੇ, ਕੀ ਤੁਹਾਨੂੰ ਲੱਗਦਾ ਕਿ ਕੀ ਕੋਈ ਜਿਹੜੇ ਸਟੱਡੀ ਹੈ ਉਸ ਦੇ ਵਿੱਚ ਕੈਰੀਕੁਲਮ ਦੇ ਵਿੱਚ ਕੋਈ ਇਸ ਨੂੰ ਇਨੀਸ਼ੀਏਟ ਕਰ ਦੇਣਾ ਚਾਹੀਦਾ, ਇਹਦਾ ਪਾਰਟ ਹੋਣਾ ਚਾਹੀਦਾ ਐਜ਼ ਅ ਸਬਜੈਕਟ, ਡੂ ਯੂ ਫੀਲ? ਬਿਲਕੁਲ, ਔਰ ਇਹ ਜਿਹੜਾ ਅਵੇਅਰਨੈਸ ਦਾ ਕੈਂਪੇਨ ਹੈਗਾ
ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੋ ਪੰਜਾਬ ਦੇ ਵਿੱਚ ਆਪਾਂ ਕਰ ਰਹੇ ਹੈਗੇ ਹਾਂ ਉਹਦੇ ਬਾਰੇ ਤੁਹਾਡੇ ਮਾਧਿਅਮ ਦੇ ਹੀ, ਤਾਂ ਕਿ ਆਮ ਜਨਤਾ ਨੂੰ ਵੀ ਇਹਦੇ ਬਾਰੇ। ਨੰਬਰ ਇੱਕ ਤਾਂ ਤੁਸੀਂ ਸਿਲੇਬਸ ਦੀ ਗੱਲ ਕੀਤੀ ਆ, ਉਸ ਆਲਰੇਡੀ ਸਿਲੇਬਸ ਦੇ ਵਿੱਚ ਇਹ ਇਨਕਲੂਡ ਕੀਤੇ ਗਏ ਨੇ, ਟ੍ਰੈਫਿਕ ਨਿਯਮ ਸਿਲੇਬਸ ਦੇ, ਸਕੂਲ ਸਿਲੇਬਸ ਦੇ ਵਿੱਚ ਕੀਤੇ ਗਏ ਨੇ। ਔਰ ਪੰਜਾਬ ਦੇ ਵਿੱਚ ਇੱਕ ਰੋਡ ਸੇਫਟੀ ਲੀਡ ਏਜੰਸੀ ਵੀ ਬਣੀ ਹੋਈ ਹੈਗੀ ਆ, ਜਿਹਦਾ ਕੰਮ ਹੈਗਾ, ਕਿਉਂਕਿ ਟ੍ਰੈਫਿਕ ਜਦੋਂ ਆਪਾਂ ਗੱਲ ਕਰਦੇ ਹਾਂ, ਆਪਾਂ ਜਨਰਲੀ ਟ੍ਰੈਫਿਕ ਦੀ ਗੱਲ ਕਰਦੇ ਹੋਏ ਪੁਲਿਸ ਦੇ ਉੱਤੇ ਹੀ ਆ ਜਾਂਦੇ ਹਾਂ, ਆਪਾਂ ਜਿਹੜੀਆਂ ਦੂਜੀਆਂ ਏਜੰਸੀਜ਼ ਨੇ ਟ੍ਰੈਫਿਕ ਦੇ ਵਿੱਚ ਉਹਨਾਂ ਨੂੰ ਕਿਵੇਂ ਇਕੱਠੇ ਕਰਨਾ ਔਰ ਇਕੱਠੇ ਕਰਕੇ ਇੱਕ ਫੋਰਮ ਤੇ ਲਿਆ ਕੇ, ਤੇ ਜਿਹੜੇ ਜਿਹੜੇ ਗੈਪ ਏਰੀਆ ਨੇ ਗੇ ਕਿ ਆਹ ਚੀਜ਼ ਰਹਿ ਗਈ, ਆਹ ਚੀਜ਼ ਰਹਿ ਗਈ, ਉਹਨੂੰ ਕਿਵੇਂ ਕਰਨਾ ਹੈਗਾ, ਉਹ ਉਹਦੇ ਲਈ ਹੀ ਪੰਜਾਬ ਦੇ ਵਿੱਚ ਰੋਡ ਸੇਫਟੀ ਲੀਡ ਏਜੰਸੀ ਇੱਕ ਬੋਡੀ ਬਣੀ ਹੋਈ ਹੈ, ਜਿਹਨੂੰ ਕਿ ਇੱਕ ਰਿਟਾਇਰਡ IAS ਆਫਿਸਰ ਹੈਡ ਕਰਦੇ ਨੇ, ਉਹਨਾਂ ਦਾ ਪ੍ਰੋਪਰ ਆਫਿਸ ਹੈਗਾ, ਉਹਨਾਂ ਨਾਲ ਡਾਕਟਰ ਵੀ ਉਹਨਾਂ ਦੇ ਵਿੱਚ ਸ਼ਾਮਿਲ ਹੈਗੇ ਨੇ, ਇੰਜੀਨੀਅਰ ਵੀ ਉਹਨਾਂ ਦੇ ਵਿੱਚ ਸ਼ਾਮਿਲ ਹੈਗੇ ਨੇ, ਪੁਲਿਸ ਵਾਲੇ ਵੀ ਉਹਨਾਂ ਦੇ ਵਿੱਚ ਸ਼ਾਮਿਲ ਹੈਗੇ ਨੇ, ਉਸ ਕੌਂਸਲ ਦਾ ਲੀਡ ਏਜੰਸੀ ਦਾ ਹਿੱਸਾ ਹੈਗੇ ਨੇ, ਜਿਸ ਦੇ ਵਿੱਚ ਇਹ ਸਾਰੇ ਇਸ਼ੂਜ਼ ਡੈਲੀਬਰੇਟ ਕੀਤੇ ਜਾਂਦੇ ਨੇ। ਔਰ ਉਸ ਏਜੰਸੀ ਦੇ ਵਿੱਚ ਹੀ ਅਸੀਂ ਪਹਿਲਾਂ ਤਾਂ ਪੁਲਿਸ ਆਪਦੇ ਪੱਖੋਂ ਇੱਕ ਇਹ ਕਰਦੀ ਸੀਗੀ, ਐਜੂਕੇਸ਼ਨ ਸੈੱਲ ਬਣੇ ਹੋਏ ਸੀ, ਪਰ ਉਹ ਲਿਮਿਟਿਡ ਉਹਨਾਂ ਦੀ ਅਪਰੋਚ ਰਹਿੰਦੀ ਸੀ। ਸੋ ਉਸ ਦੇ ਵਿੱਚ ਅਸੀਂ ਇਹ ਉਪਰਾਲਾ ਕੀਤਾ ਕਿ ਇਹਨੂੰ ਇੱਕ ਸਿਸਟਮ ਅਪਰੋਚ ਬਣਾਇਆ ਜਾਵੇ, ਅਵੇਅਰਨੈਸ ਸ਼ੁੱਡ ਬੀ ਅ ਸਿਸਟਮੈਟਿਕ ਥਿੰਗ। ਤੇ ਮੈਨੂੰ ਇਹ ਤੁਹਾਡੇ ਨਾਲ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਰੋਡ ਸੇਫਟੀ ਲੀਡ ਏਜੰਸੀ ਨੇ ਸਾਡੇ ਸੁਝਾਅ ਨੂੰ ਮੰਨਿਆ, ਮੰਨਣ ਤੋਂ ਬਾਅਦ ਅਸੀਂ ਲੋਕਾਂ ਤੋਂ ਜਿਹੜੀਆਂ ਏਜੰਸੀਜ਼ ਪ੍ਰੋਫੈਸ਼ਨਲ ਏਜੰਸੀਜ਼ ਨੇ, ਆਮ ਪੁਲਿਸ ਵਾਲਿਆਂ ਦਾ ਕਿਉਂਕਿ ਇਸ਼ੂ ਨਹੀਂ ਹੁੰਦਾ ਵੀ ਕਿਵੇਂ ਅਵੇਅਰਨੈਸ ਲੋਕਾਂ ਨੂੰ, ਜਿਸ ਤਰ੍ਹਾਂ ਮੈਡਮ ਦੱਸ ਰਹੇ ਸੀ, ਨੱਜ ਕਰਕੇ ਲੋਕਾਂ ਨੂੰ ਅਵੇਅਰ ਕਰਨਾ, ਪ੍ਰੋਫੈਸ਼ਨਲ ਵੇ ਚ ਲੋਕਾਂ ਨੂੰ ਅਵੇਅਰ ਕਰਨਾ। ਸੋ ਉਹਨਾਂ ਨੇ ਟੈਂਡਰ ਇਨਵਾਈਟ ਕੀਤੇ ਨੇ, ਕੋਈ 16 ਦੇ ਕਰੀਬ ਇਹੋ ਜਿਹੀਆਂ ਪ੍ਰੋਫੈਸ਼ਨਲ ਏਜੰਸੀਜ਼ ਅੱਗੇ ਆਈਆਂ ਨੇ, ਜਿਹੜੀਆਂ ਕਿ ਟ੍ਰੈਫਿਕ ਦੇ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣਗੀਆਂ, ਐਜੂਕੇਟ ਕਰਨਗੀਆਂ, ਅਵੇਅਰਨੈਸ ਕੰਪੇਨ। ਉਹਨਾਂ ਚੋਂ ਹੁਣ ਅਸੀਂ ਸ਼ਾਰਟ ਲਿਸਟ ਕਰਕੇ ਬਹੁਤ ਜਲਦੀ ਇੱਕ ਪ੍ਰੋਫੈਸ਼ਨਲ ਏਜੰਸੀ ਦੇ ਥਰੂ ਪੰਜਾਬ ਦੇ ਲੋਕਾਂ ਦੇ ਵਿੱਚ ਅਵੇਅਰਨੈਸ, ਟ੍ਰੈਫਿਕ ਅਵੇਅਰਨੈਸ ਵੱਖੋ ਵੱਖਰੇ ਤਰੀਕਿਆਂ ਨਾਲ ਜਿਹੜਾ ਉਹਨਾਂ ਨੂੰ ਸਮਝਾਇਆ ਜਾ ਸਕੇ, ਇਨੋਵੇਟਿਵ ਵੇ, ਹਾਂ, ਜਿਹੜੇ ਕਿ ਸਮੇਂ ਦਾ ਹਾਨੀ ਹੋਵੇ, ਕਿਉਂਕਿ ਜਦੋਂ ਕੋਈ ਵੀ ਚੀਜ਼, ਅੱਛੀ ਚੀਜ਼ ਆਪਾਂ ਕਿਸੇ ਨੂੰ ਦੱਸਣ ਜਾਂਦੇ ਹਾਂ, ਜੇ ਉਹਨੂੰ ਪ੍ਰੋਪਰਲੀ ਆਪਾਂ ਸਮਝਾ ਨਾ ਪਾਈਏ, ਉਹ ਬੰਦੇ ਦੀ ਕਈ ਵਾਰੀ ਈਗੋ ਹਰਟ ਹੁੰਦੀ ਆ, ਉਹਨੂੰ ਸਮਝਦੇ ਨੀ ਆਪਣੇ, ਉਹਨਾਂ ਨੂੰ ਪ੍ਰੋਫੈਸ਼ਨਲੀ ਕਿਸ ਤਰ੍ਹਾਂ ਸਮਝਾਉਣਾ ਹੈਗਾ ਕਿ ਇਹਦੇ ਵਿੱਚ ਤੁਹਾਡਾ ਹੀ ਫਾਇਦਾ। ਤੇ ਉਹ ਉਹ ਜਿਹਾ ਸੀ, ਜਿਵੇਂ ਚੰਡੀਗੜ੍ਹ ਚ ਅਸੀਂ ਦੇਖਿਆ ਜਿਹੜੇ ਟ੍ਰੈਫਿਕ ਦੇ ASI ਨੇ ਸ਼ਾਇਦ ਜਿਹੜੇ ਉਹ ਗਾਉਂਦੇ ਆ, ਬਿਲਕੁਲ ਗਾਣੇ ਗਾ ਕੇ ਅਵੇਅਰ ਕਰਦੇ, ਉਹਨੂੰ ਸਭ ਤੋਂ ਜ਼ਿਆਦਾ ਉਹਨਾਂ ਨੂੰ ਦੇਖਿਆ ਜਾਂਦਾ। ਤੁਹਾਨੂੰ ਚੰਡੀਗੜ੍ਹ ਚ ਹੋਣ ਕਰਕੇ ਪਤਾ, ਬਟ ਪੰਜਾਬ ਚ ਵੀ ਬਹੁਤ ਵੱਖ ਵੱਖ ਜ਼ਿਲ੍ਹਿਆਂ ਵਿੱਚ ਐਵੇਂ ਦੇ ਬੜੇ ਆਰਟਿਸਟਿਕ ਸਾਡੇ ਆਫਿਸਰਸ ਨੇ ਜਿਹੜੇ ਆਰਟ ਦੇ ਥਰੂ ਜਾਂ ਹੋਰ ਤਰੀਕਿਆਂ ਨਾਲ, ਸਿੰਗਰ ਤਾਂ ਬਹੁਤ ਹੀ ਨੇ ਸਾਡੇ ਕੋਲ ਜਿਹੜੇ ਇਸ ਤਰ੍ਹਾਂ ਦੇ ਇਨੋਵੇਟਿਵ ਤਰੀਕਿਆਂ ਨਾਲ ਸਾਰਿਆਂ ਨੂੰ ਅਵੇਅਰਨੈਸ ਕਰਦੇ ਨੇ। ਚਲੋ ਇੱਕ ਇਨਫੈਕਟ ਦੋ ਸਵਾਲ ਹੈ, ਇੱਕ ਹੈਗਾ ਆਮ ਲੋਕਾਂ ਦੇ ਵੱਲੋਂ, ਇੱਕ ਹੈ ਤੁਹਾਡੀ ਪੁਲਿਸ ਫੋਰਸ ਦੇ ਵੱਲੋਂ। ਪਹਿਲਾਂ ਆਮ ਲੋਕਾਂ ਵੱਲੋਂ, ਮੈਂ ਚੰਡੀਗੜ੍ਹ ਨੂੰ ਸਪੈਸੀਫਿਕਲੀ,
ਕਹਿੰਦੇ ਤੁਸੀਂ ਬਾਹਰ ਤੋਂ ਜਿਹੜੀ ਵੀ ਗੱਡੀ ਆਉਂਦੀ ਹੈ ਨਾ, ਬਾਹਰ ਤੋਂ ਨੰਬਰ ਦਿਖ ਜਾਂਦਾ ਉਹਨੂੰ ਇਸੀ ਟਾਈਮ ਰੋਕ ਲੈਂਦੇ ਹਾਂ। ਕੋਈ ਜੇਕੇ ਦੀ ਦੇਖੇ, ਕੋਈ ਐਚਪੀ ਦੀ ਦੇਖੇ, ਉਹਨਾਂ ਨੂੰ ਪਤਾ ਹੁੰਦਾ ਕਿ ਐਚਪੀ 52 ਕਿੱਥੇ ਦੀ ਹੋਏਗੀ, ਐਚਪੀ 39 ਕਿੱਥੇ ਦੀ ਹੋਏਗੀ, ਪੰਜਾਬ ਚ ਪੀਬੀ 91 ਕਿੱਥੇ ਦੀ ਹੋਏਗੀ, ਉਹਨਾਂ ਨੂੰ ਉਸੀ ਟਾਈਮ ਰੋਕ ਲੈਂਦੇ। ਪਹਿਲਾਂ ਇਹਦਾ ਸਵਾਲ, ਫਿਰ ਮੈਂ ਪੁਲਿਸ ਵਾਲੇ ਕੀ ਕਹਿ ਰਿਹਾ ਉਹਨਾਂ ਦਾ ਵੀ। ਤੇ ਇਹ ਮੈਂ ਜਿਵੇਂ ਕਿ ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਹੁਣ ਸਾਡੀ ਸਾਰੀ ਐਨਫੋਰਸਮੈਂਟ ਜਿਹੜੀ ਹੈ ਉਹ ਕੈਮਰਾਸ ਤੇ ਮੂਵ ਹੋ ਚੁੱਕੀ ਹੈ ਜੀ। ਤਾਂ ICCC ਦੇ ਥਰੂ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਇੰਨੀ ਸਾਡੀ ਐਨਫੋਰਸਮੈਂਟ ਹੈ ਕਿ ਸਾਨੂੰ ਮੈਨੂਅਲ ਐਨਫੋਰਸਮੈਂਟ ਬਹੁਤ ਘੱਟ ਹੋ ਗਈ। ਜਿਹੜੇ ਵਿਜ਼ੀਬਲ ਆਫੈਂਸਿਸ ਹੁੰਦੇ ਆ ਜਿਵੇਂ ਕਿ ਸੀਟ ਬੈਲਟ ਨਹੀਂ ਪਾਈ, ਨੰਬਰ ਪਲੇਟ ਪ੍ਰੋਪਰ ਨਹੀਂ ਹੈ ਜੀ, ਜ਼ੈਬਰਾ ਕ੍ਰੋਸਿੰਗ ਕ੍ਰੋਸ ਕਰਕੇ ਖੜ ਰਹੇ ਨੇ ਜਾਂ ਹੈਲਮਟ ਨਹੀਂ ਪਾਇਆ, ਵਿਜ਼ੀਬਲ ਆਫੈਂਸਿਸ ਸਾਰੇ ਕੈਪਚਰ ਹੁੰਦੇ ਨੇ ਕੈਮਰਾਸ ਤੋਂ। ਜਿਹੜੇ ਨਾਨ ਵਿਜ਼ੀਬਲ ਆਫੈਂਸਿਸ ਜਿਵੇਂ ਡਰੰਕਨ ਡਰਾਈਵਿੰਗ ਹੈ, ਉਹਦੇ ਸਾਨੂੰ ਐਨਫੋਰਸਮੈਂਟ ਨਾਕਾ ਅਸੀਂ ਸਪੈਸ਼ਲ ਲਾਉਂਦੇ ਹਾਂ। ਤਾਂ ਜਿਹੜੇ ਵਿਜ਼ੀਬਲ ਆਫੈਂਸਿਸ ਹੈ ਉਹਦੀ ਸਾਰੀ ਐਨਫੋਰਸਮੈਂਟ ਸਾਡੀ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਹੋ ਰਹੀ ਹੈ ਤੇ ਉਹ ਕੈਮਰਾ ਕਿਸੇ ਚ ਫਰਕ ਨਹੀਂ ਕਰਦਾ। ਜਿੰਨੇ ਚੰਡੀਗੜ੍ਹ ਦੇ ਚਲਾਨ ਹੋ ਰਹੇ, ਸਭ ਤੋਂ ਜ਼ਿਆਦਾ ਚੰਡੀਗੜ੍ਹ ਦੇ ਹੋ ਰਹੇ, ਇਨਫੈਕਟ ਉਸ ਤੋਂ ਬਾਅਦ ਪੰਜਾਬ, ਹਰਿਆਣਾ ਤੇ ਕਾਫੀ ਸਦਰਨ ਸਟੇਟਸ, ਨਾਰਥ ਈਸਟਰਨ ਸਟੇਟਸ ਜਿਨ੍ਹਾਂ ਦੇ ਗੱਡੀਆਂ ਇੱਥੇ ਆਉਂਦੀਆਂ ਹੈ, ਤਾਂ ਉਹ ਇਕੁਅਲੀ, ਮੈਂ ਬਹੁਤ ਵੱਡਾ ਇਕੁਅਲਾਈਜ਼ਰ ਹੈ, ਸਾਰਿਆਂ ਨੂੰ ਬਰਾਬਰ ਕੈਪਚਰ ਕਰਦਾ, ਕੈਮਰਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਨਹੀਂ, ਮੈਂ ਤੁਹਾਨੂੰ ਇੱਕ ਹੋਰ ਲਾਈਨ ਦੱਸਾਂ ਕਿ ਪੰਜਾਬ ਦੇ ਵਿੱਚ ਨਾ ਇਹ ਵੀ ਚੀਜ਼ ਮਸ਼ਹੂਰ ਹੈ ਕਿ ਕੋਈ ਜੇ ਚੰਡੀਗੜ੍ਹ ਆ ਗਿਆ ਪੰਜਾਬ ਦੇ ਦੂਰ ਤੋਂ, ਫਿਰ ਸੁੱਕਾ ਨਹੀਂ ਜਾਏਗਾ, ਚਲਾਨ ਹੋ ਹੀ ਜਾਣਾ। ਇਹਦੇ ਬਾਰੇ ਮੈਂ ਪੰਜਾਬ ਦਾ ਪੱਖ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ। ਮੈਡਮ ਨੇ ਬਿਲਕੁਲ ਠੀਕ ਕਿਹਾ, ਆਪਣਾ ਜਿਹੜੀ ਇਨਫੋਰਸਮੈਂਟ ਹੋਣੀ ਚਾਹੀਦੀ ਹੈ ਉਹ ਟੈਕਨੋਲੋਜੀ ਬੇਸਡ ਹੋਣੀ ਚਾਹੀਦੀ ਹੈ, ਔਰ ਅਸੀਂ ਵੀ ਪੰਜਾਬ ਦੇ ਵਿੱਚ ਇਹ ਉਪਰਾਲਾ ਕਰਦੇ ਹਾਂ ਕਿ ਜਿਹੜੀ ਆਪਣੀ ਇਨਫੋਰਸਮੈਂਟ ਹੋਵੇ ਉਹ ਟੈਕਨੋਲੋਜੀ ਬੇਸ ਹੋਵੇ। ਇਹ ਚੰਡੀਗੜ੍ਹ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੈਗੇ ਨੇ, ਇਹ ਭਾਰਤ ਸਰਕਾਰ ਦਾ ਇੱਕ ਸੇਫ ਸਿਟੀ ਕਨਸੈਪਟ ਹੈਗਾ, ਔਰ ਪੰਜਾਬ ਦੇ ਵਿੱਚ 3 ਸਿਟੀਜ਼ ਨੂੰ ਸਿਲੈਕਟ ਕੀਤਾ ਗਿਆ ਹੈਗਾ ਸੇਫ ਸਿਟੀ ਲਈ, ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ। ਔਰ ਪੰਜਾਬ ਸਰਕਾਰ ਨੇ ਆਪਦਾ ਉਪਰਾਲਾ ਕਰਦੇ ਹੋਏ ਪੰਜਾਬ ਪੁਲਿਸ ਵੱਲੋਂ ਅਸੀਂ ਮੋਹਾਲੀ ਦੇ ਵਿੱਚ ਕੈਮਰੇ ਲਾਉਣ ਦਾ ਪ੍ਰੋਜੈਕਟ ਸਾਡਾ ਨੀਅਰ ਕੰਪਲੀਸ਼ਨ ਆ, ਉਹਦੀ ਟੈਂਡਰਿੰਗ ਹੋ ਗਈ ਆ, ਸਾਰਾ ਕੁਛ ਹੋ ਗਿਆ, ਔਰ ਮੈਨੂੰ ਉਮੀਦ ਆ ਕਿ ਪਹਿਲਾਂ ਅਸੀਂ ਦਸੰਬਰ ਦੇ ਵਿੱਚ ਲਾਂਚ ਕਰਨਾ ਸੀਗਾ ਪਿਛਲੇ ਸਾਲ, ਪਰ ਹੁਣ ਉਹ ਕੁਛ ਕਾਰਨਾਂ ਕਰਕੇ ਅਪ੍ਰੈਲ ਦੇ ਵਿੱਚ ਸਾਡਾ ਸੇਮ ਸਿਸਟਮ ਜੋ ਚੰਡੀਗੜ੍ਹ ਦੇ ਵਿੱਚ ਹੈਗਾ ਉਹ ਮੋਹਾਲੀ ਦੇ ਵਿੱਚ ਵੀ ਹੋ ਜਾਏਗਾ। ਮਾਨਯੋਗ CM ਸਾਹਿਬ ਨੇ ਇੱਕ ਮੀਟਿੰਗ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਤੁਸੀਂ ਸਟੱਡੀ ਕਰੋ ਤੇ ਦੇਖੋ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਚੰਡੀਗੜ੍ਹ ਚ ਡਰ ਹੁੰਦਾ, ਤੇ ਚੰਡੀਗੜ੍ਹ ਦੇ ਡਰ ਤੋਂ ਜਦੋਂ ਬੰਦਾ ਫ੍ਰੀ ਹੁੰਦਾ ਉਹ ਮੈਕਸੀਮਮ ਟ੍ਰੈਫਿਕ ਆਫੈਂਸਿਸ ਮੋਹਾਲੀ ਚ ਹੁੰਦੀਆਂ ਨੇ, ਜਾਂ ਆਪਣਾ ਜਿਹੜਾ ਗਵਾਂਢੀ ਫਤਿਹਗੜ੍ਹ ਸਾਹਿਬ ਹੋ ਗਿਆ ਜਾਂ ਰੋਪੜ ਹੋ ਗਿਆ, ਤੇ ਅਸੀਂ ਉਹ ਸਟੱਡੀ ਕਰਦੇ ਹਾਂ। ਉਹ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਗਾਈਡ ਕੀਤਾ ਸੀ ਉਸ ਤਰ੍ਹਾਂ ਸਟੱਡੀ ਕਰਨ ਤੇ ਗੱਲ ਬਿਲਕੁਲ ਠੀਕ ਆਈ ਕਿ ਆਪਣਾ ਮੋਹਾਲੀ ਦੇ ਨਾਲ ਨਾਲ ਫਤਿਹਗੜ੍ਹ ਤੇ ਰੋਪੜ, ਰੂਪਨਗਰ ਜਿਹਨੂੰ ਆਪਾਂ ਕਹਿੰਦੇ ਹਾਂ, ਉੱਥੇ ਵੀ ਮੈਕਸੀਮਮ ਸਾਡੀਆਂ ਟ੍ਰੈਫਿਕ ਵਾਇਲੇਸ਼ਨ ਹੁੰਦੀਆਂ ਨੇ ਜਿਹੜੀਆਂ ਕੌਜ਼ ਫੋਰ ਉਹ ਹੁੰਦੀਆਂ ਨੇ। ਸੋ ਉਸ ਦੀ ਗਾਈਡੈਂਸ ਦੇ ਤਹਿਤ ਅਸੀਂ ਹੁਣ ਮੋਹਾਲੀ ਦੇ ਨਾਲ ਨਾਲ ਅਸੀਂ ਰੋਪੜ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਸੇਮ ਸਿਸਟਮ ਇਸ ਤਰ੍ਹਾਂ ਦਾ ਚੰਡੀਗੜ੍ਹ ਵਾਲਾ ਇਜਾਦ ਕਰਨ ਜਾ ਰਹੇ ਹਾਂ, ਸੈਟਅਪ ਕਰਨ ਜਾ ਰਹੇ ਹਾਂ ਹੌਲੀ ਹੌਲੀ, ਤਾਂ ਕਿ ਉਹੀ ਇੱਕ ਨੌਨ ਹਿਊਮਨ ਇੰਟਰਫੇਸ ਹੋਵੇ, ਟੈਕਨੋਲੋਜੀ ਬੇਸਡ ਹੋਵੇ ਤੇ ਉਹ ਆਪਣੇ ਆਪ ਸਾਰਾ ਪਿਕਅਪ ਕਰੇ। ਮੇਰਾ ਦੂਜਾ ਸਵਾਲ ਛੋਟਾ ਜਿਹਾ ਸੀ, ਇਨਫੈਕਟ ਉਹ ਤੁਹਾਡੇ ਤੱਕ ਗੱਲ ਪਹੁੰਚਦੀ ਹੋਣੀ ਹੈ, ਕਿਸੇ ਵੀ ਟ੍ਰੈਫਿਕ ਪੁਲਿਸ ਵਾਲੇ ਨੇ ਕਿਸੇ ਗੱਡੀ ਵਾਲੇ ਨੂੰ ਜਾਂ ਬਾਈਕ ਵਾਲੇ ਨੂੰ ਰੋਕਿਆ ਹੋਵੇ ਨਾ, ਤਾਂ ਉਸਦਾ ਨੈਕਸਟ ਸਟੈਪ ਹੁੰਦਾ ਕਿ ਉਹਨਾਂ ਦੇ ਫੋਨ ਹੁੰਦਾ ਕੰਨ ਦੇ ਉੱਪਰ, ਸਾਰੇ VVIP ਆ ਜਾਂ VIP ਆ, ਹੁਣ ਪੁਲਿਸ ਵਾਲੇ ਇਸ ਗੱਲ ਤੋਂ ਵੀ ਪਰੇਸ਼ਾਨ ਹੁੰਦੇ ਆ
ਕਿ ਜੇ ਕਿਸੇ ਨੇ ਬਿਲਕੁਲ ਸਹੀ ਤਰੀਕੇ ਨਾਲ ਅਸੀਂ ਉਹਨੂੰ ਰੋਕਿਆ, ਉਹਨੇ ਕੋਈ ਰੂਲ ਨੂੰ ਬ੍ਰੇਕ ਕੀਤਾ, ਕੋਈ ਟ੍ਰੈਫਿਕ ਰੂਲ ਨੂੰ ਫਾਲੋ ਨਹੀਂ ਕੀਤਾ, ਤੇ ਉਸ ਤੋਂ ਬਾਅਦ ਫੋਨ ਕਾਲ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਲਈ ਹੁਣ ਤੁਹਾਡੀ ਹੀ ਪੁਲਿਸ ਵਾਲੇ ਕੀ ਕਰਨ? ਸਾਡੀ ਹੁਣ ਜਦੋਂ ਤੋਂ ਸਾਡੇ ਸਿਸਟਮਸ ਇਨ ਪਲੇਸ ਹੋਏ ਆ, ਸਪੈਸ਼ਲੀ ਜਦੋਂ ਤੋਂ ਕਮਾਂਡ ਐਂਡ ਕੰਟਰੋਲ ਸੈਂਟਰ ਬਣਿਆ, ਇਹ ਬਹੁਤ ਘੱਟ ਗਿਆ ਹੈ, ਕਿਉਂਕਿ ਜਿਵੇਂ ਮੈਂ ਦੱਸਿਆ ਐਨਫੋਰਸਮੈਂਟ ਮੈਕਸਿਮਮ ਸ਼ਿਫਟ ਹੋ ਚੁੱਕੀ ਹੈ। ਜਿਹੜੇ ਦੂਸਰੇ ਓਫੈਂਸਿਸ ਹੈ ਉਹਨਾਂ ਤੇ ਅਸੀਂ ਜਦੋਂ ਵੀ ਐਨਫੋਰਸਮੈਂਟ ਦੇ ਨਾਕੇ ਲਾਉਂਦੇ ਹਾਂ, ਉੱਥੇ ਸਾਡੇ ਪੁਲਿਸ ਅਫੀਸ਼ੀਅਲਸ ਦੇ ਨਾਲ ਨਾਲ ਸਾਡੇ ਜਿਹੜੇ ਟ੍ਰੈਫਿਕ ਮਾਰਸ਼ਲਸ ਦਾ ਇੱਕ ਸਕੀਮ ਜਿਹੜੀ ਚੰਡੀਗੜ੍ਹ ਚੱਲ ਰਹੀ ਹੈ, ਉਹ ਵੀ ਉੱਥੇ ਡਿਪਲੋਏ ਹੁੰਦੇ ਨੇ। ਤੇ ਕੋਈ ਵੀ ਡਰੰਕਨ ਡਰਾਈਵਿੰਗ ਦਾ ਨਾਕਾ ਵੀ ਜਦੋਂ ਤੁਸੀਂ ਜਦੋਂ ਅਸੀਂ ਸਪੈਸ਼ਲ ਡੇਜ਼ ਤੇ ਲਾਉਂਦੇ ਹਾਂ, ਉੱਥੇ 10 ਜਾਂ 15 ਮੁਲਾਜ਼ਮਾਂ ਤੋਂ ਘੱਟ ਉੱਥੇ ਕੋਈ ਨਹੀਂ ਹੁੰਦਾ। ਤਾਂ ਇਹ ਜਿਹੜੀ ਸਭ ਤੋਂ ਜ਼ਿਆਦਾ ਬਹਿਸ ਹੁੰਦੀ, ਹਾਂਜੀ, ਤਾਂ ਜਿੱਥੇ ਇਹ ਮੈਨੂਵਰੇਬਿਲਿਟੀ ਹੈ, ਮੈਨੇਜਮੈਂਟ ਵਾਲੀ ਗੱਲ ਕਾਫੀ ਘੱਟ ਗਈ ਹੈ, ਸਾਨੂੰ ਕੰਪਲੇਂਟਸ ਵੀ ਕਾਫੀ ਘੱਟ ਗਈਆਂ, ਤੇ ਕਿਉਂਕਿ ਉੱਥੇ ਲਾਈਵ ਐਵੀਡੈਂਸ ਹੁੰਦਾ, ਸਪੈਸ਼ਲੀ ਜਿਹੜਾ ਜਿਵੇਂ ਡਰੰਕਨ ਡਰਾਈਵਿੰਗ ਦਾ ਲਾਈਵ ਐਵੀਡੈਂਸ ਹੈ ਤੇ ਉੱਥੇ ਨਾਲ ਦੇ ਨਾਲ ਆ ਜਾਂਦੀ ਹੈ, ਜਾਂ ਸਪੀਡ ਦੀ ਕੋਈ ਸਪੀਡ ਰਿਡਾਰਸ ਲੱਗੇ ਹੁੰਦੇ ਆ, ਉੱਥੇ ਵੀ ਨਾਲ ਦੇ ਨਾਲ ਉਹਦਾ ਐਵੀਡੈਂਸ ਆ ਜਾਂਦਾ, ਤਾਂ ਉੱਥੇ ਬਹਿਸ ਵਾਲਾ ਮੌਕਾ ਕਾਫੀ ਘੱਟ ਜਾਂਦਾ। ਤੇ ਜਦੋਂ ਤੋਂ ਇਹ ਮੈਨੂੰ ਲੱਗਦਾ ਕਿ ਹੁਣ ਜਿਹੜਾ ਆਪਾਂ ਰੀਸੈਂਟ ਟ੍ਰੈਂਡ ਦੇਖਿਆ, ਤਾਂ ਇਸ ਤਰ੍ਹਾਂ ਦੀ ਸ਼ਿਕਾਇਤਾਂ ਬਹੁਤ ਘੱਟ ਆਉਣ ਲੱਗ ਗਈਆਂ। ਮੈਨੂੰ ਵੀ ਕੋਈ ਵੀ ਮੈਨੂੰ ਜਦੋਂ ਤੋਂ ਮੈਂ ਚਾਰਜ ਲਿਆ, ਮੈਨੂੰ ਹੁਣ ਤੱਕ ਕੋਈ ਵੀ ਫੋਨ ਨਹੀਂ ਆਇਆ ਹਲੇ ਤੱਕ ਕਿ ਸਾਡਾ ਕੋਈ ਚਲਾਨ ਛਡਾ ਦੋ ਜਾਂ ਕੁਛ ਨਹੀਂ। ਤੇ ਮੈਨੂੰ ਲੱਗਦਾ ਹੁਣ ਕਾਫੀ ਲੋਕ ਕੰਪਲਾਇੰਟ ਵੀ ਹੋ ਗਏ, ਤੇ ਸਾਡੇ ਟ੍ਰੈਫਿਕ ਮੁਲਾਜ਼ਮ ਵੀ ਉਸ ਨਾਲ ਮੋਟੀਵੇਟਡ ਰਹਿੰਦੇ ਆ ਕਿ ਜੇ ਅਸੀਂ ਕੋਈ ਇਨਫੋਰਸਮੈਂਟ ਕਰ ਰਹੇ ਹਾਂ ਤਾਂ ਉਹਦੇ ਸਾਨੂੰ ਕੋਈ ਰੋਕੇਗਾ ਨਹੀਂ। ਤੇ ਇਹਦੇ ਨਾਲ ਮੈਨੂੰ ਲੱਗਦਾ ਕਿ ਕਰਪਸ਼ਨ ਦੀ ਸ਼ਿਕਾਇਤ ਵੀ ਬਹੁਤ ਜ਼ਿਆਦਾ ਘੱਟ ਗਈ ਹੈ ਹੁਣ। ਇਟ ਇਜ਼ ਓਨਲੀ ਫਾਰ ਐਂਡ ਫਿਊ ਇਨ ਬਿਟਵੀਨ ਕਿ ਕੋਈ ਇੱਕ ਸ਼ਿਕਾਇਤ ਕਿਤੇ ਆ ਜਾਵੇ, ਅਦਰਵਾਈਜ਼ ਨਹੀਂ ਆਉਂਦੀ। ਐਗਜ਼ੈਕਟਲੀ ਜਿਹੜੀ ਤੁਸੀਂ ਗੱਲ ਕਰ ਰਹੇ ਸਰ, ਟੈਕਨੋਲੋਜੀ ਨਾਲ ਤੁਸੀਂ ਉਹਨਾਂ ਚੀਜ਼ਾਂ ਨਾਲ ਡੀਲ ਕਰ ਸਕਦੇ। ਹਾਂ, ਟੈਕਨੋਲੋਜੀ ਨਾਲ ਡੀਲ ਕਰ ਰਹੇ ਹਾਂ, ਔਰ ਕਾਫੀ ਕਿਉਂਕਿ ਟੈਕਨੋਲੋਜੀ ਬਹੁਤ ਪਰਵੇਸਿਵ ਹੋ ਗਈ ਆ। ਤੁਸੀਂ ਪਿਛਲੇ ਸਾਲ ਦੀ ਗੱਲ ਆ, ਇੱਕ ASI ਨੂੰ ਉਹ ਬੰਦਾ ਪੈਸੇ ਆਫਰ ਕਰ ਰਿਹਾ ਸੀਗਾ ਵੀ ਤੁਸੀਂ ਪੈਸੇ ਲੈ ਕੇ ਮੇਰੀ ਗੱਲ ਦਫਾ ਦਫਾ ਕਰ ਦੋ, ਤੇ ਉਹ ASI ਨੇ ਉਹਨੂੰ ਪੈਸੇ ਨਾ ਲੈਣ ਦਾ ਵੀ ਰਜਿਸਟਰ ਕੀਤਾ, ਤੇ ਉਹਨੂੰ ਇਹ ਵੀ ਕਿਹਾ ਕਿ ਜੇ ਤੂੰ ਪੈਸੇ ਦੇਣ ਦੀ ਗੱਲ ਕਰੇਗਾ ਮੈਂ ਵਿਜੀਲੈਂਸ ਚ ਤੇਰੀ ਉਹ ਹੈਲਪਲਾਈਨ ਤੇ ਹੁਣੇ ਇਮੀਡੀਏਟਲੀ ਕੰਪਲੇਨ ਕਰਦਾਂਗਾ। ਤੇ ਉਸ ASI ਦੀ ਇਸ ਅੱਛੇ ਕੰਮ ਨੂੰ ਦੇਖਦੇ ਅਸੀਂ ਉਹਨੂੰ ਇੱਥੇ ਆਨਰ ਵੀ ਕੀਤਾ, ਤੇ ਉਸ ਤੋਂ ਬਾਅਦ ਇਹ ਸਾਨੂੰ ਆਇਆ ਕਿ ਇਹ ਜਿਹੜਾ ਚੀਜ਼ ਇੱਕ ਪ੍ਰਾਈਵੇਟ ਕੈਮਰੇ ਤੇ ਕੈਪਚਰ ਕੀਤੀ ਗਈ ਆ, ਇਹਨੂੰ ਆਪਾਂ ਸਾਰੇ ASI ਜਾਂ ਜਿਹੜੇ ਟ੍ਰੈਫਿਕ ਚੈਕਿੰਗ ਤੇ ਨੇ ਉਹਨਾਂ ਨੂੰ ਬਾਡੀ ਕੈਮਰਾ ਕਿਉਂ ਨਾ ਦੇ ਦਈਏ ਕਿ ਉਹਨਾਂ ਦੀ ਬਾਡੀ ਤੇ ਕੈਮਰਾ ਲੱਗਿਆ ਹੋਵੇ, ਤੇ ਜੇ ਕੋਈ ਪਬਲਿਕ ਉਹਦੇ ਨਾਲ ਮਿਸਬਿਹੇਵ ਕਰਦੀ ਆ ਜਾਂ ਉਹਨਾਂ ਕੋਈ ਕਹਿੰਦੀ ਆ ਵੀ ਤੁਸੀਂ ਲੈ ਦੇ ਕੇ ਗੱਲ ਖਤਮ ਕਰੋ ਜੀ, ਉਹ ਸਾਰਾ ਰਿਕਾਰਡ ਹੋ ਜੇ। ਔਰ ਇਹੀ ਪਬਲਿਕ ਦੀ ਬਹਿਸਬਾਜ਼ੀ ਦੇ ਵਿੱਚ ਵੀ ਇਲਜ਼ਾਮ, ਫਿਰ ਬੰਦਾ ਕਹਿੰਦਾ ਜੀ ਪੈਸੇ ਮੰਗੇ ਸੀ ਇਹਨੇ, ਹੋਰ ਤੇ ਕੋਈ ਗੱਲ ਨਹੀਂ ਰਹਿ ਜਾਂਦੀ। ਉਹ ਅਸੀਂ ਅਪ ਦਾ ਪੁਲਿਸ ਮਾਡਰਨਾਈਜੇਸ਼ਨ ਫੰਡ ਦੇ ਵਿੱਚ ਅਸੀਂ ਬਾਡੀ ਕੈਮਰਾ ਪਰਚੇਜ਼ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਨੇ। ਜਿਹੜੀ ਸਾਡੀ ਸੜਕ ਸੁਰੱਖਿਆ ਨਵੀਂ ਫੋਰਸ ਆ, ਉਹਨਾਂ ਦੇ ਤਾਂ ਸਾਰਿਆਂ ਦੇ ਬਾਡੀ ਕੈਮਰਾ ਨਾਲ ਹੀ ਆਏਗਾ, ਯੂਨੀਫਾਰਮ ਦਾ ਹੀ ਹਿੱਸਾ ਬਣਾਤਾ ਸੀ ਉਹਨਾਂ ਦੀ ਯੂਨੀਫਾਰਮ ਵੀ। ਜਿਸ ਤਰ੍ਹਾਂ ਪਹਿਲਾਂ ਗੱਲ ਹੋ ਰਹੀ ਸੀ ਵੀ ਯੂਨੀਫਾਰਮ ਜਿਹੜੀ ਹੋਣੀ ਚਾਹੀਦੀ ਹੈ ਟ੍ਰੈਫਿਕ ਦੀ, ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਹ ਦੂਰੋਂ ਦਿਖੇ ਬੰਦਾ, ਕਿਉਂਕਿ ਕਈ ਵਾਰੀ ਇਹ ਵੀ ਆਪਣੇ ਇਸ ਤਰ੍ਹਾਂ ਦੇ ਕੇਸਿਸ ਆਏ ਹੈਗੇ ਨੇ ਜਿੱਥੇ ਟ੍ਰੈਫਿਕ ਮੁਲਾਜ਼ਮ ਦੇ ਉੱਤੇ ਗੱਡੀ ਚੜਾ ਦਿੰਦੇ ਹੈਗੇ। ਹਾਂਜੀ, ਸੋ ਆਪਣਾ ਪ੍ਰਦੇਸ਼ ਦੇ ਵਿੱਚ ਧੁੰਦ ਵੀ ਬਹੁਤ ਰਹਿੰਦੀ ਹੈ, ਕਈ ਵਾਰੀ ਵਿਜੀਬਿਲਿਟੀ ਘੱਟ ਜਾਂਦੀ ਹੈ, ਧੂੰਏ ਕਰਕੇ ਵਿਜੀਬਿਲਿਟੀ ਘੱਟ। ਸੋ ਇਸ ਕਰਕੇ ਅਸੀਂ ਉਹਨਾਂ ਦੀ ਤਾਂ ਯੂਨੀਫਾਰਮ ਹੀ ਇਸ ਤਰ੍ਹਾਂ ਦੀ ਤਿਆਰ ਕਰਾਈ ਕਿ ਉਹ ਦੂਰੋਂ ਦਿਖਣਗੇ, ਔਰ ਉਹਨਾਂ ਨੂੰ ਬਾਡੀ ਕੈਮਰਾ ਵੀ ਦਿੱਤੇ ਜਾਣਗੇ, ਤੇ ਬਾਕੀ ਫੋਰਸ ਲਈ ਵੀ ਅਸੀਂ ਬਾਡੀ ਕੈਮਰਾ ਜਿਹੜੇ ਵੀ ਇਨਫੋਰਸਮੈਂਟ ਡਿਊਟੀ ਤੇ ਹੋਣ, ਤਾਂ ਕਿ ਉਹਨਾਂ ਦੇ ਬਾਡੀ ਕੈਮਰਾ ਹੋਵੇ, ਕਿੱਥੇ ਕੋਈ ਆਪਸ ਚ ਬਹਿਸ ਨਾ ਹੋਵੇ ਜਾਂ ਕੋਈ
ਬੰਦਾ ਆਪਦਾ ਸਟੇਟਸ ਦਾ ਮਿਸਯੂਜ਼ ਨਾ ਕਰਨਾ ਚਾਹੇ। ਇਹ ਟੈਕਨੋਲੋਜੀ ਇੱਕ ਲੈਵਲਰ ਦੀ ਤਰ੍ਹਾਂ ਹੁੰਦੀ ਹੈ ਵੀ ਉਸ ਉਹਦੇ ਲਈ ਸਾਰੇ ਬਰਾਬਰ ਹੁੰਦੇ। ਬਿਲਕੁਲ। ਇੱਕ ਹੋਰ ਸਮੱਸਿਆ ਪਿਛਲੇ ਸਮੇਂ ਚ ਦੇਖੀ ਗਈ ਹੈ, ਪੰਜਾਬ ਨਾਲ ਵੀ ਹੈ, ਚੰਡੀਗੜ੍ਹ ਨਾਲ ਵੀ ਹੈ, ਅਵਾਰਾ ਪਸ਼ੂਆਂ ਦੀ, ਉਹਨਾਂ ਕਰਕੇ ਬਹੁਤ ਜ਼ਿਆਦਾ ਐਕਸੀਡੈਂਟ ਹੋਇਆ। ਉਸ ਨੂੰ ਲੈ ਕੇ ਕੋਈ ਅਲੱਗ ਪਾਲਿਸੀ ਹੈ ਜਾਂ ਤੁਸੀਂ ਕਿਵੇਂ ਡੀਲ ਕਰਦੇ ਹੋ? ਉਹ ਅਸੀਂ ਜੀ MC ਮਿਊਨਿਸਪਲ ਕਾਰਪੋਰੇਸ਼ਨ ਜਿਨ੍ਹਾਂ ਦੀ ਬੇਸਿਕ ਵਰਕ ਆਫ ਡਿਊਟੀ ਰਿਸਪੋਂਸਿਬਿਲਿਟੀ ਚ ਆਂਦਾ ਹੈ, ਉਹਨਾਂ ਨਾਲ ਅਸੀਂ ਟਾਈਅਪ ਰੱਖਿਆ ਹੋਇਆ ਤੇ ਸਟ੍ਰੇ ਕੈਟਲ ਦੀ ਜਦੋਂ ਵੀ ਸ਼ਿਕਾਇਤ ਆਉਂਦੀ ਹੈ ਸਾਡੇ, ਜਿਵੇਂ ਕਿ ਮੈਂ ਪਹਿਲੇ ਦੱਸਿਆ ਛੋਟਾ ਸਿਟੀ ਹੋਣ ਕਰਕੇ ਸਾਡੀ ਲਾਇਸੈਂਸ ਅੱਛਾ ਰਹਿੰਦਾ ਹੈ ਤੇ ਇਮੀਡੀਏਟਲੀ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਨਾਲ, ਇੰਜੀਨੀਅਰਿੰਗ ਡਿਪਾਰਟਮੈਂਟ ਨਾਲ ਸਾਡੇ ਵਟਸਐਪ ਗਰੁੱਪਸ ਵੀ ਬਣੇ ਹੋਏ ਹੈ, ਇਮੀਡੀਏਟਲੀ ਉੱਥੇ ਅਸੀਂ ਰੇਸ ਕਰਦੇ ਹਾਂ ਤੇ ਕਾਫੀ ਅੱਛਾ ਰਿਸਪੋਂਸ ਸਾਨੂੰ ਮਿਲਦਾ ਤੇ ਐਨੀਮਲਸ ਤੋਂ ਐਕਸੀਡੈਂਟ ਦਾ ਬੜਾ ਸਾਨੂੰ ਘੱਟ ਰੇਸ਼ੀਓ ਮਿਲੀ ਹੈ ਪਿਛਲੇ ਇੱਕ ਸਾਲ ਚ। ਜਦੋਂ ਸਿਮਿਲਰਲੀ ਜਦੋਂ ਫਲੱਡ ਦੀ ਸਿਚੁਏਸ਼ਨ ਵੀ ਆਈ ਸੀ, ਜਦੋਂ ਕੋਈ ਦਰਖਤ ਗਿਰ ਜਾਂਦਾ ਚੰਡੀਗੜ੍ਹ, ਕਿਉਂਕਿ ਪੁਰਾਣੇ ਦਰਖਤ ਹੈ ਸਾਰੇ, ਫੋਲੀਆਜ ਬਹੁਤ ਜ਼ਿਆਦਾ ਹੈ, ਉੱਥੇ ਵੀ ਸਾਨੂੰ ਜਿਹੜੀ ਸਿਵਲ ਅਥਾਰਟੀਜ਼ ਕਾਫੀ ਅੱਛੀ ਰਿਸਪੋਂਸ ਦੇ ਕੇ ਇਮੀਡੀਏਟਲੀ ਹੈਲਪ ਕਰਦੀਆਂ ਨੇ। ਠੀਕ ਹੈ, ਤੁਸੀਂ ਕੁਝ ਕਹਿਣਾ ਚਾਹ ਰਹੇ? ਬਹੁਤ ਅੱਛਾ ਪ੍ਰਸ਼ਨ, ਔਰ ਇਹਦੇ ਤਹਿਤ ਜੋ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਉਹਦੇ ਬਾਰੇ ਮੈਂ ਤੁਹਾਡੇ ਮਾਧਿਅਮ ਦੇ ਦੀ, ਇਸ ਪੰਜਾਬ ਦੇ ਵਿੱਚ ਅਵਾਰਾ ਪਸ਼ੂਆਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਹੈ। ਚੰਡੀਗੜ੍ਹ ਤਾਂ ਮਾਡਰਨ, ਇੱਥੇ ਤਾਂ ਕੋਈ ਇਸ ਤਰ੍ਹਾਂ ਦਾ ਹੈ ਨਹੀਂ, ਪਰ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਆਪਣਾ ਮਾਲਵਾ ਪੰਜਾਬ ਦਾ ਹੈਗਾ, ਇਹਦੇ ਚ ਬਹੁਤ ਜ਼ਿਆਦਾ ਪ੍ਰੋਬਲਮ ਇਹ ਟ੍ਰੈਫਿਕ ਦੀ ਹੈਗੀ ਆ। ਮਾਨਯੋਗ CM ਸਾਹਿਬ ਨੇ ਇਹਦੇ ਉੱਤੇ ਸਾਡੀ ਇੱਕ ਮੀਟਿੰਗ ਵੀ ਲਈ ਆ, ਜਿਹਦੇ ਵਿੱਚ ਲੋਕਲ ਬਾਡੀਜ਼ ਦੇ ਵੀ ਰਿਪ੍ਰੈਜੈਂਟੇਟਿਵ ਨਾਲ ਸੀਗੇ, ਔਰ ਇਸ ਮਸਲੇ ਨੂੰ ਅਸੀਂ ਟੈਕਨੀਕਲੀ ਸਟੱਡੀ ਕਰਨਾ ਸ਼ੁਰੂ ਕੀਤਾ। ਜਿਸ ਤਰ੍ਹਾਂ ਉਹਨਾਂ ਨੇ ਗਾਈਡ ਕੀਤਾ ਸੀ, ਉਹ ਐਨੀਮਲ ਦੇ ਵੀ ਹੌਟਸਪੌਟ ਬਣਾ ਰਿਹਾ ਵੀ ਕਿਸ ਏਰੀਏ ਦੇ ਵਿੱਚ ਐਨੀਮਲ ਕਰਕੇ ਜ਼ਿਆਦਾ ਡੈਥ ਹੋਈਆਂ ਨੇਗੀਆਂ ਔਰ ਐਕਸੀਡੈਂਟ ਹੋਏ ਨੇ, ਉਹਦਾ ਕੀ ਕਿਉਰੇਟਿਵ ਕੀ ਹੋ ਸਕਦਾ, ਉਹ ਅਸੀਂ ਲੋਕਲ ਬਾਡੀਜ਼ ਨਾਲ ਟੇਕਅਪ ਕਰਕੇ ਕਿ ਆਇਆ ਕੀ ਕਾਰਨ ਨੇ ਕਿ ਐਨੀਮਲ ਸੜਕਾਂ ਦੇ ਉੱਤੇ ਆ ਜਾਂਦੇ ਹੈਗੇ, ਤੋ ਉਹ ਅਸੀਂ ਸਾਰੀ ਚੀਜ਼ ਨੂੰ ਟੈਕਨੀਕਲੀ ਸਟੱਡੀ ਕੀਤਾ ਹੈਗਾ। ਔਰ ਉਸ ਸਟੱਡੀ ਤੋਂ ਬਾਅਦ ਇਹ ਪਤਾ ਲੱਗਿਆ ਕਿ ਕਈ ਵਾਰੀ ਤਾਂ ਇਹ ਹੁੰਦਾ ਕਿ ਸੜਕਾਂ ਦੀਆਂ ਜਿਹੜੀਆਂ ਕੰਨੀਆਂ ਹੁੰਦੀਆਂ ਨੇ ਉਹਨਾਂ ਤੇ ਘਾਹ ਉੱਗ ਜਾਂਦਾ ਹੈਗਾ, ਉਹ ਪਸ਼ੂ ਨਾਰਮਲੀ ਘਾਹ ਚਰਨ ਉਹ ਸੜਕਾਂ ਦੇ ਕੰਨੀਆਂ ਤੇ ਆ ਜਾਂਦੇ ਹੈਗੇ ਨੇ, ਜਾਂ ਸੜਕ ਦੇ ਨਾਲ ਕੋਈ ਪਾਣੀ ਜਮ੍ਹਾਂ ਹੋਇਆ ਹੁੰਦਾ, ਪਸ਼ੂ ਉੱਥੇ ਪਾਣੀ ਪੀਣ ਆ ਜਾਂਦੇ ਹੈਗੇ ਨੇ, ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਟੈਕਨੀਕਲੀ ਸਟੱਡੀ ਕਰਕੇ ਇਹਦਾ ਕੀ ਉਪਰਾਲਾ ਕੀਤਾ ਜਾ ਸਕਦਾ, ਕਿੱਥੇ ਕਿੱਥੇ ਸੜਕ ਤੋਂ ਥੋੜਾ ਦੂਰ CM ਸਾਹਿਬ ਨੇ ਸਾਨੂੰ ਗਾਈਡ ਕੀਤਾ ਵੀ ਕਿੱਥੇ ਆਪਾਂ ਗਊਸ਼ਾਲਾ ਜਾਂ ਕੋਈ ਇਸ ਤਰ੍ਹਾਂ ਦਾ ਕੈਟਲ ਪਾਉਣ, ਕੁਛ ਵੀ ਇਸ ਤਰ੍ਹਾਂ ਦਾ ਸਿਸਟਮ ਰੱਖੀਏ ਜਿੱਥੇ ਕਿ ਉਹ ਪਸ਼ੂਆਂ ਨੂੰ ਉੱਥੇ ਰੋਕਿਆ ਜਾ ਸਕੇ ਤੇ ਸੜਕ ਦੇ ਉੱਤੇ ਉਹ ਨਾ ਆਉਣ। ਜਦੋਂ ਸੜਕ ਤੇ ਪਸ਼ੂ ਆ ਜਾਂਦਾ ਹੈਗਾ ਤੇ ਉਸ ਤੋਂ ਬਾਅਦ, ਕਿਉਂਕਿ ਸੜਕ ਤੇ ਤਾਂ ਤੇਜ਼ ਟ੍ਰੈਫਿਕ ਚੱਲਦੀ ਹੁੰਦੀ ਆ, ਉਹ ਐਕਸੀਡੈਂਟ ਪੰਜਾਬ ਦੇ ਵਿੱਚ ਜੋ ਅਸੀਂ ਸਟੱਡੀ ਕੀਤਾ ਆਪਣੇ ਹਫ਼ਤੇ ਦੇ ਵਿੱਚ ਕੋਈ 3-4 ਇੰਸੀਡੈਂਟ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਜਿੱਥੇ ਅਵਾਰਾ ਪਸ਼ੂ ਐਕਸੀਡੈਂਟ ਦਾ ਕਾਰਨ ਬਣਿਆ ਹੈਗਾ। ਔਰ ਇਹਨੂੰ ਜੇ ਦੇਖੋ ਆਪਣਾ, ਤੇ ਸਾਲ ਦੇ ਵਿੱਚ ਸਾਡੀਆਂ 350 ਦੇ ਕਰੀਬ ਸਾਡਾ, ਅਸੀਂ ਹਰ ਇੱਕ ਡੈਥ ਜਿਹੜੀ ਹੁੰਦੀ ਆ ਉਹਦਾ ਅਸੀਂ ਸਟੱਡੀ ਕਰਦੇ ਹਾਂ, ਉਹਦਾ ਕਾਰਨ ਜਾਣਦੇ ਹਾਂ, ਤਾਂ ਕਿ ਹਰ ਇੱਕ ਇਨਸਾਨ ਸਾਡੇ ਲਈ ਵੈਲਿਊਏਬਲ ਹੈਗਾ, ਹਰ ਇੱਕ ਉਹ ਸਾਡੇ ਲਈ ਵੈਲਿਊਏਬਲ ਹੈਗਾ। ਇਨਫੈਕਟ ਅਸੀਂ ਜਿਹੜਾ ਆਪਣੇ ਡਿਪਾਰਟਮੈਂਟ ਦਾ ਟ੍ਰੈਫਿਕ ਦਾ ਇੱਕ ਨਾਂ ਵੀ ਰੋਡ ਸੇਫਟੀ ਤੇ ਕਰਤਾ, ਸੇਫਟੀ ਉਹਦਾ ਕਰਤਾ, ਔਰ ਅਸੀਂ ਆਪਣੇ ਆਪ ਨੂੰ ਇਹ ਵੀ ਜਿਹੜੀ ਟੈਗ ਲਾਈਨ ਦਿੱਤੀ ਹੈ ਕਿ ਵੀ ਆਰ ਇਨ ਦਾ ਬਿਜ਼ਨਸ ਆਫ ਸੇਵਿੰਗ ਲਾਈਫਸ। ਸੜਕ ਸੁਰੱਖਿਆ ਫੋਰਸ ਦੇ ਨਾਲ ਨਾਲ
ਐਂਬੂਲੈਂਸਿਸ ਬਾਰੇ ਗੱਲ ਹੋਈ ਸੀਗੀ, ਅਸੀਂ ਉਪਰਾਲਾ ਕਰ ਰਹੇ ਹਾਂ ਕਿ ਜਿੰਨੀਆਂ ਵੀ ਐਂਬੂਲੈਂਸਿਸ ਨੇ ਉਹਨਾਂ ਨੂੰ ਤੇ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਨੂੰ ਇੱਕ ਪਲੈਟਫਾਰਮ ਤੇ ਲਿਆ ਹੋਵੇ, ਸੋਫਟਵੇਅਰ ਪਲੈਟਫਾਰਮ ਇੱਕ ਹੋਵੇ। ਸਪੋਜ਼ ਕਰੋ ਕੋਈ ਐਕਸੀਡੈਂਟ ਹੋ ਜਾਂਦਾ ਹੈਗਾ, ਔਰ ਡਾਕਟਰ ਸਾਹਿਬ ਇੱਥੇ ਬੈਠੇ ਨੇ, ਬਹੁਤ ਉਹਨਾਂ ਨੇ ਅੱਛੀ ਜਾਣਕਾਰੀ ਦਿੱਤੀ, ਅਸੀਂ ਪੀਜੀਆਈ ਨਾਲ ਵੀ ਕੋਲੈਬੋਰੇਟ ਕਰਕੇ ਅਸੀਂ ਇਹ ਕੀਤਾ ਵੀ ਸਾਡੇ ਜਿਹੜੇ ਲੜਕੇ ਹੈਗੇ ਨੇ ਉਹਨਾਂ ਨੂੰ ਟ੍ਰੈਫਿਕ ਸੋਰੀ ਆਪਣਾ ਲਾਈਫ ਸੇਵਿੰਗ ਦੀਆਂ ਬੇਸਿਕ ਚੀਜ਼ਾਂ ਪਤਾ। ਉਸ ਤੋਂ ਬਾਅਦ ਅਸੀਂ ਪੰਜਾਬ ਰੈੱਡ ਕਰਾਸ ਨਾਲ ਇੱਕ ਪੱਕਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕਰ ਲਿਆ ਕਿ ਉਹ ਸਾਨੂੰ ਟ੍ਰੇਨਿੰਗ ਦੇਣਗੇ ਮੁਲਾਜ਼ਮਾਂ ਨੂੰ, ਤਾਂ ਕਿ ਜਿਹੜਾ ਮੁਲਾਜ਼ਮ ਹੈਗਾ ਇਮੀਡੀਏਟਲੀ ਸਾਡੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਉੱਥੇ ਪਹੁੰਚੇਗੀ, ਉਹ ਪ੍ਰਾਇਮਰੀ ਏਡ ਉਹਨੂੰ ਉੱਥੇ ਨਾਲ ਦੀ ਨਾਲ ਪਛਾਣ, ਔਰ ਅਗਲੇ 8 ਤੋਂ 10 ਮਿੰਟਾਂ ਦੇ ਅੰਦਰ ਅੰਦਰ ਐਂਬੂਲੈਂਸ ਉਹ ਸੋਫਟਵੇਅਰ ਸਿਸਟਮ ਹੋਵੇ ਕਿ ਜਿੱਥੇ ਵੀ ਕੋਈ ਨਜ਼ਦੀਕੀ ਐਂਬੂਲੈਂਸ ਆ ਉਹ ਪੁੱਲ ਇਨ ਹੋ ਜਾਵੇ ਉੱਥੇ ਤੇ ਬੰਦੇ ਨੂੰ ਉੱਥੋਂ ਇਵੈਕੂਏਟ ਕੀਤਾ ਜਾ ਸਕੇ, ਤਾਂ ਕਿ ਖੁਦਾ ਨਾ ਖਾਸਤਾ ਅਗਰ ਕੋਈ ਐਕਸੀਡੈਂਟ ਹੁੰਦਾ ਵੀ ਹੈਗਾ ਤਾਂ ਅਸੀਂ ਉਹ ਪ੍ਰੋਪਰ ਟਾਈਮ ਦੇ ਵਿੱਚ ਗੋਲਡਨ ਆਰ ਦੀ ਨੂੰ ਚੱਕਣ ਚ ਦੇਰੀ ਹੁੰਦੀ ਆ ਉਸ ਟਾਈਮ ਨੂੰ ਜਿੰਨਾ ਘੱਟ ਕੀਤਾ ਜਾ ਸਕੇ, ਚੱਕਣ ਪ੍ਰੋਪਰ ਚੱਕਣਾ ਹੋ ਜਾਵੇ ਤੇ ਉਹਨੂੰ ਚੱਕਣ ਦੇ ਵਿੱਚ ਦੇਰੀ ਨਾ ਹੋ, ਦੇਰੀ ਨਾ ਹੋ, ਦੋਨੋਂ ਚੀਜ਼ਾਂ ਇਹ ਅਸੀਂ ਸੜਕ ਸੁਰੱਖਿਆ ਫੋਰਸ ਦੇ ਤਹਿਤ ਇਹਨੂੰ ਪਲਾਨ ਕੀਤਾ ਹੈ। ਜੀ ਠੀਕ ਹੈ ਸਰ, ਸਮਾਂ ਆਪਣੇ ਕੋਲ ਇੰਨਾ ਹੀ ਸੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਬਹੁਤ ਸਾਰੇ ਇਸ਼ੂਜ਼ ਹੈਗੇ ਜਿਨ੍ਹਾਂ ਦੇ ਉੱਤੇ ਖੁੱਲ ਕੇ ਗੱਲਬਾਤ ਹੋਈ ਹੈ, ਔਰ ਉਮੀਦ ਕਰਦੇ ਹਾਂ ਕਿ ਆਪਾਂ ਇਸ ਤਰੀਕੇ ਦੇ ਇਨੀਸ਼ੀਏਟਿਵ ਅੱਗੇ ਵੀ ਲੈਂਦੇ ਰਹਾਂਗੇ ਤੇ ਤੁਹਾਡੇ ਜ਼ਰੀਏ ਲੋਕਾਂ ਤੱਕ ਜਿਹੜੀਆਂ ਮੈਸੇਜ ਨੇ ਜਾਂ ਫਿਰ ਜੋ ਵੀ ਚੀਜ਼ਾਂ ਨੇ ਉਹ ਪਹੁੰਚਦੀਆਂ ਰਹਿਣਗੀਆਂ। ਤੇ ਦੂਜਾ ਪੁਆਇੰਟ ਇਹ ਵੀ ਮੈਨੂੰ ਲੱਗਦਾ ਵਿਜੇ ਕਿ ਪੂਰੇ ਇਸ ਗੱਲਬਾਤ ਦੇ ਵਿੱਚ ਨਿਕਲ ਕੇ ਆਇਆ ਕਿ ਜਦੋਂ ਆਪਾਂ ਰੋਡ ਦੇ ਉੱਤੇ ਨਿਕਲ ਰਹੇ ਹਾਂ ਤਾਂ ਸਿਰਫ ਜ਼ਿੰਮੇਵਾਰੀ ਪੁਲਿਸ ਦੀ ਨਹੀਂ ਹੈ, ਉਹਨਾਂ ਨੇ ਟ੍ਰੈਫਿਕ ਨੂੰ ਕੰਟਰੋਲ ਕਰਨਾ, ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਆਪਾਂ ਆਪਣੇ ਪੱਧਰ ਦੇ ਉੱਤੇ ਆਪਣੇ ਖੁਦ ਨੂੰ ਜਾਂ ਬਾਕੀਆਂ ਨੂੰ ਸੇਵ ਕਰਨ ਦੇ ਲਈ ਕੀ ਕਰ ਰਹੇ ਹੋ। ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਇੱਕ ਮੈਸੇਜ ਜ਼ਰੂਰ ਪਹੁੰਚੇਗਾ, ਇਸ ਪ੍ਰੋਗਰਾਮ ਦੇ ਜ਼ਰੀਏ ਜੇ ਅਸੀਂ ਇੱਕ ਲਾਈਫ ਵੀ ਬਚਾਉਣ ਦੇ ਵਿੱਚ ਕਾਮਯਾਬ ਹੋਏ ਤਾਂ ਮੈਨੂੰ ਲੱਗਦਾ ਕਿ ਅਸੀਂ ਸਕਸੈਸਫੁਲ ਖੁਦ ਨੂੰ ਮੰਨਾਂਗੇ, ਔਰ ਉਮੀਦ ਕਰਦੇ ਹਾਂ ਕਿ ਉਹ ਜ਼ਰੂਰ ਨਜ਼ਰ ਆਏਗਾ। ਵਾਪਸ ਰੁਕ ਕਰਦੇ ਹਾਂ ਸਰਬਜੋਤ ਦਾ, ਇੱਕ ਵਾਰ ਜ਼ੋਰਦਾਰ ਤਾੜੀਆਂ ਹੋਣ ਸਾਡੇ ਜਾਬਾਜ਼ ਤੇ ਦਮਦਾਰ ਆਫੀਸਰਸ ਦੇ ਲਈ ਜਿਨ੍ਹਾਂ ਦਾ ਸਾਡੀ ਸੋਸਾਇਟੀ ਨੂੰ ਸੇਫ ਰੱਖਣ ਚ ਕਾਫੀ ਵੱਡਾ ਯੋਗਦਾਨ ਹੈ। ਥੈਂਕ ਯੂ ਕਵਰਦੀ ਕੌਰ SSP ਚੰਡੀਗੜ੍ਹ, ਥੈਂਕ ਯੂ AS ਰਾਏ ADGP ਪੰਜਾਬ ਟ੍ਰੈਫਿਕ ਪੁਲਿਸ। ਇਸ ਪੈਨਲ ਡਿਸਕਸ਼ਨ ਚ ਤੁਸੀਂ ਸਾਨੂੰ ਦੱਸਿਆ ਕਿ ਕਿਵੇਂ ਅਸੀਂ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਤੇ ਸੇਫ ਰੱਖ ਸਕਦੇ ਹਾਂ। ਸੰਵੇਦਨਾ ਕਾ ਸਫ਼ਰ, ਨੌਲੇਜ ਪਾਰਟਨਰਸ, ਸੇਫ ਲਾਈਫ ਫਾਊਂਡੇਸ਼ਨ ਦੇ ਮੰਚ ਤੇ ਸੜਕ ਸੁਰੱਖਿਆ ਤੇ ਡਰਾਈਵਿੰਗ ਬਿਹੇਵੀਅਰ ਚ ਬਦਲਾ, ਅਵੇਅਰਨੈਸ ਤੇ ਸਾਵਧਾਨੀਆਂ ਨਾਲ ਜੁੜੇ ਤਮਾਮ ਜ਼ਰੂਰੀ ਪਹਿਲੂਆਂ ਤੇ ਅਸੀਂ ਗੱਲਬਾਤ ਕੀਤੀ। ਇਹਦੇ ਲਈ ਸਾਡੇ ਸਾਰੇ ਪੈਨਲਿਸਟ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਸਭ ਦੀ ਮੌਜੂਦਗੀ ਨੇ ਸਾਡੀ ਇਸ ਮੁਹਿੰਮ ਨੂੰ ਸਫਲ, ਸ਼ਾਨਦਾਰ ਤੇ ਯਾਦਗਾਰ ਬਣਾਇਆ ਹੈ ਤੇ ਸੜਕ ਸੁਰੱਖਿਆ ਅਭਿਆਨ 2024 ਸੰਵੇਦਨਾ ਕਾ ਸਫ਼ਰ ਦੀ ਇਸ ਨੇਸ਼ਨ ਵਾਈਡ ਕੈਂਪੇਨ ਨੂੰ ਮਜ਼ਬੂਤ ਕੀਤਾ। ਥੈਂਕ ਯੂ ਐਵਰੀਵਨ।